ਸਾਈਕਲ ਹੈਗਾ ਕਬਾੜ ਵਾਲਾ ਹਾਂ ਵੀਰੇ ਖੜਾ ਸਾਈਕਲ ਵੀਰੇ ਸੰਭਾਲਿਆ ਪਿਆ ਤੇ ਮੈਂ ਕਹਿੰਦਾ ਜਿਹੜਾ ਸਾਡਾ ਨਵਾਂ ਘਰ ਬਣਿਆ ਮੇਰੀ ਸਲਾਹ ਉਹ ਤੋਂ ਉੱਪਰ ਸਾਈਕਲ ਰੱਖੀ ਪਿੰਡਾਂ 'ਚ ਵੇਚਦੇ ਸੀ ਮੱਛਰਦਾਨੀ ਆ ਉਹ ਵਿਚਾਰਾ ਕਹਿੰਦਾ ਸੀ ਕਹਿੰਦਾ ਯਾਰ ਮੈਂ ਰੋਟੀ ਖਾਣੀ ਮੈਨੂੰ ਭੁੱਖ ਲੱਗ ਗਈ ਕਈ ਵਾਰੀ ਮੈਂ ਸਾਡਾ ਸਮਾਨ ਹੀ ਵਿਕਦਾ ਸੀਗਾ ਮੈਂ ਕਿਹਾ ਯਾਰ ਜਦੋਂ ਵਿਕੂਗਾ ਆਪਾਂ ਉਦੋਂ ਘਰੋਂ ਅਸੀਂ ਫਿਰ ਰੇਹੜੀ ਲਈ ਵੀਰੇ ਇਹਦੇ ਆਪਣੇ ਬ੍ਰੈਡ ਪਕੌੜੇ ਦੀਆਂ ਝੂਠ ਨਹੀਂ ਮਾਰਦਾ ਕਈ ਵਾਰੀ ਵੀਰੇ ਚੀਨੀ ਹੁੰਦੀ ਸੀ ਚਾਹ ਵਾਸਤੇ ਕਈ ਵਾਰੀ ਤਾਂ ਯਾਰ ਫੀਸ ਵਾਸਤੇ ਵੀ ਹੁੰਦੀ ਕਈ ਵਾਰੀ ਪੈਸੇ ਹੁੰਦੇ ਸੀ ਕਈ ਵਾਰੀ ਇੱਦਾਂ ਸਕੂਲ 'ਚੋਂ ਮੁੜੇ ਆਉਂਦੇ ਸੀ ਕਈ ਵਾਰੀ ਅੱਜ ਖਵਾਉਣੋ ਗੱਡੀ ਜਾਂਦੀ ਮੈਂ ਇੰਨਾ ਦੂਰ ਮੈਂ ਸਾਈਕਲ 'ਤੇ ਆਉਂਦਾ ਸੀਗਾ ਯਾਰ ਮੈਂ ਆਪਣੇ ਖੁਦ ਦਿਲ ਨਾਲ ਗੱਲਾਂ ਕਰਾਂ ਮੈਂ ਕਿਹਾ ਸੁੱਖਿਆ ਤਾਂ ਉਹ ਵੀ ਟਾਈਮ ਸੀਗਾ ਜਦੋਂ ਖਵਾਉਣੋ ਤੋਂ ਵੀ ਅੱਗੇ ਮੈਂ ਕਿਹਾ ਸਾਈਕਲ 'ਤੇ ਵੀ ਕਹਿ ਹੁੰਦਾ ਸੀ ਕੁਛ ਬਣ ਜੇ ਹੈ ਨਾ 100 ਰੁਪਈਆ ਬਣ ਜੇ ਲੈ ਆਉਂਦਾ ਅਤੇ ਮੈਂ ਕਿਹਾ ਦੇ ਲਿਆ ਵੀ ਪਰਮਾਤਮਾ ਦਾ ਚਲੋ ਸ਼ੁਕਰ ਹੈ ਵੀਰੇ ਯਾਰ ਮੈਂ ਰੱਬ ਨੂੰ ਜਾਣ ਦੇਣੀ ਇੱਕ 1% ਵੀ ਫਿਰ ਝੂਠ ਹੋਵੇ ਖਮਾਣ ਤੋਂ ਵੀ ਸਾਈਕਲ ਲੱਗੇ ਗਿਆ ਮੇਰੇ ਸੁਖਦੇਵ ਸਿੰਘ ਉਰਫ ਸੁੱਖਾ ਬੌਂਸਰ ਸੁੱਖਾ ਬੌਂਸਰ ਕਿਵੇਂ ਪੈ ਜਾਂਦਾ ਤੁਹਾਡਾ ਨਾਮ ਮੈਂ ਤਾਂ ਬਾਬੇ ਨਾਨਕ ਦੇ ਮੂਹਰੇ ਹੱਥ ਜੋੜ ਕੇ ਨਿਕਲਦੇ ਪਤਾ ਨਹੀਂ ਪਰਮਾਤਮਾ ਮੈਨੂੰ ਐਂ ਨਹੀਂ ਸੀ ਮੇਰਾ ਨਾਮ ਬਣੂਗਾ ਜਾਂ ਕੁਛ ਬਣ ਜੂ ਬਸ ਐਂ ਹੁੰਦਾ ਸੀਗਾ ਵੀ ਜਵਾਕ ਪਲ ਜਾਣ ਬਸ ਦਿਹਾੜੀ ਬਣ ਜਾ ਕਰੇ ਬਸ ਮੈਨੂੰ ਕਮੈਂਟ ਕਹਿੰਦਾ ਸੁੱਖ ਰੋਕ 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 ਤੈਨੂੰ ਦੇਖ ਕੇ ਰੌਲਾ ਪੈ ਰਿਹਾ ਕਹਿੰਦਾ ਚੱਕਰ ਕੀ ਆ ਜਦੋਂ ਉਹਨੇ ਇਹ ਗੱਲ ਕੀ ਮੈਂ ਹੋਰ ਡਰ ਗਿਆ ਵੀਰੇ ਮੈਂ ਕਿਹਾ ਯਾਰ ਕੀ ਪਰਮਾਤਮਾ ਤੇਰਾ ਮੈਂ ਕਿਹਾ ਇੰਨਾ ਧੰਨਵਾਦ ਉਨਾ ਬਾਈ ਫਿਰ ਜੀ ਬਾਬਾ ਜੀ ਨੇ ਗੁੱਡੀ ਫੜੀ ਫਿਰ ਮੈਂ ਕਹਿੰਦਾ ਬਾਈ ਦਿਨ ਵਾਰ ਦਿਨ ਗੱਲ ਚੜ੍ਹਦੀ ਗਈ ਆ ਮਤਲਬ ਹੁਣ ਪਿੰਡ ਵਾਲੇ ਹੋਈ ਜਿਹੜੇ ਜਿਹਨਾਂ ਦੇ ਘਰੋਂ ਮੈਂ ਕਬਾੜ ਚੱਕਦਾ ਸੀ ਅਖਬਾਰ ਖੂਰ ਲੈਂਦੀ ਜਿਹੜੀ ਬੋਰੀ ਬੋਤਲਾਂ ਵਗੈਰਾ ਹੁਣ ਉਹ ਆਪਣੇ ਜਵਾਕਾਂ ਦੱਸ ਦੇਣ ਵੀ ਆਹ ਬੌਂਸਰ ਸਾਡੇ ਘਰੇ ਆਉਂਦਾ ਸੀਗਾ ਵੀ ਸਾਡੇ ਗੇਟ ਦੇ ਮੂਹਰੇ ਹੋ ਕੇ ਆਉਂਦਾ ਜੀ ਮੈਂ ਕਬਾੜ ਵੇਖ ਲਓ ਮਤਲਬ ਜੋ ਅਖਬਾਰ ਵਗੈਰਾ ਕਹਿੰਦੇ ਸਾਰਾ ਸੁੱਖਾ ਬੌਂਸਰ ਮੈਂ ਕਿਹਾ ਹਾਂਜੀ ਕਹਿੰਦੇ ਸਾਰਾ ਆਪਕੋ ਮੂਵੀ ਮੈਂ ਵੀ ਦੇਣਾ ਸ਼ਾਰਟ ਮੈਂ ਛੱਡ ਤੂੰ ਕਿਹੜੀ ਮੂਵੀ ਮੈਂ ਕਿਹਾ ਉਹੀ ਬਕਵਾਸ ਮਾਰੀ ਜਾਂਦੇ ਮੈਂ ਕਿਹਾ ਪ੍ਰੇਮੀ ਨੇ ਹੁਣ ਤੱਕ ਕਿੰਨਾ ਕਿਹੜਾ ਕਿਹੜੀਆਂ ਚੀਜ਼ਾਂ ਤੁਹਾਨੂੰ ਸਨਮਾਨ ਦੇ ਵਿੱਚ ਦੇ ਚੁੱਕੇ ਨੇ ਇੱਕ ਮੈਨੂੰ ਮੋਟਰਸਾਈਕਲ ਮਿਲਿਆ ਸੀਗਾ ਸਨਮਾਨ 'ਚ ਸਪਲੈਂਡਰ ਉਹ ਮੈਂ ਆਪਣੀ ਭੈਣ ਦੇ ਵਿਆਹ ਦਿੱਤਾ ਸੀਗਾ ਜੀ ਫਿਰ ਮੈਨੂੰ ਇੱਕ ਬੁਲਟ ਮਿਲਿਆ ਵੀਰੇ ਅੰਦਰ ਘਰੇ ਖੜਾ ਮੇਰਾ ਗੱਡੀ ਮਿਲੀ ਸੀ ਵੀਰੇ ਭਰਾ ਬਣ ਕੇ ਜਹਾਜ਼ ਦੇ ਵਿੱਚ ਬਹਿ ਕੇ ਨਾ ਅੰਮ੍ਰਿਤਸਰ ਇੱਕ ਵਾਰੀ ਦੇਖੋ ਐਂ ਨਾ ਸਰੀਰ ਮਤਲਬ ਇੱਕ ਵਾਰੀ ਦਿਲ ਜਿਹਾ ਐਂ ਹੋਇਆ ਯਾਰ ਸੁੱਖੇ ਦਿਲ ਆ ਵੀ ਬਾਬਾ ਜੀ ਦੀ ਕਿਰਪਾ ਨਾਲ ਇੱਥੇ ਗਲੀਆਂ 'ਚ ਬੋਰੀਆਂ ਚੱਕਦਾ ਸੀ ਮੈਂ ਕਿਹਾ ਵੀ ਲੋਕ ਮਿਹਣੇ ਮਾਰਦੇ ਸੀ ਵੀ ਕੁੰਡੀ ਲਾਉਂਦੇ ਨੇ ਚੋਰ ਠੱਗੀਆਂ ਕਰਦੇ ਨੇ ਉਹ ਜੇ ਬਹੁਤ ਕੁਛ ਮੈਂ ਕਿਹਾ ਸੱਚੇ ਦਿਲੋਂ ਦਾ ਮਿਹਨਤ ਕਰੀ ਜੀ ਬਾਬਾ ਜੀ ਨੇ ਜਹਾਜ਼ 'ਚ ਬਿਠਾ ਦਾ ਮੈਂ ਕਿਹਾ ਸਿੱਧੂ ਮੂਸੇਵਾਲੇ ਦੇ ਨਾਲ ਕਿੰਨੀ ਵਾਰ ਮੁਲਾਕਾਤ ਹੋਈ ਸੀ ਸਿੱਧੂ ਨਾਲ ਵੀਰੇ ਯਾਰ ਮੁਲਾਕਾਤ ਮੇਰਾ ਭਰਾ ਬਣ ਕੇ ਮੈਂ ਨਾ ਉਹਨਾਂ ਦੇ ਪਿੰਡ ਦੇ ਮਾਨਸੇ ਮੈਂ ਨਾ ਜਿੰਮ ਦਾ ਰੀਬਨ ਕੱਟਣ ਗਿਆ ਸੀਗਾ ਮੈਂ ਰੀਬਨ ਕੱਟਣ ਗਿਆ ਅਤੇ ਮੇਰੇ ਨਾਲ ਦੇ ਕਹਿੰਦੇ ਵੀ ਸਿੱਧੂ ਦੇ ਘਰੇ ਜਾ ਕੇ ਆਉਣਾ ਮੈਂ ਕਿਹਾ ਯਾਰ ਸਿੱਧੂ ਪਤਾ ਨਹੀਂ ਕਹਿੰਦੇ ਵੀ ਲੋਕ ਵੀ ਲੋਕ ਕਹਿੰਦੇ ਸਿੱਧੂ ਦੇ ਗੁੱਸਾ ਵੀ ਹੋਊਗੀ ਆਕੜਾ ਥੋੜੀ ਆਕੜ ਬਹੁਤ ਹੈ ਮੈਂ ਕਿਹਾ ਯਾਰ ਮੈਂ ਲੋਕਾਂ ਦਾ ਮੈਂ ਕਿਹਾ ਯਾਰ ਉਹ ਕਹਿੰਦਾ ਆਪਾਂ ਚੱਲੀ ਲੋਕਾਂ ਦਾ ਕੀ ਲੋਕ ਤਾਂ ਬਹੁਤ ਕੁਛ ਕਹਿੰਦੇ ਨੇ ਕਹਿੰਦਾ ਕਹਿੰਦੇ ਵੀਰੇ ਨੂੰ ਮਿਲਣਾ ਉਹ ਬਾਪੂ ਕਹਿੰਦਾ ਵੀ ਸਿੱਧੂ ਕਹਿੰਦਾ ਸ਼ੋਅ ਲਾ ਗਿਆ ਦਿੱਲੀ ਤੋਂ ਥੱਕਿਆ ਕਹਿੰਦਾ ਵੀ ਤੁਸੀਂ ਫਿਰ ਕਿਦਾਂ ਆ ਜਾਓ ਫਿਰ ਮੈਨੂੰ ਕਹਿੰਦਾ ਤੂੰ ਉੱਤਰ ਕਹਿੰਦਾ ਫਿਰ ਮੈਂ ਉੱਤਰਿਆ ਬਾਪੂ ਮੈਨੂੰ ਪਛਾਣ ਲਿਆ ਫਿਰ ਬਾਪੂ ਅੰਦਰ ਗਿਆ ਸਿੱਧੂ ਕੋਲ ਸੁੱਖਾ ਮੰਦਰ ਖੜਾ ਫਿਰ ਮੈਨੂੰ ਅੰਦਰ ਲੈ ਗਿਆ ਬੁਲਾ ਗਿਆ ਨਾ ਫਿਰ ਮੈਂ ਅੰਦਰ ਗਿਆ ਬਹਿ ਗਿਆ ਮੈਨੂੰ ਕਹਿੰਦਾ ਆ ਵੀ ਜਾਨ ਕਹਿੰਦਾ ਕਹਿੰਦੇ ਕਹਿੰਦਾ ਦਿਲੋਂ ਜਾਨ ਨੂੰ ਮਤਲਬ ਜਾਨ ਜਾਨੀ ਉਹ ਬੰਦੇ ਨੇ ਪਹਿਲਾਂ ਸਨੈਪਚੈਟ 'ਤੇ ਫੋਟੋ ਪਾਤੀ ਸੀ ਮਤਲਬ ਮੈਂ ਮੇਰਾ ਚਾਹ ਦਾ ਕੱਪ ਫੜਿਆ ਅਤੇ ਸਿਆਲ ਦਾ ਮਹੀਨਾ ਸੀਗਾ ਹੀਟਰ ਚੱਲਦਾ ਸੀਗਾ ਮੈਨੂੰ ਕਹਿੰਦਾ ਹੀਟਰ ਸਹੀ ਪਹਿਲਾਂ ਕਹਿੰਦਾ ਠੰਡ ਬਹੁਤ ਆ ਅਤੇ ਲੋਕਾਂ ਦੀ ਮੈਨੂੰ ਵੀਡੀਓ ਕਾਲ ਆਉਣ ਲੱਗ ਗਈ ਸੀਗੀ ਵਟਸਐਪ 'ਤੇ ਜਿਹੜੇ ਮੇਰੇ ਆੜੀ ਨੇ ਵੀ ਸਿੱਧੂ ਸੁੱਖੇ ਦੇ ਘਰੇ ਬੈਠਾ ਕਿ ਸੁੱਖਾ ਸਿੱਧੂ ਦੇ ਘਰੇ ਬੈਠਾ ਦੇ ਲਓ ਮੈਂ ਮੈਨੂੰ ਉਸ ਹਿਸਾਬ ਨਾਲ ਬਿਠਾਇਆ ਸੀਗਾ ਬੰਦੇ ਨੇ ਅੱਜ ਅਸੀਂ ਤੁਹਾਨੂੰ ਅਜਿਹੇ ਪੰਜਾਬ ਦੇ ਗੱਭਰੂ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਫੌਲਾਦ ਵਰਗਾ ਸਰੀਰ ਹੈ ਸੁਖਦੇਵ ਸਿੰਘ ਉਰਫ ਸੁੱਖਾ ਬੌਂਸਰ ਹਰ ਕੋਈ ਇਹਨਾਂ ਨੂੰ ਜਾਣਦਾ ਬਾਹਰਲੇ ਮੁਲਕਾਂ ਤੱਕ ਇਹਨਾਂ ਦੀ ਪਹਿਚਾਣ ਆ ਅਤੇ ਪੂਰਾ ਪਿਆਰ ਲੋਕ ਦਿੰਦੇ ਨੇ ਕਈ ਵਾਰ ਇਹਨਾਂ ਦੇ ਨਾਲ ਅਜਿਹਾ ਸਮਾਂ ਸੀ ਜਦੋਂ ਇਹਨਾਂ ਨੇ ਪਿੰਡਾਂ ਦੇ ਵਿੱਚ ਕਬਾੜ ਇਕੱਠਾ ਕਰਨ ਦੇ ਲਈ ਫੇਰੀਆਂ ਲਾਈਆਂ ਨੇ ਜਿਹੜੇ ਪੈਲਸ ਸੀ ਉੱਥੇ ਵੇਟਰ ਦਾ ਕੰਮ ਕੀਤਾ ਦਿਹਾੜੀਆਂ ਲਾਈਆਂ ਨੇ ਤਮਾਮ ਉਹ ਜ਼ਿੰਦਗੀ ਦਾ ਸੰਘਰਸ਼ ਸੀ ਪਰ ਹੁਣ ਇੱਕ ਵੱਖਰੀ ਪਹਿਚਾਣ ਵਜੋਂ ਜਾਣੇ ਜਾਂਦੇ ਨੇ ਸੁੱਖਾ ਬੌਂਸਰ ਸੁੱਖਾ ਬੌਂਸਰ ਇਹਨਾਂ ਦਾ ਨਾਮ ਕਿਉਂ ਪਿਆ ਗੱਲਬਾਤ ਵੀ ਕਰਾਂਗੇ ਬਾਈ ਸਾਡੇ ਨਾਲ ਨੇ ਬਾਈ ਜੀ ਬਹੁਤ ਬਹੁਤ ਸਵਾਗਤ ਤਰਜਾਨਾ ਸਪੋਕਸਮੈਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਵੀਰੇ ਬਹੁਤ ਬਹੁਤ ਥੈਂਕ ਯੂ ਧੰਨਵਾਦ ਜੀ ਤੁਸੀਂ ਪਿੰਡ ਆਏ ਵੀਰੇ ਸਭ ਤੋਂ ਪਹਿਲਾਂ ਤਾਂ ਮੈਂ
ਤੁਹਾਡੇ ਕੈਰੀਅਰ 'ਤੇ ਆਵਾਂਗੇ। ਮੈਨੂੰ ਪਤਾ ਲੱਗਿਆ ਕਿ ਤੁਹਾਡਾ ਉਹ ਸਮਾਂ ਵੀ ਸੀ ਜਦੋਂ ਪਿੰਡਾਂ ਦੇ ਵਿੱਚ ਫੇਰੀ ਲਾਉਂਦੇ ਸੀ, ਕਬਾੜ ਇਕੱਠਾ ਕਰਦੇ ਸੀ, ਉਹ ਦਿਨ ਅੱਜ ਵੀ ਯਾਦ ਨੇ? ਹਾਂਜੀ ਹਾਂਜੀ ਵੀਰੇ, ਮੈਨੂੰ ਹਾਲੇ ਵੀ ਕਈ ਭਰਾ ਕਹਿੰਦੇ ਨੇ, ਕਹਿੰਦੇ ਯਾਰ ਤੂੰ ਬਦਲਿਆ ਨਹੀਂ ਬਾਈ, ਕਹਿੰਦਾ ਹਾਲੇ ਵੀ ਹਰ ਇੱਕ ਭਰਾ ਨੂੰ ਇੱਦਾਂ ਮਿਲਦਾ, ਕਹਿੰਦਾ ਉਵੇਂ ਸੇਮ ਉਹੀ ਗੱਲ ਹੈ। ਮੈਂ ਕਿਹਾ ਯਾਰ ਵੀਰੇ ਆਪਾਂ ਦਿਨ ਕਦੇ ਭੁੱਲਣੇ? ਮੈਂ ਕਿਹਾ ਮੈਨੂੰ ਦਿਲ ਭੁੱਲਦੇ ਨਹੀਂ ਜਿਹੜੇ ਬੰਦੇ ਨੇ ਇੰਨੀ ਮਿਹਨਤ ਕਰੀ ਹੋਵੇ, ਮੈਨੂੰ ਉਹ ਦਿਨ ਆਪਣੇ ਨਹੀਂ ਭੁੱਲਦੇ ਬਾਈ ਯਾਰ। ਹਰ ਟਾਈਮ ਮੈਨੂੰ ਮੇਰੇ, ਮੈਂ ਕੋਈ ਦੇਖਦਾ ਸਾਈਕਲ ਲੰਘਦਾ ਫੇਰੀ ਵਾਲਾ, ਮੈਨੂੰ ਆਪਣੇ ਜਿਹਦੇ ਚੇਤੇ ਆਉਂਦੇ ਨੇ ਦੇਖ ਕੇ, ਹਰ ਇੱਕ ਬੰਦੇ ਨੂੰ ਜਦੋਂ ਕੋਈ ਰੇਹੜੀ ਲੰਘਦੀ ਹੈ, ਮਤਲਬ ਉਹ ਆਪਣੇ ਦਿਨ ਵੀਰੇ ਨਹੀਂ ਭੁੱਲਦੇ ਮੇਰਾ ਭਰਾ, ਕਿਉਂਕਿ ਆਪਣੇ ਸਟਰੱਗਲ ਹੀ ਇੰਨਾ ਕਰਿਆ। ਆਹ ਦਿਨਾਂ ਦੇ ਵਿੱਚ ਨਾ ਮੇਰਾ ਭਰਾ ਹੁੰਦਾ ਸੀ ਮੇਰੇ ਨਾਲ, ਅਸੀਂ ਰੇਹੜੇ ਦੇ ਜਦੋਂ ਪਿੰਡਾਂ 'ਚ ਵੇਚਦੇ ਸੀ ਮੱਛਰਦਾਨੀਆਂ, ਉਹ ਵਿਚਾਰਾ ਕਹਿੰਦਾ ਸੀ, ਕਹਿੰਦਾ ਯਾਰ ਮੈਂ ਰੋਟੀ ਖਾਣੀ, ਮੈਨੂੰ ਭੁੱਖ ਲੱਗ ਗਈ। ਕਈ ਵਾਰੀ ਮੈਂ ਸਾਡਾ ਸਮਾਨ ਹੀ ਵਿਕਦਾ ਸੀਗਾ, ਮੈਂ ਕਿਹਾ ਯਾਰ ਜਦੋਂ ਵਿਕੂਗਾ ਆਪਾਂ ਉਦੋਂ ਘਰੋਂ ਜਾਵਾਂਗੇ। ਕਹਿੰਦਾ ਮੈਨੂੰ ਭੁੱਖ ਲੱਗੇ ਕੁਝ ਖਿਲਾ ਦੇ, ਮੈਂ ਕਿਹਾ ਪੈਸੇ ਕੋਈ ਹੈ ਨਹੀਂ, ਮੈਂ ਕਿਹਾ ਸਮਾਨ ਵਿਕੂ ਤਾਂ ਉਹਦਾ, ਮਤਲਬ ਇਹੋ ਜਿਹੇ ਦਿਨ ਦੇਖੇ ਨਾ ਵੀ ਬਸ ਰੋਟੀ ਖਾਣ ਨੂੰ ਕਈ ਵਾਰੀ ਐਂ ਹੁੰਦਾ ਸੀਗਾ ਵੀ ਭਾਅ ਯਾਰ ਮਤਲਬ ਘਰ ਚੱਲੀ ਭੁੱਖ ਲੱਗ ਗਈ। ਮੈਂ ਤਰਸਦਾ ਸੀ ਮੇਰਾ ਮਤਲਬ ਭਾਈ ਮਗਰ ਬੈਠਾ ਰੇੜਾ ਮੈਂ ਚਲਾਉਂਦਾ ਸੀਗਾ, ਮਤਲਬ ਰੇੜੇ ਦੇ ਵਿੱਚ ਚਲੇ ਜਾਂਦੇ ਸੀ। ਹਾਂ ਰੇੜੇ ਦੇ ਵੀ ਮੱਛਰਦਾਨੀਆਂ ਪਿੰਡਾਂ 'ਚ ਸਾਰੇ, ਮਤਲਬ ਯਾਨੀ ਕਿ ਕਾਫੀ ਸਟਰਗਲ ਕਰਿਆ। ਜਦੋਂ ਤੁਸੀਂ ਕਬਾੜ ਦਾ ਕੰਮ ਕਰਦੇ ਸੀ ਪਿੰਡਾਂ 'ਚ ਜਾ ਕੇ ਫੇਰੀਆਂ ਲਾਉਂਦੇ, ਸਾਈਕਲ 'ਤੇ ਜਾਂਦੇ ਸੀ, ਕਿੰਨਾ ਸਮਾਂ ਉਹ ਕੰਮ ਕੀਤਾ ਫਿਰ? ਉਹ ਵੀਰੇ ਬਹੁਤ ਚਿਰ ਕਰਿਆ ਮੈਂ, ਉਹ ਮੇਰਾ ਭਰਾ ਬਣ ਕੇ ਮੈਂ ਘੱਟੋ ਘੱਟ ਕਰਿਆ ਵੀਰੇ ਆਪਣੇ 2005 ਤੋਂ ਲੈ ਕੇ ਉਹ ਮੈਂ ਕੰਮ ਕਰਿਆ ਵੀਰੇ 2014 ਤੱਕ। ਦੇਖ ਲਓ ਕਿੰਨੇ ਸਾਲ ਕਰਿਆ ਸਾਈਕਲ ਦੇ ਵਿੱਚ ਫੇਰੀਆਂ ਲਾਉਂਦੇ ਸੀ। ਮੈਂ ਕਹਿੰਦਾ ਵੀਰੇ ਅੱਜ ਉਹ ਪਿੰਡਾਂ ਵਾਲੇ ਮੇਰਾ ਭਰਾ ਬਣੇਗਾ, ਜਵਾਕਾਂ ਨੂੰ ਮੋਬਾਈਲ ਨਾਲ ਦਿਖਾਉਂਦੇ, ਕਹਿੰਦਾ ਆਹ ਸਾਡੇ ਘਰੇ ਆਉਂਦਾ ਸੀ ਕਬਾੜ ਲੈਣ, ਕਹਿੰਦਾ ਮਤਲਬ ਹੁਣ ਪਿੰਡਾਂ ਵਾਲੇ ਉਹੀ ਜਿਹੜੇ ਜਿਹਨਾਂ ਦੇ ਘਰੋਂ ਮੈਂ ਕਬਾੜ ਚੱਕਦਾ ਸੀ, ਅਖਬਾਰ ਖੂਰ ਲੈਂਦਾ ਸੀ, ਜਿਹੜੀ ਬੋਰੀ ਬੋਤਲਾਂ ਵਗੈਰਾ, ਹੁਣ ਉਹ ਆਪਣੇ ਜਵਾਕਾਂ ਦੱਸ ਦੇਣ ਵੀ ਆਹ ਬਾਉਂਸਰ ਸਾਡੇ ਘਰੇ ਆਉਂਦਾ ਸੀਗਾ, ਵੀ ਸਾਡੇ ਗੇਟ ਦੇ ਮੂਹਰੇ ਹੋ ਕੇ ਜਾਂਦਾ ਸੀ ਵੀ ਆਹ ਕਬਾੜ ਵੇਚ ਲਓ, ਮਤਲਬ ਜੋ ਅਖਬਾਰ ਵਗੈਰਾ। ਯਾਨੀ ਵੀਰੇ ਜਦੋਂ ਮੈਂ ਲੰਘਦਾ ਬੁਲਟ ਜਾਂ ਗੱਡੀ ਦੇ ਵਿੱਚ, ਬੜੇ ਪਿੰਡ ਵਾਲੇ ਖੁਸ਼ ਹੁੰਦੇ ਨੇ ਵੀ ਯਾਰ ਨਾ ਵੀ ਬੰਦੇ ਨੇ ਬੜੀ ਮਿਹਨਤ ਕਰੀ, ਵੀ ਪਾਸਾ ਪਲਟਦਾ, ਮਤਲਬ ਪਾਸਾ ਚਲੋ ਪਰਮਾਤਮਾ ਨੇ ਪਲਟਿਆ ਜੀ, ਅਤੇ ਭੈਣ ਭਰਾਵਾਂ ਦਾ ਪਿਆਰ ਮਿਲਿਆ। ਸਾਈਕਲ ਹੈਗਾ ਕਬਾੜ ਵਾਲਾ ਅੱਜ? ਹਾਂ ਹਾਂ ਵੀਰੇ ਖੜਾ ਸਾਈਕਲ ਵੀਰੇ, ਸੰਭਾਲਿਆ ਪਿਆ। ਮੈਂ ਕਹਿੰਦਾ ਵੀਰੇ ਯਾਰ ਪਰਮਾਤਮਾ ਚੜ੍ਹਦੀ ਕਲਾ, ਉਹ ਚੀਜ਼ਾਂ ਵੀਰੇ ਕਿੱਥੇ। ਮੈਂ ਕਹਿੰਦਾ ਜਦੋਂ ਸਾਡਾ ਨਵਾਂ ਘਰ ਬਣਿਆ, ਮੇਰੀ ਸਲਾਹ ਉਹ ਤੋਂ ਉੱਪਰ ਸਾਈਕਲ ਰੱਖੀ ਉੱਪਰ, ਮਤਲਬ ਕੋਠੇ ਦੇ ਵਧੀਆ ਬਣਾ ਕੇ ਰੱਖਣਾ, ਵੀ ਉਹ ਵੀ ਇੱਕ ਦੌਰ ਸੀ ਜ਼ਿੰਦਗੀ ਦਾ। ਹਾਂਜੀ, ਆਪਾਂ ਨੂੰ ਅੱਗੇ ਵਧਣ ਦਾ ਉਹ ਮਿਲਿਆ ਨਾ, ਜਜ਼ਬਾ ਮਿਲਿਆ। ਸਹੀ ਗੱਲ ਵੀਰੇ ਯਾਰ, ਝੂਠ ਨਹੀਂ ਮਾਰਦਾ ਪਰਮਾਤਮਾ। ਚਲੋ ਅਸੀਂ ਹੁਣ ਕਈ ਵਾਰੀ ਘਰੇ ਸੋਚਦੇ ਨਾ ਵੀ ਆਹ ਦਿਨਾਂ 'ਚ ਕਿੱਥੇ ਗਰਮੀ 'ਚ ਫੁੱਲ ਬਾਹਰ ਪਿੰਡਾਂ 'ਚ ਬੁਰੇ ਹਾਲ ਹੁੰਦਾ ਸੀਗਾ, ਮਤਲਬ ਹਨਾ ਵੀ ਕਈ ਵਾਰੀ ਵੀਰੇ ਕੋਈ ਲੋਕ ਗਲਤ ਬੋਲ ਜਾਂਦੇ ਸੀ ਹਨਾ ਵੀ ਇਹ ਕੁੰਡੀਆਂ ਲਾਉਂਦੇ ਜੀ, ਐਂ ਮਤਲਬ ਕਾਫੀ ਕੁਛ ਲੋਕ ਗਲਤ ਬੋਲ ਜਾਂਦੇ, ਪਰ ਮੈਂ ਗੁੱਸਾ ਨਹੀਂ ਕਰਦਾ ਸੀਗਾ। ਕਿਉਂਕਿ ਵੀਰੇ ਮੈਂ ਤਾਂ ਸਵੇਰੇ ਜਦੋਂ ਮੈਂ ਸਾਈਕਲ ਚੱਕਦਾ ਸੀਗਾ, ਮੈਂ ਤਾਂ ਬਾਬੇ ਨਾਨਕ ਦੇ ਮੂਹਰੇ ਹੱਥ ਜੋੜ ਕੇ ਨਿਕਲਦੇ, ਪਤਾ ਨਹੀਂ ਪਰਮਾਤਮਾ ਮੈਨੂੰ ਐਂ ਨਹੀਂ ਸੀ ਵੀ ਮੇਰਾ ਨਾਮ ਬਣੂਗਾ ਜਾਂ ਕੁਛ ਬਣ ਜੂ, ਬਸ ਐਂ ਹੁੰਦਾ ਸੀਗਾ ਵੀ ਜਵਾਕ ਪਲ ਜਾਣ, ਬਸ ਦਿਹਾੜੀ ਬਣ ਜਾ ਕਰੇ, ਬਸ ਘਰ ਦਾ ਖਰਚਾ ਲਿਆ, ਆਪਾਂ ਨੂੰ ਹੋਰ ਨਹੀਂ, ਆਪਾਂ ਨੂੰ ਕੋਈ ਮੈਟਰ ਸੀ ਵੀ ਬਾਉਂਸਰ ਬਣਨਾ, ਆਪਾਂ ਜਿੰਮ 'ਚ ਲੱਗਾਂਗੇ, ਕੋਈ ਗੱਲਾਂ ਬਾਤਾਂ ਨਾ। ਸ਼ੁਰੂ ਤੋਂ ਹੀ ਬਸ ਬਾਬੇ ਨਾਨਕ ਦੇ ਮੂਹਰੇ ਹੱਥ ਜੋੜ ਕੇ ਘਰੋਂ ਨਿਕਲਣਾ ਸਾਈਕਲ 'ਤੇ, ਉਹ ਗੱਲਾਂ ਦਿਲ 'ਚ ਨੇ ਵੀ ਪਰਮਾਤਮਾ ਬਾਬਾ ਜੀ ਨੇ ਵੀ ਗੁਰੂ ਨਾਨਕ ਦੇਵ 13 ਦਿਨਾਂ ਜੋਖੀਆਂ ਨਾ ਵੀ ਚਲੋ ਹੁਣ ਵੀ ਕੋਈ ਨੋਕ ਝੋਕ ਨਾ ਹੋਵੇ ਕਿਸੇ ਕੰਮ ਦੇ ਵਿੱਚ, ਵੀ ਜੋ ਕੁਛ ਬਣ। ਹੋਰ ਕਿਹੜਾ ਕਿਹੜਾ ਕੰਮ ਕੀਤਾ ਫਿਰ ਨਾਲ? ਇਸ ਤੋਂ ਇਲਾਵਾ ਮੱਛਰਦਾਨੀਆਂ ਵੇਚੀਆਂ, ਫਿਰ ਕਬਾੜ ਇਕੱਠਾ ਕੀਤਾ, ਅਸੀਂ ਫਿਰ ਰੇਹੜੀ ਲਾਈ ਵੀਰੇ ਇਹਦੇ ਆਪਣੇ ਬ੍ਰੈਡ ਪਕੌੜੇ ਦੀ। ਆਹ ਤੁਸੀਂ ਗੇਟ ਰੰਗੇ ਨਾ ਹਨਾ? ਹਾਂ ਬਿਲਕੁਲ, ਉੱਥੇ ਗੇਟ ਦੇ ਵੀਰੇ ਮੇਰਾ ਭਾਈ ਅਤੇ ਮੈਂ, ਅਸੀਂ ਦੋਨੇ ਮਤਲਬ ਉਹ ਵਿਚਾਰਾ ਭਾਂਡੇ ਭੂੰਡੇ ਮਾਰਦਾ ਸੀਗਾ, ਮੈਂ ਸਮਾਨ ਕੱਢਦਾ ਸੀਗਾ ਉਹ 'ਚੋਂ ਮਤਲਬ ਕੜਾਹੀ 'ਚ, ਅਤੇ ਉਹ ਵੀ ਕੋਈ ਸਾਡੇ ਕੋਈ ਲੱਗਿਆ ਨਹੀਂ ਕੁਛ, ਬਚਿਆ ਨਹੀਂ ਕੁਛ, 50 ਰੁਪਏ ਜਿਵੇਂ 100 ਰੁਪਏ ਬਚਦਾ ਸੀਗਾ ਉਹ ਐਵੇਂ ਲੱਗ ਜਾਂਦਾ ਸੀ, ਬਸ ਘਰੇ ਆਉਂਦੇ ਜਿਵੇਂ ਚੀਨੀ ਚੁਨੀ ਮੈਂ ਕੁਛ ਲਾ ਲਓ ਹੈ ਨਾ, ਅਤੇ ਨਹੀਂ ਕੁਛ ਨਹੀਂ ਮਤਲਬ ਇੱਦਾਂ ਬਸ ਵੀ
ਬਸ ਵੀ ਪੈਸਿਆਂ ਵਾਲਾ ਜਾਣੀ ਕਿ ਕੋਈ ਆਉਂਦਾ ਨਹੀਂ ਕੋਈ ਹਿਸਾਬ ਵੀ ਜਾਣੀ ਕਿ ਜਿੰਨੇ ਜਿੰਨਾ ਸਮਾਂ ਉੱਧਰ ਹੀ ਘਾਲਾ ਮਾਲਾ ਹੋ ਜਾਂਦਾ ਜੀ, ਕੋਈ ਸਮਝ ਨਹੀਂ ਆਉਂਦੀ ਸੀ ਮਤਲਬ ਕਿੱਥੇ ਜਾਂਦੇ ਨੇ ਪੈਸੇ ਕਿੱਥੇ, ਕਿਉਂਕਿ ਪੈਸੇ ਦੇ ਕਿੰਨੇ ਕੁ ਬਣਦੇ, ਥੋੜ੍ਹੇ ਮੋਟੇ ਬਣਦੇ ਹੋਣੇ ਖਾਣ ਜੋਗੇ ਤੁਹਾਨੂੰ ਪਤਾ। ਹਾਂਜੀ ਵੀਰੇ ਇਹ ਗੱਲਾਂ ਮਹਿੰਗਾਈ ਦਾ ਦੌਰ ਆ, ਬਿਲਕੁਲ ਬਿਲਕੁਲ ਵੀਰੇ। ਅਤੇ ਫਿਰ ਚਲੋ ਬਾਈ ਹੌਲੀ ਹੌਲੀ ਕਰਦੇ ਕਰਦੇ ਵੀਰੇ ਫਿਰ ਵੀ ਚਲੋ ਫਿਰ ਮੈਂ ਨਾ ਜਾਣੀ ਸਾਈਕਲ ਚੱਕਿਆ ਵੀਰੇ ਕਬਾੜ ਦਾ, ਫਿਰ ਮੈਂ ਫਿਰ ਸਾਈਕਲ ਲਿਆ ਕਬਾੜ 'ਚ ਪਤਾ ਨਹੀਂ 350 ਰੁਪਏ ਲਿਆ ਸੀਗਾ ਸਾਈਕਲ ਜੀ ਨੇ, ਫਿਰ ਉਹ ਸਾਈਕਲ ਲਿਆ ਵੀਰੇ, ਫਿਰ ਉਹਨੂੰ ਤਾਂ ਫੇਰੀ ਫੂਰੀ ਲਾਉਣ ਲੱਗ ਗਿਆ, ਉਹ 'ਚੋਂ ਚਲੋ ਬਚਣ ਲੱਗ ਗਏ ਤਾਂ 50 ਵਜੇ 70 ਵਜੇ ਤਾਂ 100 ਵਜ ਗਿਆ, ਫਿਰ ਇੱਦਾਂ 100-150 ਬਚਣ ਲੱਗ ਗਏ। ਪਿੰਡਾਂ 'ਚ ਚਲੇ ਜਾਂਦੇ ਕਿੰਨੀ ਦੂਰ ਤੱਕ ਚਲੇ ਜਾਂਦੇ? ਮੈਂ ਵੀਰੇ ਖਮਾਣੋ ਦਾ ਗਿਆ, ਖਮਾਣੋ ਤੱਕ ਜੀ, ਸੁਣਿਆ ਖਮਾਣੋ? ਖਮਾਣੋ ਸੁਣਿਆ ਬਿਲਕੁਲ ਵੀਰੇ, ਉੱਥੋਂ ਮੇਰਾ ਭਰਾ ਬਣ ਕੇ ਵੀਰੇ ਮੈਂ ਸਾਈਕਲ 'ਤੇ ਖਮਾਣੋ ਤੋਂ ਵੀ ਅੱਗੇ ਗਿਆ ਮੈਂ 2-3 ਪਿੰਡ, ਅੱਜ ਖਮਾਣੋ 'ਚ ਗੱਡੀ ਜਾਂਦੀ, ਮੈਂ ਇੰਨਾ ਦੂਰ ਮੈਂ ਸਾਈਕਲ 'ਤੇ ਆ ਜਾਂਦਾ ਸੀਗਾ ਯਾਰ, ਮੈਂ ਆਪਣੇ ਖੁਦ ਦਿਲ ਨਾਲ ਗੱਲਾਂ ਕਰਾਂ, ਮੈਂ ਕਿਹਾ ਸੁੱਖਿਆ ਤਾਂ ਉਹ ਵੀ ਟਾਈਮ ਸੀਗਾ ਜਦੋਂ ਖਮਾਣੋ ਤੋਂ ਵੀ ਅੱਗੇ ਮੈਂ ਕਿਹਾ ਸਾਈਕਲ 'ਤੇ ਵੀ ਕਹਿ ਹੁੰਦਾ ਸੀ ਕੁਛ ਬਣ ਜੇ ਹੈ ਨਾ, 100-50 ਬਣ ਜੇ ਲੈ ਆਉਂਦਾ, ਅਤੇ ਮੈਂ ਕਿਹਾ ਦੇ ਲਿਆ ਵੀ ਪਰਮਾਤਮਾ ਦਾ ਚਲੋ ਸ਼ੁਕਰ ਹੈ ਵੀਰੇ ਯਾਰ, ਮੈਂ ਰੱਬ ਨੂੰ ਜਾਣ ਦੇਣੀ ਇੱਕ 1% ਵੀ ਵੀਰੇ ਝੂਠ ਹੋਵੇ, ਖਮਾਣੋ ਤੋਂ ਵੀ ਸਾਈਕਲ ਅੱਗੇ ਗਿਆ ਵੀਰੇ। ਫਾਦਰ ਸਾਹਿਬ ਕੀ ਕਰਦੇ ਸੀ ਉਦੋਂ, ਕੀ ਹਾਲਾਤ ਸੀ ਘਰ ਦੇ ਜਦੋਂ ਇਹ ਚੀਜ਼ਾਂ ਦੇ ਵਿੱਚ ਤੁਸੀਂ ਲੰਘੇ ਹੋ ਤੁਸੀਂ? ਡੈਡੀ ਮੇਰਾ ਵੀਰੇ ਗੋਬਿੰਦਗੜ੍ਹ ਮੇਲੇ 'ਚ ਨਾ ਲੋਹਾ ਮਤਲਬ ਸਰੀਆ ਦਾ ਕੰਮ ਕਰਦੇ, ਸਰੀਆ ਮਤਲਬ ਵੱਢਦੇ ਸੀਗੇ ਉਹ ਮਤਲਬ, ਅਤੇ ਡੈਡੀ ਦਾ ਮੇਰੇ ਕੋਈ ਮੇਰਾ ਭਰਾ ਬਣ ਕੇ ਕਹਿ ਦੀ ਕੋਈ ਪਰਮਾਤਮਾ ਵੱਲੋਂ ਨਹੀਂ ਸੀ ਕੋਈ ਬਰਕਤ ਵਗੈਰਾ ਹੈ ਨਾ, ਮਤਲਬ ਵਿਚਾਰਾ ਉਹ ਵੀ ਬਸ ਘਰ ਦਾ ਗੁਜ਼ਾਰਾ ਚੱਲਦਾ ਸੀ, ਚੀਨੀ ਚਾਹ ਦਾ ਮਾੜਾ ਮੋਟਾ, ਹੋਰ ਘਰ ਦੇ ਕੋਈ ਤੁਹਾਨੂੰ ਪਤਾ ਗੁਜ਼ਾਰਾ ਹੁੰਦਾ ਸੀ, ਮਸੇ ਮਤਲਬ ਗੁਜ਼ਾਰਾ ਬਾਰੇ ਬਸ ਗੁਜ਼ਾਰਾ ਸੀਗਾ ਵੀ ਐਂ ਵੀ ਆਪਣਾ ਗੁਜ਼ਾਰਾ ਸੀਗਾ ਬਸ ਮਾੜਾ ਮੋਟਾ, ਬਸ ਚਾਹ ਪਾਣੀ ਦਾ ਜਾਂ ਹੋਰ। ਕਈ ਵਾਰੀ ਯਾਰ ਝੂਠ ਨਹੀਂ ਮਾਰਦਾ, ਕਈ ਵਾਰੀ ਵੀਰੇ ਚੀਨੀ ਹੁੰਦੀ ਸੀ ਚਾਹ ਵਾਸਤੇ, ਕਈ ਵਾਰੀ ਤਾਂ ਯਾਰ ਕਈ ਵਾਰੀ ਜਦੋਂ ਮਤਲਬ ਕਈ ਵਾਰੀ ਗਵਾਂਢੀਆਂ ਤੋਂ ਵੀ ਚੀਨੀ ਮੰਗ ਕੇ ਲਾਉਣੀ ਪੈਂਦੀ, ਚਾਹ ਚੁੱਲ੍ਹੇ 'ਤੇ ਪਈ ਆ, ਅਤੇ ਕਈ ਵਾਰੀ ਮੀਂਹ ਮੂੰਹ ਆ ਗਿਆ ਅੰਦਰ, ਕਿਹੜਾ ਕੋਈ ਹੁੰਦਾ ਸੀ ਗੈਸ ਗੂਸ ਤੁਹਾਨੂੰ ਪਤਾ, ਸਟੋਵ ਹੁੰਦਾ ਸੀਗਾ, ਸਟੋਵ ਚੱਲਦੇ ਸੀ, ਸਟੋਵ 'ਚ ਕਈ ਵਾਰੀ ਤੇਲ ਨਹੀਂ ਹੁੰਦਾ ਸੀਗਾ, ਫਿਰ ਚਾਹ ਇੱਦਾਂ ਹੀ ਮਤਲਬ ਕਾਫੀ ਮਤਲਬ ਫਿਰ ਇੱਟਾਂ ਰੱਖ ਕੇ ਨਾ ਅੰਦਰ ਕਮਰੇ 'ਚ ਇੱਟਾਂ ਰੱਖ ਕੇ ਹੈ ਉਹਦੇ ਉਹ ਚਾਹ ਰੱਖ ਕੇ ਲੱਕੜਾਂ ਅੰਦਰ ਮਤਲਬ ਚੁੱਲ੍ਹਾ ਹੀ ਬਣਾਉਣਾ ਕੋਠੇ ਦੇ ਅੰਦਰ, ਮਤਲਬ ਯਾਨੀ ਕਿ ਕਾਫੀ ਇੱਦਾਂ ਦੇ ਮੈਂ ਖੁਦ ਆਪ ਇਹ ਸਾਰੇ ਮਾਤਾ ਨਾਲ ਆਪ ਕੰਮ ਕਰਾਇਆ ਨੇ, ਮਤਲਬ ਯਾਨੀ ਕਿ ਵੀ ਸਕੂਲ ਤੋਂ ਆ ਕੇ ਦੇਖਣਾ ਕਿ ਮੇਰੀ ਰੋਟੀ ਦੇਖਣੀ ਮਤਲਬ ਹੈ ਨਾ ਵੀ ਮਤਲਬ ਉੱਦਾਂ ਹੀ ਬੱਚੀ ਨਹੀਂ ਪਾ ਕੇ ਵਿੱਚ ਉੱਦਾਂ ਹੀ ਖਾ ਲੈਣੀ ਜਿਵੇਂ ਸਬਜ਼ੀ ਹੋਣੀ ਮਤਲਬ ਜਾਂ ਕੋਈ ਇੱਦਾਂ, ਯਾਨੀ ਕਿ ਵੀ ਜੋ ਲੋਕਾਂ ਦੇ ਜਵਾਕ ਐਂ ਖੇਡਦੇ ਸੀ ਗਰਾਊਂਡ ਦੇ 'ਚ, ਅਸੀਂ ਮੈਂ ਤਾਂ ਮੇਰਾ ਭਾਈ ਸੀ ਪਿੰਡਾਂ 'ਚ ਮੱਛਰਦਾਨੀਆਂ, ਅਤੇ ਫਿਰ ਮੈਂ ਖੰਨੇ ਲੱਗ ਗਿਆ। ਉਮਰ ਹੁੰਦੀ ਸੀ ਉਦੋਂ? ਉਦੋਂ ਵੀਰੇ ਮੈਂ ਸੀਗਾ ਮੇਰਾ ਭਰਾ ਬਣ ਕੇ ਮੈਂ 10-11 ਸਾਲ ਦਾ ਹੀ, ਮੈਂ 10-11 ਸਾਲ ਦੇ ਲੱਗੇ ਸੀ। ਹਾਂ ਅਤੇ ਮੇਰਾ ਭਰਾ ਵੀ ਨਹੀਂ ਪੜਿਆ ਵੀਰੇ, ਉਹ ਵੀ ਵਿਚਾਰਾ ਨਹੀਂ ਪੜਿਆ, ਉਹ ਵੀ ਨਹੀਂ ਪੜ ਗਰੀਬੀ ਕਰਕੇ ਯਾਨੀ ਕਿ ਮਾਰ ਪੈ ਗਈ ਦੋਨਾਂ 'ਤੇ ਬਹੁਤ ਵੀਰੇ ਤੁਹਾਨੂੰ ਪਤਾ। ਤੁਸੀਂ ਕਿੰਨਾ ਕੁ ਪੜ ਸਕਦੇ? ਮੈਂ ਵੀਰੇ 6ਵੀਂ ਤੋਂ ਹਟ ਗਿਆ ਸੀ। ਹਾਂਜੀ ਵੀਰੇ, ਫਿਰ ਤੁਹਾਨੂੰ ਪਤਾ ਵੀਰੇ ਫੀਸ ਵਾਸਤੇ ਵੀ ਹੁੰਦੀ ਸੀ ਕਈ ਵਾਰੀ, ਪੈਸੇ ਹੁੰਦੇ ਸੀ ਕਈ ਵਾਰੀ, ਇੱਦਾਂ ਸਕੂਲ 'ਚੋਂ ਮੁੜੇ ਆਉਂਦੇ ਸੀ ਕਈ ਵਾਰੀ, ਮੈਂ ਤੁਹਾਨੂੰ ਤਾਂ ਝੂਠ ਨਹੀਂ ਮਾਰਦਾ ਵੀ ਇਹੋ ਜਿਹੇ ਹਾਲਾਤ ਨੇ ਵੀ ਪਿਲਸਨ ਵੀ ਕਈ ਵਾਰੀ ਮਤਲਬ ਇੱਦਾਂ ਲੈਣ ਨੂੰ ਹੁੰਦਾ ਜੀ ਵੀ ਯਾਰ, ਮਤਲਬ ਹਰ ਇੱਕ ਕਾਫੀ ਮੈਨੂੰ ਸਾਰੀਆਂ ਗੱਲਾਂ ਯਾਦ ਨੇ, ਮਤਲਬ ਹੁਣ ਤੋਂ ਮੈਂ ਕੀ ਦੱਸਾਂ, ਮਤਲਬ ਇੰਨਾ ਕੁ ਹਾਲਾਤ ਵੀ ਪਰਮਾਤਮਾ ਚਲੋ ਬਾਬਾ ਜੀ ਨੇ ਫਿਰ ਵੀ ਉਹ ਰੱਬ ਨੂੰ ਮੇਰੇ ਯਾਰ ਪਰਮਾਤਮਾ ਨੂੰ ਵੀ ਮਨਜ਼ੂਰ ਹੋ ਗਿਆ ਵੀ ਯਾਰ ਇੰਨੀ ਮਿਹਨਤ ਕਰੀ ਹੈ ਨਾ ਵੀ ਯਾਰ ਪਰਮਾਤਮਾ ਨੇ ਮੇਰੇ, ਫਿਰ ਉਹਦਾ ਬਾਬਾ ਜੀ ਦਾ ਫਰਜ਼ ਬਣਦਾ ਸੀਗਾ ਵੀ ਯਾਰ ਹੁਣ ਆਹ ਸਮੇਂ 'ਚ ਤਾਂ ਚਲੋ ਮਾੜਾ ਮੋਟਾ ਸੁੱਖ ਦਵਾ ਦੀ ਹੈ ਨਾ ਵੀ ਬਥੇਰਾ ਇੰਨਾ, ਜੇ ਮਤਲਬ ਵੀਰੇ ਨਾ ਮੇਰਾ ਸੌਂ ਲੱਗ ਜੇ ਮੈਨੂੰ ਨਾ ਇੰਨਾ ਮਿਹਨਤ ਦਾ ਮੇਰਾ ਮੁੱਲ ਪੈਂਦਾ, ਮੇਰਾ ਸਾਰੀ ਜ਼ਿੰਦਗੀ ਕਹਿ ਦੀ ਕਿ ਨਾ ਬੰਦੇ ਨੂੰ ਜਿਵੇਂ ਕਹਿ ਦੀ ਦੁੱਖ ਰਹਿਣਾ ਸੀਗਾ ਮਤਲਬ ਸਾਰੀ ਜ਼ਿੰਦਗੀ ਦਾ ਵੀ ਰੱਬ ਨਾਲ ਇੱਕ ਬੰਦੇ ਦਾ ਹੁੰਦਾ ਨਹੀਂ ਵੀ ਯਾਰ ਮੈਨੂੰ ਵੀ ਗਿਲਾ ਜਿਹਾ ਰਹਿਣਾ ਸੀ ਸਾਰੀ ਜ਼ਿੰਦਗੀ, ਮਨ ਦੇ ਵਿੱਚ ਰੋਸਾ ਜਿਹਾ ਰਹਿਣਾ ਸੀ ਹੈ ਨਾ। ਅਤੇ ਫਿਰ ਜਦੋਂ ਇਹ ਫੌਲਾਦ ਵਰਗਾ ਬਣਾਇਆ ਸਰੀਰ, ਇਹ ਕਿਵੇਂ ਬਣਾਇਆ, ਕਿਹੜੀ ਚੀਜ਼ ਸੀ ਜਿਹੜੀ ਤੁਹਾਨੂੰ ਪ੍ਰਭਾਵਿਤ ਕਰਦੀ ਰਹੀ ਵੀ ਹਾਂ ਅੱਗੇ ਵਧਣਾ?
ਬਰੇਅਰ ਝੂਠ ਨਹੀਂ ਮਾਰਦਾ। ਪਹਿਲਾਂ ਜਦੋਂ ਮੈਂ ਜਿੰਮ ਲੱਗਿਆ ਮੈਂ ਤਾਂ ਮੈਨੂੰ ਕੁਛ ਨਹੀਂ ਪਤਾ ਸੀਗਾ, ਮੈਂ ਤਾਂ ਬਸ ਦੁੱਧ 'ਚ ਕੇਲੇ ਘੋਲ ਘੋਲ ਗਿਆ ਪੀਂਦਾ ਸੀਗਾ ਐਨ, ਜਿਵੇਂ ਦੋ ਟਾਈਮ ਜਿਵੇਂ ਦੇਖ ਛੇਕ ਨਾਲ ਐਨ ਹੈ ਨਾ, ਮੈਨੂੰ ਘਰ ਦੇ ਕਹਿੰਦਾ ਯਾਨੀ ਕਿ ਬਾਹਲਾ ਸਾਡਾ ਮਤਲਬ ਜਾਣੀ ਕਿ ਵੀ ਜਿਵੇਂ ਇੰਨੇ ਬਦਾਮ ਬਦੂਮਾਂ ਮਤਲਬ ਮੈਨੂੰ ਕਹਿੰਦੀ ਬਦਾਮ ਬਾਹਲੇ ਆਪਾਂ ਖਾਂਦੇ ਇੰਨੇ ਪੈਸੇ ਹੁੰਦੇ ਨਹੀਂ ਸੀਗੇ ਵੀ ਜਿਵੇਂ ਕੇਲੇ ਲੈ ਲਏ। ਤਾਂ ਸੱਚੀ ਗੱਲ ਮੰਨੀ ਰੇਹੜੀ ਵਾਲੇ ਕੋਲ ਕੇਲੇ ਵੀ 10 ਰੁਪਏ ਲੈ ਹੁੰਦੇ ਸੀਗੇ, ਬਾਹਲੇ ਪੈਸੇ ਹੁੰਦੇ ਸੀਗੇ। ਜਿਵੇਂ ਉਸ ਟਾਈਮ 10 ਰੁਪਏ ਦੇ ਕੇਲੇ ਮੈਂ ਕਹਿੰਦਾ ਵੀ ਟੁੱਟੇ ਕੇਲੇ ਪਾਉਂਦੇ ਸੀਗੇ ਮੈਨੂੰ, ਦਰਜਨ ਪਾਉਂਦੇ ਸੀਗੇ 10-12 ਕੇਲੇ 10 ਰੁਪਏ ਦੇ ਟੁੱਟੇ ਕੇਲੇ। ਉਸ ਟਾਈਮ ਦੀ ਗੱਲ ਕਰਦਾ ਮੈਂ 2009-10 ਦੀ, 8 'ਚ ਮੈਂ ਲੱਗਿਆ ਸੀਗਾ, ਮੈਨੂੰ 6 ਮਹੀਨੇ ਲੱਗ ਗਏ ਸੀਗੇ ਜਿੰਮ ਦੀ ਸੈਟਿੰਗ ਕਰਦੇ, ਮੈਨੂੰ ਪਤਾ ਨਹੀਂ ਸੀ ਕੀ ਖਾਂਦੇ ਨੇ ਕੀ ਨਹੀਂ। ਮੈਂ ਬਸ ਜਿੰਮ 'ਚੋਂ ਆਇਆ, ਦੁੱਧ 'ਚ ਕੇਲੇ ਪਾਏ, ਉਹਨੂੰ ਰਗੜਾ ਮਾਰਿਆ ਪੀ ਗਿਆ, ਸਵੇਰੇ ਉੱਠਿਆ ਕੇਲੇ ਰਗੜਾ ਮਾਰਿਆ, ਚੱਕਿਆ ਸਾਈਕਲ ਫੇਰੀ ਨੂੰ, ਬਾਹਰੋਂ ਕੁਛ ਜੇ ਕੁਛ ਮਿਲ ਗਿਆ ਸਵੇਰੇ, ਫਿਰ ਫੇਰੀ ਲੰਘ ਜਾਂਦੇ ਸੀ ਪੀ ਗਏ, ਹਾਂ 6 ਵਜੇ ਵੀਰੇ, ਹਾਂ ਸ਼ਾਮ ਨੂੰ ਜਿੰਮ, ਫਿਰ ਆ ਗਿਆ ਦੁਪਹਿਰੇ ਮਾਲ ਸਾਰਾ ਕਬਾੜ ਕੂੜ ਵੇਚ ਕੇ ਦੁਪਹਿਰੇ ਰੋਟੜੀ ਖਾ ਕੇ ਫਿਰ ਨਹਾ ਨੂ ਗਏ, 2-4 ਕੇਲੇ ਖਾ ਕੇ ਜਿੰਮ 'ਚ, ਜਿੰਮ 'ਚੋਂ ਨਿਕਲ ਕੇ ਆਂਡੇ ਖਾ ਕੇ ਬਾਅਦ 'ਚੋਂ ਘਰੇ ਆ ਕੇ ਫੇਰ ਕੇਲਿਆਂ ਦਾ ਛੇਕ, ਫਿਰ ਰਾਤ ਨੂੰ ਰੋਟੜੀ ਖਾ ਕੇ ਸੌ ਜਾਂਦਾ ਸੀਗਾ। ਸਾਰਾ ਦਿਨ ਗਰਮੀ ਸੁੱਕਦੀ ਨਹੀਂ, ਸਾਰਾ ਦਿਨ ਗਰਮੀ ਨਾਲ ਭਿੱਜ ਜਾਂਦਾ ਸੀ ਮੈਂ ਸਾਰਾ ਦਿਨ, ਪਰ ਰਾਤ ਨੂੰ ਜਾ ਕੇ ਮੈਨੂੰ ਮਾੜਾ ਸਾਹ ਮਿਲਦਾ ਸੀਗਾ 9-10 ਵਜੇ। ਕਿੰਨੇ ਕਿੰਨੇ ਘੰਟੇ ਵਰਕਆਊਟ ਕੀਤਾ ਜਿੰਮ ਦੇ ਵਿੱਚ? 2-3 ਘੰਟੇ ਫਿਰ 2-3 ਘੰਟੇ ਤਾਂ ਫਿਰ ਲੱਗੇ ਜਾਂਦੇ ਨੇ ਜਿੰਮ 'ਚ। ਉਦੋਂ ਮੈਂ ਫਿਰ ਮੈਂ ਸਾਈਕਲ ਤੋਂ ਘਰ ਆਉਣਾ ਜਿੰਮ ਸ਼ਹਿਰ 'ਚੋਂ, ਕਦੇ ਚੈਨ ਫਸ ਜਾਣੀ, ਕਦੇ ਚੈਨ ਟੁੱਟ ਜਾਣੀ, ਮੈਨੂੰ ਸਾਰਾ ਭਰਨ ਹੱਥ ਕਾਲੇ ਹੋ ਜਾਣੇ। ਫੋਨ ਸੀਗਾ ਮੇਰੇ ਕੋਲ ਬਟਨ ਵਾਲਾ 1100, ਉਦੋਂ ਮੈਂ ਫੋਨ ਆਪਣੇ ਕੋਲ ਤੁਹਾਨੂੰ ਪਤਾ ਫੋਨ ਤਾਂ ਵੀਰ 1100 ਸੀਗਾ ਮੇਰੇ ਕੋਲ ਬਟਨ ਵਾਲਾ। ਅਤੇ ਯਾਨੀ ਕਿ ਵੀ ਬੜਾ ਵੀਰੇ ਭਰਾ ਬਣ ਕੇ ਝੂਠ ਨਹੀਂ ਮਾਰਦਾ ਵੀਰੇ ਮੈਨੂੰ ਨਾ, ਜਦੋਂ ਮੈਂ ਥੋੜ੍ਹਾ ਸੈੱਟ ਸਰੀਰ ਮੇਰਾ ਮਾੜਾ ਬਣ ਗਿਆ ਸੀਗਾ ਮੈਨੂੰ। ਕਿੰਨੇ ਸਮੇਂ 'ਚ ਬਣ ਗਿਆ? ਕਿੰਨੇ ਸਾਲ ਲੱਗ ਗਏ ਸੀ ਮੈਨੂੰ ਵੀਰੇ? ਮੇਰਾ ਸਰੀਰ ਵਧੀਆ ਹੋ ਗਿਆ ਸੀਗਾ 2008-11 'ਚ ਵਧੀਆ ਬਣ ਗਿਆ, ਸਾਲ ਬਾਅਦ ਹੋ ਗਿਆ। ਹਾਂ ਮਤਲਬ ਐਨ ਦੇਖਣ ਲੱਗ ਗਿਆ ਸੀ ਪੂਰਾ ਐਨ। ਫਿਰ ਉਸ ਤੋਂ ਬਾਅਦ ਵੀਰੇ ਮੈਨੂੰ ਜਿੰਮ ਵਾਲਿਆਂ ਨੇ ਇੱਕ ਕੰਪਟੀਸ਼ਨ ਜਿਹਾ ਕਰਾਇਆ, ਮੈਨੂੰ ਕਹਿੰਦਾ ਵੀ ਤੁਸੀਂ ਮਾੜੀ ਉੱਥੇ ਆਇਓ ਵੀ ਇੱਥੇ ਟੀ ਸ਼ਰਟ ਖੋਲਿਓ। ਮੈਂ ਕਿਹਾ ਵੀਰੇ ਵਾਲੇ ਤਾਂ ਮੈਨੂੰ ਤਗੜਾ ਹੈ, ਕਹਿੰਦਾ ਤੂੰ ਖੋਲ ਦੀ, ਕਹਿੰਦਾ ਵਧੀਆ ਲੱਗਦਾ ਸਰੀਰ ਨਾਲ, ਚੱਲ ਮੈਂ ਖੋਲਦਾ ਵੀਰੇ, ਚਲੋ ਵਧੀਆ, ਚਲੋ ਮਾੜਾ ਮੋਟਾ ਲੋਕਾਂ ਨੇ ਤਾੜੀ ਤੂੜੀ ਮਾਰੀ, ਉਦੋਂ ਕਿਹੜਾ ਕੋਈ ਜਾਣਦਾ ਸੀਗਾ ਮੈਂ ਕੱਪੜੇ ਮੈਂ ਆਪਣਾ ਵੀਰੇ ਮੈਂ ਚਲੋ। ਫਿਰ ਮੈਂ ਨਾ ਸਾਈਕਲ ਦੇ ਕੋਲ ਖੜ ਗਿਆ, ਮੈਂ ਕਿਹਾ ਵੀਰੇ ਮੈਂ ਚੱਲਿਆ, ਮੈਂ ਟਾਈਮ ਬਹੁਤ ਹੋਗਾ, ਮੇਰੇ ਟਰੋਫੀ ਲਈ ਆਪਣੀ, ਚਲੋ ਮੈਂ ਟਰੋਫੀ ਲੈਣ ਖੜ ਗਿਆ ਬਾਈ। ਮੈਂ ਖੜਿਆ 9 ਵਜੇ ਤੋਂ 10-11 ਵੱਜ ਗਏ, ਮੇਰੀ ਵਾਰੀ ਨਾ ਵੀ ਟਰੋਫੀਆਂ ਦੀ, ਜਦੋਂ ਮੇਰੀ ਵਾਰੀ ਟਰੋਫੀ ਮੁੱਕ ਗਈਆਂ। ਅੱਛਾ ਦੇ ਲਓ, ਕਹਿੰਦਾ ਪਹਿਲੇ ਦਿਨ? ਹਾਂ ਪਹਿਲੇ ਦਿਨ ਵੀਰੇ, ਕਹਿੰਦਾ ਬਾਈ ਤੈਨੂੰ ਟਰੋਫੀ, ਕਹਿੰਦਾ ਤੂੰ ਫੇਰ ਲੈ ਲਈ। ਮੇਰਾ ਇੰਨਾ ਵੀਰੇ ਦਿਲ ਰੋਇਆ, ਮੈਂ ਕਿਹਾ ਯਾਰ ਮੈਂ ਇੰਨਾ ਚਿਰ ਖੜਿਆ ਵੀ, ਇੱਕ 11 ਵੱਜ ਕੇ ਸਾਈਕਲ, ਮੈਂ ਕਿਹਾ ਘਰੇ ਕੌਣ, ਮੈਂ ਮੇਰੇ ਘਰ ਦੇ ਮੈਨੂੰ ਗਾਲਾਂ ਕੱਢਣਗੇ, ਇੰਨਾ ਰਾਤ ਨਹੀਂ ਰਹੋ ਗਿਆ, ਤੈਨੂੰ ਪਤਾ ਵੀਰੇ ਪਿੰਡ ਵਾਲੇ 9 ਵਜੇ ਸੌ ਜਾਂਦੇ, ਬਿਲਕੁਲ ਸੌ ਜਾਂਦੇ ਨੇ, ਜਲਦੀ ਸੌ ਜਾਂਦੇ ਬਾਈ। ਜਦੋਂ ਮੈਂ ਆਇਆ ਬਾਈ ਸੌਣ ਲੱਗੇ, ਚੈਨ ਬਾਈ ਫਸ ਗਈ ਯਾਰ, ਓਏ ਹੋਏ ਰੱਬਾ, ਚੈਨ ਫਸ ਗਈ ਮਗਰ ਲਈ, ਉਹਨੂੰ ਖਿੱਚਾਂ ਉਹ ਸਾਈਕਲ ਨਾਲ ਰੁੜਿਆ ਕਰੇ। ਫਿਰ ਮੈਂ ਕਦੇ ਚੱਕ ਕੇ ਬੜੇ ਸਾਈਕਲ ਨੂੰ ਗਲ 'ਚ ਪਾ ਤੁਰਿਆ ਕਰਿਆ, ਤਾਂ ਮੈਨੂੰ ਇੰਨਾ ਕੁ ਮਤਲਬ ਦਿਲ ਡਰੋਇਆ ਮੇਰਾ। ਫਿਰ ਮੈਂ ਇੱਟ 'ਤੇ ਇੱਟ ਰੱਖ ਕੇ ਨਾ ਚੈਨ ਤੋੜਤੀ, ਮਤਲਬ ਮੈਂ ਚੈਨ ਕੱਢ ਕੇ, ਫਿਰ ਮੈਂ ਚੈਨ ਬੰਨ ਕੇ ਮੂਹਰੇ, ਫਿਰ ਚੈਨ ਇੱਦਾਂ ਤੋੜ ਕੇ ਲੈ ਕੇ ਆਉਂਦੇ ਨੂੰ ਮੈਨੂੰ 12 ਵਜੇ ਘਰੇ। ਘਰ ਦੇ ਮੇਰੇ ਹਾਲਾਤ ਦੇਖੇ, ਮੇਰੀ ਸ਼ਰਟ ਕਾਲੀ, ਹੱਥ ਮੇਰੇ ਕਾਲੇ, ਉਹ ਦੇਖਣ ਮੇਰੇ ਕਹਿੰਦੀ ਮੇਰੇ ਅੱਖਾਂ 'ਚੋਂ ਪਾਣੀ ਆ ਗਿਆ, ਮਤਲਬ ਮੈਂ ਨਹੀਂ ਕਿ ਰੋਇਆ ਨਹੀਂ, ਚੱਲ ਮੈਂ ਕੋਈ ਗੱਲ ਨਹੀਂ ਪਰਮਾਤਮਾ ਨੇ। ਫਿਰ ਪਤਾ ਨਹੀਂ ਰੱਬ ਨੂੰ ਮਨਜ਼ੂਰ ਸੀਗਾ, ਅੱਜ ਟਰੋਫੀਆਂ ਰੱਖਣ ਵਾਲੇ ਘਰ ਜਗ੍ਹਾ ਨਹੀਂ ਮੇਰੇ ਲੋ, ਅੱਜ ਪੇਟੀ ਭਰੀ ਵੀਰੇ। ਸਭ ਤੋਂ ਪਹਿਲਾ ਮੁਕਾਬਲਾ ਉਹੀ ਜਿੱਤੇ ਸੀ? ਹਾਂਜੀ ਵੀਰੇ, ਉੱਥੇ ਮੈਂ ਵੈਸੇ ਹੀ ਉੱਦਾਂ ਵੀਰੇ ਉਈ ਮੇਰਾ ਭਰਾ, ਜਿਵੇਂ ਤੁਸੀਂ ਭਰਾ ਨੇ ਕਹਿ ਦਾ ਵੀ ਸ਼ਰਟ ਖੋਲ ਦਿਓ, ਥੋੜ੍ਹੀ ਜਿੰਮ ਹੋਵੇ, ਮੈਂ ਤੁਹਾਡੇ ਕਹਿਣ ਦੇਣ ਗੱਲ ਮੰਨ ਗਈ, ਇੱਕ ਮੁਕਾਬਲੇ ਵਾਲੀ ਗੱਲ, ਪਰ ਰੱਬ ਨੂੰ ਮਨਜ਼ੂਰ ਸੀਗਾ ਵੀ ਟਰੋਫੀਆਂ ਤਾਂ ਹਨੇਰਾ ਲਿਆ ਦਾਂਗਾ, ਹਨੇਰੀ ਨੇ ਟਰੋਫੀ, ਹਨੇਰੀ ਆ ਗਈ ਟਰੋਫੀਆਂ ਦੀ ਵੀਰੇ, ਟਰੋਫੀਆਂ ਮੇਰਾ ਭਰਾ ਮੈਂ ਕਈ ਵਾਰੀ ਭੁੱਲ ਵੀ ਜਾਂਦਾ, ਕਈ ਵਾਰੀ ਉੱਥੇ ਜਦੋਂ ਮਤਲਬ ਮੈਨੂੰ ਸਨਮਾਨ ਜਿਵੇਂ ਉੱਥੇ ਇੱਕ ਵਾਰੀ ਮਤਲਬ ਇੰਨਾ ਕੁ ਬਾਬਾ ਜੀ ਦੀ ਕਿਰਪਾ ਆ ਵੀ ਉਦਣ ਜੇ ਮੈਂ ਸ਼ਾਇਦ ਹਾਰ ਮੰਨ ਜਾਂਦਾ, ਜੇ ਮੈਂ ਮੇਰਾ ਦਿਲ ਟੁੱਟ ਜਾਂਦਾ ਤਾਂ ਸ਼ਾਇਦ ਅੱਜ ਮੈਂ ਜਗ੍ਹਾ 'ਤੇ ਨਾ ਬੈਠਾ ਹੁੰਦਾ।
ਆ ਜਿਹਦੇ ਟਰੋਫੀਆਂ ਦੇ ਲੋ ਪੇਟੀ ਭਰੀ ਵੀ ਆ, ਉਹ ਬੈੱਡ ਭਰੇ ਪਏ ਨੇ, ਉੱਪਰ ਪਈਆਂ ਨੇ, ਬਾਕੀ ਮੇਰੇ ਭਰਾ ਦੇ ਕਮਰੇ 'ਚ ਪਈਆਂ ਦੇ ਲੋ, ਮੇਰੇ ਨਾਲ ਦੇ ਕਮਰੇ 'ਚ ਦੇ ਲੋ ਜੀ, ਅਤੇ ਮੇਰੀ ਭੈਣ ਦੇ ਘਰੇ ਵੀ ਚਲੋ ਵਧੀਆ ਦਿੱਤੀਆਂ, ਮੇਰੀ ਮੰਮੀ ਨੇ ਵਿਆਹ 'ਚ ਦੇ ਦੀਆਂ ਕਾਫੀ, ਯਾਨੀ ਕਿ ਵੀ ਟਰੋਫੀਆਂ ਵੱਲੋਂ ਲੋਕਾਂ ਦੇ ਵੀਰੇ ਪਿਆਰ ਵੱਲੋਂ ਧੰਨਵਾਦ ਕਰਦਾ ਵੀ ਪੰਜਾਬੀ ਭਰਾਵਾਂ ਦਾ ਯਾਰ ਬਹੁਤ ਵੀਰੇ ਤੁਹਾਡਾ ਧੰਨਵਾਦ, ਜਿੱਥੇ ਜਾਂਦੇ ਇੰਨਾ ਕੁ ਪਿਆਰ ਕਰਦੇ ਹੋ, ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਸੁੱਖਾ ਬੌਂਸਰ ਕਿਵੇਂ ਪੈ ਜਾਂਦਾ ਤੁਹਾਡਾ ਨਾਂ? ਸੁੱਖਾ ਬੌਂਸਰ ਦੇ ਨਾਂ 'ਤੇ ਤੁਸੀਂ ਚਰਚਾ 'ਚੋਂ ਸਾਰੇ ਪਾਸੇ, ਸੁਖਦੇਵ ਨਾਮ 'ਤੇ ਤਾਂ ਮੈਨੂੰ ਲੱਗਦਾ ਤੁਹਾਨੂੰ ਕੋਈ ਜਾਣਦਾ ਹੀ ਨਹੀਂ ਹੋਣਾ। ਨਹੀਂ ਨਹੀਂ ਮੇਰੇ ਕੋਈ ਨਹੀਂ ਜਾਣਦਾ ਜੀ। ਸੁੱਖਾ ਬੌਂਸਰ ਵੀਰੇ ਇੱਦਾਂ ਮੇਰਾ ਭਰਾ ਬਣ ਕੇ ਵੀ ਟੂਰਨਾਮੈਂਟ 'ਤੇ ਬਈ ਯਾਰ ਇੱਕ ਨਾ ਕਬੱਡੀ ਕੱਪ ਹੋਇਆ ਸੀਗਾ ਬਹੁਤ ਤਗੜਾ, ਉੱਥੇ ਮੇਰੀ ਸਿਕਿਉਰਿਟੀ ਲੱਗੀ ਸੀ ਆਪਣੀ, ਤੈਨੂੰ ਪਤਾ ਦਿਹਾੜੀ ਵਾਲਾ ਮਸਲਾ ਸੀਗਾ, ਆਪਾਂ ਦਿਹਾੜੀ 'ਤੇ ਗਏ ਸੀਗੇ 4-5 ਰੁਪਏ ਦਿਹਾੜੀ, ਅਤੇ ਸਰੀਰ ਤੈਨੂੰ ਪਤਾ ਪੂਰਾ ਮੇਰਾ ਫਿੱਟ ਹੋ ਗਿਆ ਸੀ ਪੂਰਾ, ਜਿਵੇਂ ਤੈਨੂੰ ਪਤਾ ਬੰਦਾ ਦੇਖ ਕੇ ਰੂਹ ਖੁਸ਼ ਹੁੰਦੀ ਸਰੀਰ ਨੂੰ ਐਨ, ਅਤੇ 12ਵਾਂ ਮਹੀਨਾ ਸੀ ਦਸੰਬਰ ਦਾ ਅਤੇ ਤਰੀਕ ਸੀਗੀ ਪਤਨੀ 22, ਅਤੇ ਤੈਨੂੰ ਪਤਾ ਫਿਰ ਠੰਡ ਦਾ ਕਹਿਰ ਸੀਗਾ ਪੂਰਾ ਐਨ, 2014 ਦੀ ਗੱਲ ਹੈ, ਕਹਿਰ ਠੰਡ ਕਹਿਰ ਸੀ ਪੂਰੀ ਐਨ। 14 ਦੇ ਵਿੱਚ ਨਾ ਜਦੋਂ ਕਬੱਡੀ ਕੱਪ ਦੇ ਵਿੱਚ ਸਾਰੇ ਪੂਰੇ ਪੰਜਾਬ ਦੇ ਚੋਟੀ ਦੇ ਪਲੇਅਰ ਖੜੇ, ਚੋਟੀ ਤੁਸੀਂ ਹੁਣ ਚੋਟੀ ਦੇ ਮੱਲ ਦੇ ਲਓ ਕਿਹੜੇ ਨੇ, ਚੋਟੀ ਦੀ ਮਲਾਈ ਖੜੀ ਸੀ ਐਨ, ਫਾਈਨਲ ਮੈਚ ਸੀਗਾ, ਟਰੈਕਟਰ ਨਾਮ ਸੀਗੇ, ਅਤੇ ਮੈਨੂੰ ਪ੍ਰਧਾਨ ਨੇ ਕਹਿੰਦਾ ਸੁੱਖੇ ਕਹਿੰਦਾ ਮਾੜੇ ਪਿੱਛੇ ਪਿੱਛੇ ਕਰਾ ਦੀ ਲੋਕਾਂ ਦਾ, ਮੈਂ ਲੋਕਾਂ ਨੂੰ ਮਾੜਾ ਪਿੱਛੇ ਪਿੱਛੇ ਕਰਾਉਣ ਲੱਗ ਗਈ ਵੀ ਲੈਣ ਤੋਂ ਵੀ ਰੌਲਾ ਨਾ ਪਵੇ। ਜਦੋਂ ਮੈਂ ਨਾ ਬਈ ਤੁਰਿਆ ਕਰਿਆ ਬਈ ਰੌਲਾ ਲੱਗ ਗਿਆ ਪੈਣ, ਮੈਂ ਡਰ ਕੇ ਨਾ ਬਾਹਰ ਆ ਗਿਆ, ਮੈਂ ਕੋਈ ਰੋੜਾ ਨਾ ਮਾਰੇ ਮਗਰੋਂ, ਮੈਂ ਕਿਹਾ ਵੀ ਕੋਈ ਵੱਟਾ ਬੂਟਾ ਲੋਕ, ਮੈਂ ਕਿਹਾ ਲੋਕ ਬੌਂਸਰਾਂ ਤੋਂ ਮਾੜੀ ਮੈਂ ਖਾਰ ਜੀ ਖਾਂਦੇ ਨੇ ਨਾ, ਕਿਉਂਕਿ ਆਪਾਂ ਨੇ ਨਾ ਕਿਸੇ ਨੂੰ ਧੱਕਾ ਧੁੱਕਾ ਮਾਰਦੇ ਵੀਰੇ, ਮੈਂ ਤਾਂ ਕਿਸੇ ਨੂੰ ਅੱਜ ਤੱਕ ਜ਼ਿੰਦਗੀ 'ਚ ਕਿਸੇ ਨੂੰ ਧੱਕਾ ਨਹੀਂ ਮਾਰਿਆ ਵੀਰੇ ਯਾਰ, ਪਤਾ ਨਹੀਂ ਪਰਮਾਤਮਾ ਹੀ ਕਰਾਉਂਦਾ ਆਇਆ ਸਾਰਾ ਕੁਝ। ਫਿਰ ਮੈਂ ਸੋਚਿਆ ਮੈਂ ਸੁੱਖਿਆ ਤੂੰ ਨਾ ਬਾਹਰ ਆ ਜਾ, ਮੈਂ ਕਿਹਾ ਗਰਾਊਂਡ ਦਾ ਗਚਾ ਗੱਚ, ਗਰਾਊਂਡ ਵੀ ਦੇਖਿਓ ਨਾ ਗਰਾਊਂਡ ਐਂ ਚਿਣਿਆ ਪਿਆ ਸੀ ਵੀ, ਜੇ ਪਰ ਲੋਕ ਬੜੇ ਪਿਆਰ ਨਾਲ ਦੇਖ, ਜੇ ਆਪਾਂ ਦਾਣਾ ਸਿੱਟਦੇ ਨਾ ਦਾਣਾ ਤਾਂ ਮੈਨੂੰ ਲੱਗਦਾ ਲੋਕਾਂ ਦੀ ਝੋਲੀ ਡਿੱਗੂ ਥੱਲੇ ਥੱਲੇ ਦਾਣਾ ਵੀ, ਇੰਨਾ ਇਕੱਠ ਸੀ, ਇਕੱਠ ਸੀਗਾ, ਮਤਲਬ ਐਂ ਲੋਕ ਚਿਣੇ ਪਏ ਸੀ ਐਂ, ਤੁਹਾਨੂੰ ਪਤਾ ਸਿਆਲ ਦਾ ਮਹੀਨਾ ਸੀਗਾ, ਲੋਕ ਜੁੜੇ ਪਏ ਸੀ ਠੰਡ ਦੇ ਕਰਕੇ ਹਨਾ, ਵੀ ਐਨ ਪੂਰਾ ਇਕੱਠ ਸੀਗਾ। ਅਤੇ ਬਾਈ ਯਾਰ ਜਦੋਂ ਨਾ ਉੱਥੇ ਮੈਂ ਤੁਰਿਆ ਕਰਾਂ ਬਾਈ ਚੀਕਾਂ ਪਿਆ ਕਰਨ, ਮੈਂ ਬਾਈ ਮੈਂ ਨਾ ਮੈਂ ਡਰ ਗਿਆ, ਮੈਂ ਕਿਹਾ ਸੁੱਖੇ ਵੀ ਤੂੰ ਬਾਹਰ ਆਇਆ ਤੇਰੇ ਕੋਈ ਰੋੜਾ ਰਾੜਾ ਮਾਰਿਆ ਗਰਾਊਂਡ 'ਚ, ਬਾਹਰੋਂ ਕਿਹੜਾ ਜੰਦਲਾ ਰੋੜਾ ਮਾਰਦਾ ਕਿਸੇ ਨੂੰ, ਮੈਂ ਬਾਈ ਬਾਹਰ ਨੂੰ ਆਉਣ ਲੱਗਿਆ ਬਾਈ, ਮੈਨੂੰ ਕਮਾਂਡ ਕਹਿੰਦਾ ਸੁੱਖ ਰੋਕ ਰੋਕ ਰੋਕ, ਤੈਨੂੰ ਦੇਖ ਕੇ ਰੌਲਾ ਪੈ ਰਿਹਾ, ਕਹਿੰਦਾ ਚੱਕਰ ਕੀ ਆ। ਜਦੋਂ ਉਹਨੇ ਇਹ ਗੱਲ ਕੀ ਮੈਂ ਹੋਰ ਡਰ ਗਿਆ ਵੀਰੇ, ਮੈਂ ਤੈਨੂੰ ਪਤਾ ਮੇਰੇ ਮਨ 'ਚ ਉਹ ਡਰ ਆ ਗਿਆ, ਮਗਰ ਇਹ ਮੈਂ ਕਿਹਾ ਇਹਨੇ ਰੋੜਾ ਮੇਰੇ ਪੱਕਾ ਮਰਾਉਣਾ ਜੀ ਨਾ ਵੀ, ਮੈਂ ਕਿਹਾ ਵੱਜਿਆ ਵਾ ਗਾ ਅੰਦਰ ਡਰ ਡਰ ਬਹਿ ਗਿਆ ਸੀ ਮੇਰੇ ਵੀਰੇ ਯਾਰ, ਕਹਿ ਸੁੱਖੇ ਪਿੱਛੇ ਮੁੜ ਗਾ ਨਾ ਵੀਰੇ, ਉਹ ਮੈਨੂੰ ਪਿੱਛੇ ਮੁੜ ਕੇ ਮੇਰੇ ਹੱਥ ਪਰ ਕੰਬਣ ਲੱਗ ਗਏ, ਇੱਕ ਭਰਾ ਆਇਆ ਮੇਰੀ ਬਾਂਹ ਫੜ ਕੇ ਲੈ ਗਿਆ ਬਾਈ, ਜਦੋਂ ਮੈਨੂੰ ਗਰਾਊਂਡ 'ਚ ਲੈ ਗਏ ਨਾ ਬਾਈ, ਲੋਕ ਕੂਕਾਂ ਮਾਰਨ, ਪਲੇਅਰ ਦੇਖਣ ਵੀ ਚੱਕਰ ਕੀ ਆ ਵੀ ਟੀਮ ਖੜੀ ਆ, ਮੈਚ ਰੇਡ ਪਾਉਣ ਤੋਂ ਤਿਆਰ ਆ, ਵੀ ਸੁੱਖੇ ਦੇ ਕੇ ਰੌਲਾ ਇੰਨਾ ਪੈ ਰਿਹਾ ਬਾਈ ਯਾਰ, ਸੌਂ ਲੱਗੇ ਯਾਰ ਜਦੋਂ ਨਾ ਪਤਾ ਨਹੀਂ ਉਈ ਜਦੋਂ ਕਮੈਂਟਰ ਦੇ ਮੂੰਹ 'ਚ ਆਏਗਾ ਸੁੱਖੇ ਤੇਰੀ ਟੀ ਸ਼ਰਟ ਖਿਲਾ ਦਈਏ, ਮੈਂ ਕਿਹਾ ਟੀ ਸ਼ਰਟ ਵੀਰੇ ਨਹੀਂ, ਮੈਂ ਕਿਹਾ ਮੈਂ ਨਹੀਂ ਟੀ ਸ਼ਰਟ ਖੋਲਣੀ ਬਾਈ, ਮੈਂ ਟੀ ਸ਼ਰਟ ਖੋਲੀ ਬਾਈ ਯਾਰ ਐਨ, ਮੈਂ ਕਹਿੰਦਾ ਲੋਕਾਂ ਦਾ ਬਾਈ, ਲੋਕ ਟੱਪ ਟੱਪ ਕੇ ਫੋਟੋ ਖਿਚਾਉਣ, ਬੈਰੀ ਗੇਟ ਜਾ ਆ ਕੇ ਅੰਦਰ, ਜਾਣੀ ਕਿ ਨਾ ਇੰਨਾ ਕੁ ਬਾਈ ਮੈਂ ਨਾ ਮੈਂ ਖੜ ਗਿਆ ਵੀਰੇ, ਮੈਂ ਤਾਂ ਯਾਰ ਮੈਨੂੰ ਪਤਾ ਨਹੀਂ ਕੀ ਹੋ ਰਿਹਾ, ਮੈਨੂੰ ਤਾਂ ਯਾਰ ਮੈਂ ਸੋਚਿਆ ਯਾਰ, ਮੈਂ ਕਿਹਾ ਮੈਂ ਕਿਹੜਾ ਕੋਈ ਰੇਡਰ ਹਾਂ, ਨਾ ਮੈਂ ਕੋਈ ਜਾਫੀ ਹਾਂ, ਨਾ ਮੇਰਾ ਕੋਈ ਨਾਮ ਹੈ ਵੀ ਲੋਕ ਮੇਰੇ ਨਾਲ ਫੋਟੋ ਖਿਚਾ ਰਹੇ, ਮੇਰੇ 'ਚ ਕਿਹੜਾ ਕੋਈ ਇੱਦਾਂ ਦੀ ਕੁਆਲਿਟੀ ਹੈ ਭਾਈ, ਜਦੋਂ ਲੋਕਾਂ ਦੀ ਬਈ ਇੰਨਾ ਕੁ ਸੈਲਫੀਆਂ ਫੋਟੋਆਂ, ਅਤੇ ਦੂਜੇ ਦਿਨ ਬਾਅਦ ਬਾਈ ਦੂਜੇ ਦਿਨ ਬਾਅਦ ਕਬੱਡੀ ਕੱਪ ਫਿਰ ਸੀਗਾ ਉੱਥੇ ਨਾਲੇ ਪਿੰਡ ਇੱਧਰ ਮੋਗੇ ਕਰਨੀ, ਉੱਥੇ ਬਈ ਦੱਸਿਆ ਮੇਰੇ ਬਾਰੇ, ਕਹਿੰਦਾ ਸੁੱਖੇ ਯਾਰ ਮੈਨੂੰ ਫਿਰ ਗਰਾਊਂਡ 'ਚ ਬਾਈ ਫਿਰ ਕੂਕਾਂ ਪੈਣ ਲੱਗ ਗਈਆਂ, ਉਹ ਮਤਲਬ ਲੋਕਾਂ ਨੇ ਦੇਖਿਆ ਨਾ ਲਾਈਵ 'ਚ ਵੀ ਸੁੱਖੇ ਨੂੰ ਦੇਖ ਕੇ ਰੌਲਾ ਪਿਆ, ਦੂਜੇ ਦਿਨ ਫਿਰ ਲੋਕ ਜਿਹੜੇ ਲੋਕ ਉੱਥੇ ਆਏ ਸੀ ਟੂਰਨਾਮੈਂਟ ਦੇ ਉੱਥੇ ਵੀ ਟਰੈਕਟਰ ਨਾਮ ਸੀਗਾ ਬਾਈ, ਫਿਰ ਨਾ ਜਦੋਂ ਮੈਨੂੰ ਗਰਾਊਂਡ 'ਚ ਬੁਲਾਇਆ ਦੂਜੇ ਦਿਨ ਵੀ ਬੜਾ ਰੌਲਾ ਪਿਆ, ਮੈਨੂੰ ਪੁੱਛਿਆ ਕਹਿੰਦਾ ਤੂੰ ਯਾਰ ਕਿਹਨਾਂ ਦਾ ਮੁੰਡਾ, ਮੈਂ ਕਿਹਾ ਮੈਂ ਮੇਰੇ ਬਾਜੀ ਕਰਾਂ ਦਾ ਜੀ,
ਕਹਿੰਦੇ ਵੀਰੇ ਕੰਮ ਕੀ ਕਰਦਾ ਮੈਂ ਵੀਰੇ ਕਬਾੜ ਦਾ ਸਾਈਕਲ ਦੇ ਲੋਹੇ ਲਾਏ ਦਾ ਕੰਮ ਕਰਨਾ ਵੀ ਜਦੋਂ ਫਰੀ ਹੁੰਦਾ ਉਦੋਂ ਮੈਂ ਬਾਉਂਸਰ ਦਾ ਕੰਮ ਕਰ ਲੈਂਦਾ ਕਹਿੰਦਾ ਯਾਰ ਕਹਿੰਦਾ ਤਾੜੀ ਮਾਰੋ ਲੋਕਾਂ ਨੇ ਬਾਈ ਇੰਨੀ ਕੁ ਤਾੜੀਆਂ ਛੱਡੀਆਂ ਕਹਿੰਦਾ ਯਾਰ ਕਹਿੰਦਾ ਬਾਈ ਸਲੂਟ ਆ ਤੈਨੂੰ ਕਹਿੰਦਾ ਤੂੰ ਕਬਾੜ ਦਾ ਕੰਮ ਕਰਨਾ ਮੈਂ ਕਿਹਾ ਵੀਰੇ ਹਾਂਜੀ ਕਿ ਮੈਂ ਕਿਹਾ ਵੀਰੇ ਜਵਾਕ ਨੇ ਦੋ ਮੈਂ ਕਿਹਾ ਬਾਕੀ ਵਿਆਹ ਵੀ ਹੋਏ ਵੀਰੇ ਸਾਰਾ ਕੁਛ ਨਹੀਂ ਕਿ ਬਾਈ ਯਾਰ ਲੋਕ ਨਾ ਲੋਕਾਂ ਨੇ ਮਤਲਬ ਮੈਨੂੰ ਦਿੱਤੇ ਪੈਸੇ ਕਿਸੇ ਨੇ 20 ਕਿਸੇ ਨੇ 50 ਮੈਂ ਲੈਂਦਾ ਮੈਂ ਕਿਹਾ ਵੀਰੇ ਮੈਂ ਨਹੀਂ ਪੈਸੇ ਲੈਣੇ ਮੈਂ ਕਿਹਾ ਕੋਈ ਮੈਂ ਕਿਹੜਾ ਯਾਰ ਕੋਈ ਠੀਕ ਠਾਕ ਆ ਮੈਂ ਕਿਹਾ ਮੈਂ ਵੀ ਮੈਨੂੰ ਕਿਹੜਾ ਕੋਈ ਇੱਦਾਂ ਤੁਸੀਂ ਕਿਸੇ ਹੋਰ ਨੂੰ ਦੇ ਦਿਓ ਕਹਿੰਦਾ ਨਹੀਂ ਬਾਈ ਮੈਨੂੰ ਕਹਿੰਦਾ ਬਾਈ ਕਹਿੰਦਾ ਸੁੱਖੇ ਵੀਰੇ ਕਹਿੰਦਾ ਪੈਸੇ ਮੋੜ ਹੀ ਨਹੀਂ ਜਿਹੜਾ ਬੰਦਾ ਕੋਈ ਪਿਆਰ ਨਾਲ ਦੇਵੇ ਕਹਿੰਦਾ ਬਾਈ ਮੈਂ ਭਾਈ ਚਲੋ ਫੜ ਲਿਆ ਮੈਨੂੰ 1500 ਰੁਪਏ ਇਕੱਠਾ ਹੋ ਗਿਆ ਸੀਗਾ ਜੀ ਅਤੇ ਮੈਂ ਯਾਨੀ ਲੋਕਾਂ ਦੀਆਂ ਫੋਟੋਆਂ ਬਾਈ ਮੈਂ ਨਾ ਘਰ ਆ ਕੇ ਸਰ ਆਪਣੇ ਨਾ ਛੱਤ ਤੱਕ ਨਹੀਂ ਰਾਤ ਨੂੰ ਦੇਖੀ ਹੋਵਾਂਗਾ ਯਾਰ ਇੰਨੇ ਪੈਸੇ ਅਤੇ ਲੋਕਾਂ ਨੇ ਇੰਨਾ ਪਿਆਰ ਇੰਨੀ ਫੋਟੋਆਂ ਮੈਂ ਕਿਹਾ ਯਾਰ ਕੀ ਪਰਮਾਤਮਾ ਤੇਰਾ ਮੈਂ ਕਿਹਾ ਇੰਨਾ ਧੰਨਵਾਦ ਉਨਾ ਬਾਈ ਫਿਰ ਐ ਜੀ ਬਾਬਾ ਜੀ ਨੇ ਗੁੱਡੀ ਫੜੀ ਫਿਰ ਮੈਂ ਕਹਿੰਦਾ ਬਾਈ ਦਿਨ ਭਰ ਦੇ ਨਾਲ ਗੱਲ ਚੜ੍ਹਦੀ ਗਈ ਹੈ ਫਿਰ ਐ ਨਾ ਅੱਜ ਲੋਕ 10 ਲੱਖ ਬੰਦਾ ਫੋਲੋ ਕਰ ਰਿਹਾ ਵੀਰੇ ਮੈਂ ਝੂਠ ਨਹੀਂ ਮਾਰਦਾ 10.5 ਲੱਖ ਅਤੇ ਕਿਸੇ ਦੇ ਤੁਸੀਂ ਕਿਸੇ ਦੇ 20 ਲੱਖ ਵਾਲੇ ਨਾਲ ਮੁਕਾਬਲਾ ਕਰ ਲਿਓ ਵੀ ਤੁਸੀਂ ਕਿਸੇ ਨੂੰ ਯਾਰ ਬੰਦੇ ਨੂੰ ਖੜਾ ਦਿਓ ਲੋਕਾਂ ਦੇ ਵਿੱਚ ਜੇ ਕਿਸੇ ਦੇ ਮੈਂ ਚੱਲ ਚੈਲੇਂਜ ਹੀ ਕਰਦਾ ਮੈਂ ਪਿਆਰ ਨਾਲ ਇੱਕ ਮੈਂ ਆਪਣੀ ਮਿਹਨਤ ਕਹਿੰਦਾ ਵੀ ਜੇ ਅੱਜ ਦੇ ਸਮੇਂ 'ਚ ਕਿਸੇ ਪੰਜਾਬ ਦੇ ਵਿੱਚ ਕਿਸੇ ਆਪਾਂ ਮਤਲਬ ਜੇ ਮੇਰੇ 10 ਲੱਖ ਨੇ ਤਾਂ ਜੇ ਕਿਸੇ ਦੇ 25 ਲੱਖ ਨੇ ਮੇਰੇ ਬਰਾਬਰ ਖੜਾ ਦੇ ਵੀਰੇ 25 ਲੱਖ ਜਾਣੀ ਕਿ ਪਿਆਰ ਕਰਨਾ ਲੋਕ ਉਹਨੂੰ ਇਗਨੋਰ ਕਰ ਜਾਣਗੇ 25 ਲੱਖ ਵਾਲੇ ਨੂੰ ਵੀ ਕਿਉਂਕਿ ਸਾਡੇ ਦੇ ਵਿੱਚ ਨਾ ਸਾਡੇ ਜਿਹੜੇ ਸਾਡਾ ਮਤਲਬ ਰੁਤਬਾ ਸਾਡਾ ਪਿਆਰ ਅਸੀਂ ਕਦੇ ਗਲਤ ਚੀਜ਼ ਲੋਕਾਂ ਨੂੰ ਦਿਖਾਈ ਨਾ ਕਦੇ ਝੂਠ ਮਾਰਿਆ ਨਾ ਲੋਕਾਂ ਵਾਂਗ ਕਦੇ ਕੋਈ ਗਲਤ ਚੀਜ਼ਾਂ ਪਾਈਆਂ ਨੇ ਅਸੀਂ ਜੋ ਵੀ ਕੁਛ ਪਾਇਆ ਤਾਂ ਲੋਕਾਂ ਨੇ ਪੂਰਾ ਇੱਜ਼ਤ ਮਾਣ ਬਖਸ਼ਿਆ ਵੀ ਸੁੱਖੇ ਬਾਈ ਜਿਹੜੇ ਤੁਹਾਡੇ ਪ੍ਰੇਮੀ ਨੇ ਹੁਣ ਤੱਕ ਕਿੰਨਾ ਕਿਹੜਾ ਕਿਹੜੇ ਚੀਜ਼ਾਂ ਤੁਹਾਨੂੰ ਸਨਮਾਨ ਦੇ ਵਿੱਚ ਦੇ ਚੁੱਕੇ ਨੇ ਬਹੁਤ ਵੀਰੇ ਧੰਨਵਾਦ ਕਰਦਾ ਸਾਰੇ ਭੈਣ ਭਰਾਵਾਂ ਦਾ ਵੀਰੇ ਇੱਕ ਮੈਨੂੰ ਮੋਟਰਸਾਈਕਲ ਮਿਲਿਆ ਸੀਗਾ ਸਨਮਾਨ 'ਚ ਸਪਲੈਂਡਰ ਉਹ ਮੈਂ ਆਪਣੀ ਭੈਣ ਦੇ ਵਿਆਹ ਦਿੱਤਾ ਸੀਗਾ ਜੀ ਫਿਰ ਮੈਨੂੰ ਇੱਕ ਬੁਲਟ ਮਿਲਿਆ ਵੀਰੇ ਅੰਦਰ ਘਰੇ ਖੜਾ ਫਿਰ ਆ ਗੱਡੀ ਮਿਲੀ ਜੀ ਵੀਰੇ ਸਵਿਫਟ ਇਹ ਗੱਡੀ ਕਿੱਥੋਂ ਮਿਲੀ ਹੈ ਇਹ ਵੀਰੇ ਬਸ ਮੇਰਾ ਭਰਾ ਬਣ ਕੇ ਭਰਾਵਾਂ ਨੇ ਬਾਹਰੋਂ ਦਿੱਤੀ ਸੀ ਕਹਿੰਦਾ ਟੂਰਨਾਮੈਂਟ ਹੋਣਾ ਸੀ ਵੀਰੇ ਕਰੋਨਾ ਕਰਕੇ ਫਿਰ ਕੈਂਸਲ ਹੋ ਗਿਆ ਟੂਰਨਾਮੈਂਟ ਉਹ ਫਿਰ ਉਹਨਾਂ ਨੇ ਮੈਨੂੰ ਉੱਦਾਂ ਹੀ ਕਹਿੰਦਾ ਤੂੰ ਏਜੰਸੀ 'ਚੋਂ ਕਹਿੰਦਾ ਗੱਡੀ ਬਸ ਤੂੰ ਕਹਿੰਦਾ ਵੀ ਤੂੰ ਕਹਿੰਦਾ ਬਸ ਤੂੰ ਗੱਡੀ ਚੱਕ ਕਹਿੰਦਾ ਟੂਰ ਐਂਡ ਟੂਰਨਾਮੈਂਟ ਹੋਵੇ ਚਾਹੇ ਨਾ ਹੋਵੇ ਕਹਿੰਦਾ ਕੋਈ ਚੱਕਰ ਨਹੀਂ ਬਾਹਰੋਂ ਸੀ ਮੁੰਡੇ ਅਮਰੀਕਾ ਤੋਂ ਜੀ ਅਤੇ ਬਾਕੀ ਭੈਣ ਭਰਾਵਾਂ ਦਾ ਪਿਆਰ ਹੈ ਜੀ ਅਤੇ ਬਾਕੀ ਰੋਟੀ ਪਾਣੀ ਵਧੀਆ ਚਲੋ ਮਾਲਕ ਦੀ ਆਪਾਂ ਖਾ ਰਹੇ ਹਾਂ ਪਿਆਰ ਮਿਲ ਰਿਹਾ ਠੀਕ ਹੈ ਵੀਰੇ ਜ਼ਿੰਦਗੀ ਲੰਘ ਰਹੀ ਤਾਂ ਇੱਥੋਂ ਕਿਹੜਾ ਕੁਛ ਨਾਲ ਲੈ ਕੇ ਜਾਣਾ ਯਾਰ ਆਪਾਂ ਗੱਲਬਾਤ ਕਰ ਰਹੇ ਸੀ ਸਿੱਧੂ ਮੂਸੇਵਾਲੇ ਸਿੱਧੂ ਮੂਸੇਵਾਲੇ ਦੇ ਨਾਲ ਕਿੰਨੀ ਵਾਰ ਮੁਲਾਕਾਤ ਹੋਈ ਸੀ ਸਿੱਧੂ ਨਾਲ ਵੀਰੇ ਯਾਰ ਮੁਲਾਕਾਤ ਮੇਰਾ ਭਰਾ ਬਣ ਕੇ ਮੈਂ ਨਾ ਉਹਨਾਂ ਦੇ ਪਿੰਡ ਦੇ ਮਾਨਸੇ ਮੈਂ ਨਾ ਜਿੰਮ ਦਾ ਰੀਬਨ ਕੱਟਣ ਗਿਆ ਸੀਗਾ ਮੈਂ ਰੀਬਨ ਕੱਟਣ ਗਿਆ ਅਤੇ ਮੇਰੇ ਨਾਲ ਦੇ ਕਹਿੰਦੇ ਵੀ ਸਿੱਧੂ ਦੇ ਘਰੇ ਜਾ ਕੇ ਆਉਣਾ ਮੈਂ ਕਿਹਾ ਯਾਰ ਸਿੱਧੂ ਪਤਾ ਨਹੀਂ ਕਹਿੰਦੇ ਵੀ ਲੋਕ ਕਹਿੰਦੇ ਸਿੱਧੂ ਦੇ ਗੁੱਸਾ ਵੀ ਹੋਊਗੀ ਆਕੜਾ ਥੋੜ੍ਹੀ ਆਕੜ ਬਹੁਤ ਆ ਮੈਂ ਕਿਹਾ ਯਾਰ ਮੈਂ ਲੋਕਾਂ ਦਾ ਮੈਂ ਕਿਹਾ ਯਾਰ ਉਹ ਕਹਿੰਦੇ ਆਪਾਂ ਚੱਲੀ ਲੋਕਾਂ ਦਾ ਕੀ ਲੋਕ ਤਾਂ ਬਹੁਤ ਕੁਛ ਕਹਿੰਦੇ ਨੇ ਕਹਿੰਦਾ ਜਦ ਤੱਕ ਆ ਬੰਦੇ ਨੂੰ ਮਿਲਦੇ ਨਹੀਂ ਕਹਿੰਦਾ ਲੋਕ ਤਾਂ ਬਹੁਤ ਕੁਛ ਕਹਿੰਦੇ ਮਿਲੇ ਤੇ ਪਤਾ ਲੱਗਦਾ ਵੀ ਕਿਹੋ ਜਿਹਾ ਰਵੱਈਆ ਬੰਦਾ ਰਵੱਈਆ ਅਸੀਂ ਭਾਈ ਚਲੋ ਗੱਡੀ ਉਹਨਾਂ ਦੇ ਘਰੇ ਖੜਾਈ ਮੇਰੇ ਆੜੀ ਉਤਰੇ ਗੱਡੀ 'ਚੋਂ ਕਹਿੰਦਾ ਬਾਪੂ ਬਾਹਰ ਆਇਆ ਕਹਿੰਦੇ ਵੀਰ ਨੂੰ ਮਿਲਣਾ ਉਹ ਬਾਪੂ ਕਹਿੰਦਾ ਵੀ ਸਿੱਧੂ ਕਹਿੰਦਾ ਸ਼ੋਅ ਲਾ ਗਿਆ ਦਿੱਲੀ ਤੋਂ ਥੱਕਿਆ ਕਹਿੰਦਾ ਵੀ ਤੁਸੀਂ ਫਿਰ ਕਿਦਾਂ ਆ ਜਾਓ ਫਿਰ ਮੈਨੂੰ ਕਹਿੰਦਾ ਤੂੰ ਉੱਤਰ ਕਹਿੰਦਾ ਫਿਰ ਮੈਂ ਉੱਤਰੇ ਬਾਪੂ ਮੈਨੂੰ ਪਛਾਣ ਲਿਆ ਫਿਰ ਬਾਪੂ ਅੰਦਰ ਗਿਆ ਸਿੱਧੂ ਕੋਲ ਸੌਖਾ ਬੌਂਸਰ ਕਿਹੜਾ ਫਿਰ ਮੈਨੂੰ ਅੰਦਰ ਲੈ ਕੇ ਬੁਲਾ ਗਿਆ ਫਿਰ ਮੈਂ ਅੰਦਰ ਗਿਆ ਬਹਿ ਗਿਆ ਮੈਨੂੰ ਕਹਿੰਦਾ ਆ ਵੀ ਜਾਨ ਕਹਿੰਦਾ ਕਿਵੇਂ ਕਹਿੰਦਾ ਦਿਲੋਂ ਜਾਨ ਦੇਣ ਵਾਲਾ ਜਾਨ ਜਾਨੀ ਉਹ ਬੰਦੇ ਨੇ ਪਹਿਲਾਂ ਸਨੈਪਚੈਟ 'ਤੇ ਫੋਟੋ ਪਾਤੀ ਸੀ ਮਤਲਬ ਮੇਰਾ ਚਾਹ ਦਾ ਕੱਪ ਫੜਿਆ ਅਤੇ ਸਿਆਲ ਦਾ ਮਹੀਨਾ ਸੀਗਾ ਹੀਟਰ ਚੱਲਦਾ ਸੀ ਮੈਨੂੰ ਕਹਿੰਦਾ ਹੀਟਰ ਸੇਕ ਪਹਿਲਾਂ ਕਹਿੰਦਾ ਠੰਡ ਬਹੁਤ ਆ ਯਾਨੀ ਕਿ ਉਹਨੇ ਜਦੋਂ ਬੰਦੇ ਨੇ ਸਨੈਪਚੈਟ 'ਤੇ ਫੋਟੋ ਪਾਈ ਮੈਨੂੰ ਪਤਾ ਲੱਗਿਆ ਕਿਉਂਕਿ ਮੈਂ ਸਨੈਪਚੈਟ ਵੀਰੇ ਬਹੁਤ ਘੱਟ ਚਲਾਉਣਾ ਮਤਲਬ ਅਤੇ ਉਹਨੇ ਸਨੈਪ 'ਤੇ ਫੋਟੋ ਪਾਈ ਮੇਰਾ ਯਾਨੀ ਕਿ ਧਿਆਨ ਸੀਗਾ ਥੋੜ੍ਹਾ ਐਂ ਉਹਨੇ ਫੋਟੋ ਐਂ ਖਿੱਚੀ ਮੈਨੂੰ ਪਤਾ ਮੇਰੀ ਫੋਟੋ ਖਿੱਚੀ ਉਹਨੇ ਬਾਪੂ ਮੇਰੇ ਇੱਧਰ ਨਾਲ ਖੜਾ ਅਤੇ ਲੋਕਾਂ ਦੀ ਮੈਨੂੰ ਵੀਡੀਓ ਕਾਲ ਆਉਣ ਲੱਗ ਗਏ ਸੀਗੇ ਵਟਸਐਪ 'ਤੇ ਜਿਹੜੇ ਮੇਰੇ ਆੜੀ ਨੇ
ਵੀ ਸਿੱਧੂ ਸੁੱਖੇ ਦੇ ਘਰੇ ਬੈਠਾ ਕਿ ਸੁੱਖਾ ਸਿੱਧੂ ਦੇ ਘਰੇ ਬੈਠਾ ਦੇ ਲਓ। ਮੈਨੂੰ ਉਸ ਹਿਸਾਬ ਨਾਲ ਬਿਠਾਇਆ ਸੀਗਾ ਬੰਦੇ ਨੇ, ਅਤੇ ਕਹਿੰਦਾ ਸਿੱਧੂ ਤੁਹਾਡੇ ਘਰੇ ਆਇਆ? ਮੈਂ ਕਿਹਾ ਨਹੀਂ, ਮੈਂ ਕਿਹਾ ਮੈਂ ਸਿੱਧੂ ਦੇ ਘਰੇ ਬੈਠਾ। ਕਹਿੰਦਾ ਅੱਛਾ, ਕਹਿੰਦਾ ਗੱਲ ਕਰਾਂ। ਉਹ ਮੈਂ ਗੱਲ ਬਾਅਦ 'ਚੋਂ ਕਰਾਂਗੇ ਯਾਰ। ਮੈਂ ਫਿਰ ਮੈਂ ਫੋਨ ਜਹਾਜ਼ 'ਤੇ ਲਾਉਂਦਾ ਵੀਰੇ, ਮਤਲਬ ਕਾਫੀ ਵੀਡੀਓ ਕਾਲ ਲਾਉਣ ਲੱਗੇ ਮੈਨੂੰ, ਹਾਂਜੀ ਬਾਹਰੋਂ ਵੀ। ਜਾਣੀ ਸਿੱਧੂ ਨੇ ਵੀਰੇ ਯਾਰ ਭਰਾ ਬਣ ਕੇ ਝੂਠ ਨਹੀਂ ਮਾਰਦਾ ਬਾਈ ਯਾਰ, ਭਰਾ ਨੂੰ ਪਰਮਾਤਮਾ ਮੈਂ ਸੱਚੇ ਪਾਤਸ਼ਾਹ ਦੀ ਰੂਹ ਨੂੰ ਬਾਬਾ ਸ਼ਾਂਤੀ ਬਖਸ਼ੇ ਯਾਰ। ਬਹੁਤ ਵੀਰੇ ਯਾਰ ਆਪਾਂ ਨੂੰ ਜਿੰਨੀ ਵਾਰੀ ਮਿਲਿਆ ਵੀ ਪੂਰੀ ਇੱਜ਼ਤ ਨਾਲ ਮਿਲਿਆ ਵੀਰੇ, ਪੂਰਾ ਪਿਆਰ ਨਾਲ। ਦੇਖੋ ਵੀਰੇ ਆਪਾਂ ਨੇ ਕੁਛ ਤੋਂ ਲੈਣਾ ਨਹੀਂ, ਅਤੇ ਨਾ ਆਪਣਾ ਕੋਈ ਹੈ ਨਾ ਵੀ ਇੱਕ, ਚਲੋ ਪਰਮਾਤਮਾ ਹੀ ਮੇਲ ਕਰਦਾ ਰੂਹ ਨਾਲ ਬਾਬਾ ਜੀ, ਹੈ ਨਾ। ਚਲੋ ਮੇਰਾ ਪਿਆਰ ਮਿਲਿਆ, ਮੈਂ ਉਹਨਾਂ ਦੇ ਘਰੇ ਹੀ ਪਹੁੰਚਿਆ, ਬਹੁਤ ਇੱਜ਼ਤ ਕਰੀ ਮਾਤਾ ਨੇ ਵੀ, ਇੱਜ਼ਤ ਕਰੀ ਵੀਰੇ। ਮੈਂ ਤੈਨੂੰ ਰੋਟੀ ਤੱਕ ਵਿਚਾਰੇ ਨੇ ਬਹੁਤ ਕਹਿੰਦੇ, ਮਤਲਬ ਕਾਫੀ ਯਾਰ ਜਦੋਂ ਵੀਰੇ ਮੈਂ ਜਾਣਾ ਆਪਾਂ ਨੂੰ ਵਧੀਆ ਵੀਰੇ ਪਿਆਰ ਨਾਲ ਮਿਲਦੇ ਨੇ, ਅਤੇ ਬਾਕੀ ਚਲੋ ਪਰਮਾਤਮਾ ਉਹਦੇ ਪਰਿਵਾਰ ਨੂੰ ਠੀਕ ਠਾਕ ਰੱਖੇ ਬਾਬਾ ਜੀ, ਹੈ ਨਾ। ਬਹੁਤ ਘੈਂਟ ਕਲਾਕਾਰ ਆ ਯਾਰ ਵੀਰੇ। ਪਹਿਲੀ ਗੱਲ ਤਾਂ ਮੇਰਾ ਭਰਾ ਬਣ ਕੇ ਉਹਦੇ ਗਾਣੇ ਇੱਦਾਂ ਦੇ ਨੇ ਯਾਰ ਵੀ ਯਾਰ, ਜਿਹੋ ਜਿਹੀ ਬੰਦਾ ਖਰਾ ਖਾ ਕੇ ਐਕਸਲ ਆਉਂਦਾ ਨਾ, ਉੱਨੀ ਐਨਰਜੀ ਮਿਲਦੀ ਹੈ ਜਿਮ ਲਾਉਣ ਦੇ ਪਹਿਲਾਂ ਸੁਣਦੇ ਉਹਦੇ ਗਾਣੇ ਨਾ, ਜਦੋਂ ਧਿਆਨ ਨਾਲ ਉਹਦੇ ਗਾਣੇ ਦਾ ਨਾ ਕੋਈ ਗੱਲ ਬਣਦੀ ਹੈ। ਤੁਸੀਂ ਵੀ ਹੁਣ ਗਾਣੇ ਸੁਣੇ ਹੋ ਮੂਸੇ ਵਾਲੇ ਦੇ ਕਈ ਗਾਣੇ, ਬਿਲਕੁਲ ਵੀ ਉਹਦੇ ਗਾਣੇ ਜਦੋਂ ਜਿਮ 'ਚ ਚੱਲਦੇ ਨੇ ਨਾ, ਬੰਦੇ ਨੂੰ ਐਂ ਵੀ ਥਕਾਵਟ ਨਹੀਂ ਮਹਿਸੂਸ ਹੁੰਦੀ ਪੂਰਾ ਵੀ, ਵੀ ਬੰਦੇ ਦਾ ਮੂਹ ਐਨਰਜੀ ਮਿਲਦੀ ਹੈ, ਜਾਣੀ ਕਿ ਜੋਸ਼ ਜਿਹਾ ਮਿਲਦਾ ਪੂਰਾ ਪੂਰਾ ਜੀ। ਜਿਮ 'ਚ ਗਾਣੇ ਚੱਲਦੇ ਹੋ ਨਾ ਸਿੱਧੂ ਦੇ, ਤਾਂ ਜਿਮ ਦਾ ਪਤਾ ਨਹੀਂ ਲੱਗਦਾ ਜਿਮ ਲੱਗ ਰਹੀ ਕੀ ਹੋ ਰਿਹਾ, ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਬਸ ਐਂ ਹੁੰਦਾ ਵੀ ਬਸ। ਸਿੱਧੂ ਦੇ ਗਾਣੇ ਵੀਰੇ ਬਹੁਤ ਮਤਲਬ ਬੰਦੇ ਨੂੰ ਮੋਟੀਵੇਟ ਕਰਦੇ ਨੇ, ਬਹੁਤ ਐਨਰਜੀ ਲਿਆਉਂਦੇ ਨੇ, ਅਤੇ ਉਹਦੀਆਂ ਗੱਲਾਂ ਮਿਹਨਤ ਵਾਲੇ ਗਾਣੇ ਨੇ, ਸਟਰਗਲ ਵਾਲੇ ਗਾਣੇ ਨੇ। ਮੁੰਡਾ ਵੀ ਮਿਹਨਤੀ ਸੀਗਾ ਪੂਰਾ, ਆਪ ਉਹ ਵੀ ਤੁਹਾਨੂੰ ਪਤਾ ਕਿੱਥੋਂ ਉੱਠਿਆ। ਗੱਲਬਾਤ ਹੋਈ ਸੀ ਤੁਹਾਡੀ ਵੀ, ਤੁਹਾਡੇ ਉਹਨਾਂ ਦੇ ਪ੍ਰੋਜੈਕਟ ਦੇ ਵਿੱਚ ਆਉਣ ਬਾਰੇ ਕੋਈ, ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਜਦੋਂ ਮੁਲਾਕਾਤ ਹੋਈ? ਨਹੀਂ, ਉਹਨਾਂ ਦੇ ਵੀਰੇ ਉਹਦੇ ਜਿਹੜੇ ਚਾਚੇ ਉਹਨੀ ਨੂੰ ਉਹ ਕਹਿੰਦੇ ਸੀ ਵੀ ਤੈਨੂੰ ਗਾਣੇ 'ਚ ਲਊਗਾ ਵੀ ਤੂੰ ਹੁੰਦਾ ਨਾ, ਅਸੀਂ ਕਿਹਾ ਸੀ ਸੁੱਖੇ ਦਾ ਵੀ ਗੋ ਗਾਣੇ 'ਚ ਕਹਿੰਦਾ ਰੋਲ ਲਓ ਵਧੀਆ, ਵੀ ਤੁਸੀਂ ਕਹਿੰਦੇ ਪਿੰਡ 'ਚ ਗੇੜਾ ਗੂੜਾ ਮਾਰਦੇ ਜਾਇਆ ਕਰੋ। ਤੈਨੂੰ ਪਤਾ ਵੀਰੇ ਆਪਣਾ ਵੀ ਇੰਨਾ ਹੁਣ ਹੈ ਨਹੀਂ, ਆਪਾਂ ਇੰਨਾ ਦੂਰ ਜਾਂਦੇ ਭਰਾ ਬਣ ਕੇ, ਆਪਾਂ ਤੈਨੂੰ ਕਹੀਏ ਜਦੋਂ ਆਪਣਾ ਉੱਧਰ ਕੋਈ ਗੇੜਾ ਹੁੰਦਾ ਸੀਗਾ ਆਪਾਂ ਉੱਧਰ ਉਦੋਂ ਜਾਏ ਹੁੰਦੇ ਸੀਗੇ, ਕਦੇ ਸਪੈਸ਼ਲ ਨਹੀਂ ਗਿਆ ਵੀਰੇ ਮੈਂ ਕਦੇ, ਮੈਂ ਤੈਨੂੰ ਕਹਿ ਦਵਾਂ ਨਾ। ਫਿਲਮ ਦੇ ਵਿੱਚ ਵੀ ਤੁਹਾਡਾ ਰੋਲ ਸੀ ਸੁਨਾਕਸ਼ੀ, ਕਿਹੜੀ ਫਿਲਮ ਸੀ ਉਹ, ਕੀ ਰੋਲ ਸੀ ਉਹਦੇ ਵਿੱਚ? ਉਹ ਤਾਂ ਫਿਲਮ ਵੀਰੇ ਸੀਗੀ ਖਾਨਦਾਨੀ ਸ਼ਫਾ ਖਾਨਾ, ਅਤੇ ਮੈਨੂੰ ਨਾ ਮੈਂ ਜਾ ਰਿਹਾ ਸੀ ਬੁਲਟ ਦੇ ਖੰਨੇ, ਮੈਨੂੰ ਫੋਨ ਆਈ ਜਾਣਾ, ਕਹਿੰਦਾ ਸਰ ਆਪ ਸੁੱਖਾ ਬੌਂਸਰ ਬੋਲ ਰਹੇ ਹੋ? ਮੈਨੂੰ ਅਸੀਂ ਮੈਂ ਕਿਹਾ ਮੇਰੇ ਆੜੀ ਟੀਚਰਾਂ 'ਚ ਕਰਾਉਂਦੇ ਹੋਣੇ ਕਿਸੇ ਤੋਂ ਫੋਨ ਕਰਾ ਕੇ ਵੀ ਸੁੱਖੇ ਨੂੰ ਕਰਦੇ ਰਹਿੰਦੇ ਹੋਣਗੇ ਵੀ ਸੁੱਖੇ ਨੂੰ ਹੈਰਾਨ ਜਿਹਾ ਕਰੀਏ, ਇੱਕ ਮੈਂ ਬੁਲਟ ਚਲਾਵਾਂ। ਮੈਂ ਕਿਹਾ ਹਾਂਜੀ ਕੌਣ? ਕਹਿੰਦਾ ਸਰ ਆਪ ਸੁੱਖਾ ਬੌਂਸਰ। ਮੈਂ ਕਿਹਾ ਹਾਂਜੀ। ਕਹਿੰਦੇ ਸਰ ਆਪਕੋ ਮੂਵੀ ਮੈਂ ਵੀ ਦੇਣਾ ਸ਼ਾਰਟ। ਮੈਂ ਕਿਹਾ ਛੱਡ ਤੂੰ ਕਿਹੜੀ ਮੂਵੀ, ਮੈਂ ਕਿਹਾ ਉਈ ਬਕਵਾਸ ਮਾਰੀ ਜਾਂਦੇ। ਮੈਂ ਕਿਹਾ ਮੈਂ ਕੱਟਦਾ ਵੀਰੇ, ਫਿਰ ਮੈਂ ਫਿਰ ਕੱਟਤਾ, ਮੈਂ ਦੋ ਤਿੰਨ ਫੋਨ ਕੱਟਤੇ। ਮੈਂ ਫਿਰ ਮੈਨੂੰ ਨਾ ਫੋਨ ਆ ਚੰਡੀਗੜ੍ਹ ਤੋਂ ਫੋਨ ਆਇਆ ਮੈਨੂੰ, ਉਹ ਡਾਇਰੈਕਟਰਾਂ ਨੇ ਫੋਨ ਕਰਿਆ ਚੰਡੀਗੜ੍ਹ ਕਿਸੇ ਬੰਦੇ ਨੂੰ, ਉਹ ਕਹਿੰਦਾ ਵੀ ਤੁਸੀਂ ਵੀ ਉਹ ਬੰਦਾ ਗੱਲ ਨਹੀਂ ਕਰ ਰਿਹਾ ਮਤਲਬ। ਫਿਰ ਮੈਨੂੰ ਉਹਦਾ ਫੋਨ ਆਇਆ ਵੀਰੇ ਸੰਜੀਵ ਅੱਤਰੀ ਆ ਮੁੰਡਾ, ਉਹ ਵੀ ਫਿਲਮਾਂ 'ਚ ਵਧੀਆ ਕੰਮ ਕਰਦਾ, ਕਹਿੰਦਾ ਬ੍ਰਦਰ ਸੁੱਖੇ ਵੀਰੇ ਸੁੱਖਾ ਬੋਲਦਾ। ਮੈਂ ਕਿਹਾ ਹਾਂਜੀ ਵੀਰੇ। ਕਹਿੰਦਾ ਵੀਰੇ ਯਾਰ ਇੱਕ ਫੋਨ ਆ ਰਿਹਾ ਤੈਨੂੰ ਬੋਂਬੇ ਤੋਂ, ਵੀ ਤੁਸੀਂ ਗੱਲ ਕਿਉਂ ਨਹੀਂ ਕਰ ਰਹੇ? ਮੈਂ ਤੁਸੀਂ ਕੌਣ ਬੋਲਦੇ ਵੀਰੇ? ਕਹਿੰਦਾ ਮੈਂ ਹਾਂ ਵੀ ਦਾ ਸੰਜੀਵ ਅੱਤਰੀ। ਮੈਂ ਕਿਹਾ ਵੀਰੇ ਮੈਂ ਨਹੀਂ ਜਾਣਦਾ। ਮੈਂ ਕਿਹਾ ਵੀ ਪਤਾ ਨਹੀਂ ਭਰਾ। ਕਹਿੰਦਾ ਮੇਰੇ ਕਹਿਣ 'ਤੇ ਗੱਲ ਤਾਂ ਕਰ ਲਾ ਫਿਰ ਇੱਕ ਵਾਰੀ। ਕਹਿੰਦਾ ਫਿਰ ਮੈਂ ਗੱਲ ਕਰ ਲਈ ਵੀਰੇ, ਫਿਰ ਉਹਨਾਂ ਨੇ ਮੈਨੂੰ ਫਿਲਮ ਬਾਰੇ ਦੱਸਿਆ। ਫਿਰ ਮੈਨੂੰ ਕਹਿੰਦਾ ਜੀ ਸਰ ਤੁਹਾਨੂੰ ਮਿਲਣਾ। ਫਿਰ ਭਾਈ ਚਲੋ ਭਾਈ ਮੇਰੇ ਨਾਲ ਗੱਲ ਗੁੱਲ ਹੋਈ। ਕਹਿੰਦਾ ਫਿਰ ਮੈਨੂੰ ਦਿੱਲੀ ਬੁਲਾਇਆ। ਮੈਂ ਦਿੱਲੀ ਸੋਚਿਆ ਮੈਂ ਦਿੱਲੀ ਸਾਲੇ ਕਿਤੇ ਗਟਨੈਪੇ ਨਾ ਕਰ ਲੈਣ, ਜਿਵੇਂ ਮਤਲਬ ਹੈ ਨਾ ਇੰਨਾ ਡਰ ਲੱਗਦਾ। ਮਤਲਬ ਡਰ ਦੀ ਗੱਲ ਨਹੀਂ ਵੀਰੇ, ਮੇਰੇ ਨਾ ਜਿਹੜਾ ਮੈਂ ਨਾਲ ਮੇਰਾ ਆੜੀ ਗਿਆ ਸੀਗਾ, ਉਹ ਮੈਨੂੰ ਕਹਿੰਦੇ ਕਹਿੰਦਾ ਸੁੱਖੇ ਕਹਿੰਦਾ ਦਿੱਲੀ ਸ਼ਹਿਰ ਬੜਾ ਖਤਰਨਾਕ, ਕਹਿੰਦਾ ਤੈਨੂੰ ਕਹਿੰਦਾ ਫਿਲਮ ਬੇਚਿਆ ਕਿ ਤੈਨੂੰ ਫਿਲਮ ਬਾਰੇ ਕਹਿ ਤਾ ਵੀ ਸਾਲੇ। ਕਹਿੰਦਾ ਵੀ ਕਿਤੇ ਊਂ ਨਾ ਕਹਿੰਦਾ ਕੁਛ ਖਿਲਾਫ ਲਾ ਦੇਣ ਉੱਤੇ, ਕਹਿੰਦਾ ਵੀ ਕੁਛ ਬੰਦੇ ਨੂੰ ਹੈ ਨਾ। ਬਿਲਕੁਲ। ਅਤੇ ਉਹਦੀ ਗੱਲ ਵੀ ਜਿਵੇਂ ਮੈਨੂੰ ਰਿਪੀਟ ਜੀ ਦਿਮਾਗ 'ਚ ਮੇਰੇ ਬਹਿ ਕੇ ਬੈਠ ਗਈ। ਉਹ ਜਦੋਂ ਉਹਨੇ ਮੈਨੂੰ ਬੁਲਾਇਆ ਕਹਿੰਦਾ ਸਰ ਕਹਿੰਦਾ ਬੇਸਮੈਂਟ ਥੱਲੇ ਆ ਜਾਊ, ਕਹਿੰਦਾ ਬੇਸਮੈਂਟ ਥੱਲੇ? ਮੈਂ ਕਿਹਾ ਬੇਸਮੈਂਟ ਥੱਲੇ ਤਾਂ ਨਹੀਂ ਜਾਣਾ ਮੈਂ ਕੌਣ ਮੈਂ। ਅਤੇ ਮੈਂ ਭਾਈ ਮੈਂ ਖੜ ਗਿਆ ਸੀ ਬਾਹਰ ਖੜ ਗਏ। ਉਹ ਕਹਿੰਦਾ ਸਰ ਆਪ ਆ ਕੇ ਨੀਚੇ? ਕਹਿੰਦਾ
ਮੈਂ ਕਿਹਾ ਜੀ ਖੜ ਜਾਓ, ਮੈਂ ਕਿਹਾ ਵੇਟ ਕਰੋ ਮਾੜੀ ਜਾਣ ਨੂੰ ਪਹਿਲਾਂ ਸਲਾਹ ਕਰ ਲੈਣਾ ਤਾਂ ਮੈਂ ਕਿਹਾ ਦੋਵਾਂ ਨੂੰ। ਅਤੇ ਉਹ ਮੈਨੂੰ ਕਹੇ ਉਹ ਮੈਨੂੰ ਕਹਿੰਦਾ ਤੂੰ ਜਾ, ਮੈਂ ਕਿਹਾ ਯਾਰ ਚੱਲ ਮੈਂ ਤੂੰ ਫਿਰ ਬਾਹਰ ਖੜਾ, ਮੈਂ ਕਿਹਾ ਜੇ ਦੇਖਿਆ ਵੀ ਮੈਂ ਨਹੀਂ ਆਇਆ ਵੀ ਮਤਲਬ ਮੈਂ ਤੈਨੂੰ ਫੋਨ ਕਰੂੰਗਾ, ਜੇ ਕੋਈ ਚੱਕਰ ਬੱਕਰ ਲੱਗਿਆ ਮੈਂ ਤੈਨੂੰ ਫੋਨ ਕਰ ਦੂੰ, ਜਾਂ ਤੂੰ ਸਮਝ ਨਹੀਂ ਸੁੱਖਾ ਤਾਂ ਵੀ ਸਮਝਣਾ ਫਿਰ ਤੂੰ ਆਪਣਾ ਭਾਜੀ, ਮੈਂ ਕਿਹਾ ਠੀਕ ਹੈ ਨਾ ਫਿਰ ਹਾਂ, ਮੈਂ ਕਿਹਾ ਜਾਂ ਫਿਰ ਮੈਂ ਚੱਕ ਚੱਕ ਕੰਧਰਾ ਮਾਰਨੇ, ਮੈਂ ਕਿਹਾ ਜੇ ਇੱਦਾਂ ਕੋਈ ਗੱਲਬਾਤ ਲੱਗੀ, ਮੈਂ ਕਿਹਾ ਮੈਨੂੰ ਚਲੋ ਬਾਈ ਮੈਂ ਗਿਆ। ਮੈਨੂੰ ਜਾਂਦੇ ਨੂੰ ਬਾਈ ਪਾਣੀ ਪਤਾ ਨਹੀਂ ਕਿਸੇ ਦੇ ਵਿੱਚ ਕੀ ਵਿੱਚ ਘੋਲਿਆ ਸੀ ਉਹਨਾਂ, ਨਿੰਬੂ ਨਾਂਬੂ ਜਾਂ ਹੋਰ ਕੋਈ, ਅਤੇ ਸੇਬ ਸੂਬ ਕੱਟਦੇ, ਮੈਂ ਕਿਹਾ ਹੁਣ ਤਾਂ ਪੱਕਾ ਹੀ ਕੁਛ ਨਾ ਕੁਛ ਪਾਇਆ ਹੋਇਆ ਸਮਾਨ 'ਚ। ਮੈਨੂੰ ਉਹਨਾਂ ਮੇਰੇ ਅੰਦਰ ਵਹਿਮ ਫੜਾ ਦਾ ਮੁੰਡੇ ਨਾਲ ਦੇ ਨੇ ਜੀ। ਚਲੋ ਬਾਈ ਬੜੀ ਇੱਜ਼ਤ ਜੀ ਕਰੀ ਉਹਨਾਂ ਮੇਰੀ, ਕਹਿੰਦਾ ਸਾਹਿਬ ਅਕੇਲੇ ਆਇਆ, ਮੈਂ ਕਿਹਾ ਨਹੀਂ ਅਕੇਲਾ ਨਹੀਂ ਆਇਆ, ਮੈਂ ਕਿਹਾ ਟੀਮ ਆਈ ਪੂਰੀ, ਮੈਂ ਕਿਹਾ ਉਹ ਬਾਹਰ ਖੜੀ, ਮੈਂ ਕਿਹਾ ਕਹਿੰਦੇ ਅੱਛਾ ਅੱਛਾ ਠੀਕ ਹੈ ਜੀ, ਮੈਨੂੰ ਮੈਂ ਫਸੂ ਨਾਲ ਉਹਨਾਂ ਨੂੰ ਫਸਾਵਾਂ। ਮੈਨੂੰ ਕਹਿੰਦਾ ਵੀਰੇ ਮੈਂ ਆ ਜਾ, ਮੈਂ ਕਿਹਾ ਆ ਜਾ, ਕਹਿੰਦਾ ਵੀਰੇ ਪੱਕੀ ਗੱਲ, ਮੈਂ ਕਿਹਾ ਆ ਜਾ। ਚੱਲ ਭਾਈ ਉਹ ਵੀਰੇ ਡਰ ਡਰ ਕੇ ਆਇਆ ਉਹ ਥੱਲੇ ਉਹ, ਅਤੇ ਵੀਰੇ ਉੱਦਾਂ ਫਿਰ ਉਹਨਾਂ ਨੇ ਚਲੋ ਮੇਰਾ ਆਡੀਸ਼ਨ ਜਿਹਾ ਲਿਆ, ਮੇਰੀ ਗੱਲਾਂ ਬਾਤਾਂ ਵੀ ਬੰਦਾ ਉਹ ਕਰ ਲੂਗਾ ਐਕਟਿੰਗ ਵਗੈਰਾ ਨਾ, ਐਕਟਿੰਗ ਥੋੜ੍ਹੀ ਮੈਨੂੰ ਵੀਰੇ ਔਖੀ ਜੀ। ਚਲੋ ਫਿਰ ਵੀ ਉਹਨਾਂ ਨੇ ਸਲੈਕਟ ਕਰ ਲਿਆ ਮੈਨੂੰ, ਮਤਲਬ ਥੋੜ੍ਹਾ ਫਿਰ ਮੈਂ ਬੋਂਬੇ ਗਿਆ, ਜਹਾਜ਼ ਦੇ ਵਿੱਚ ਬੋਲਟ 'ਤੇ ਚਲਾ ਗਿਆ, ਉਹ ਗੱਡੀ ਹੈ ਨਹੀਂ ਸੀਗੀ। ਅੱਛਾ ਉਹ ਕਿੱਥੇ ਗਏ? ਚੰਡੀਗੜ੍ਹ ਏਅਰਪੋਰਟ 'ਤੇ, ਚਲੇ ਚੰਡੀਗੜ੍ਹ ਏਅਰਪੋਰਟ 'ਤੇ ਗਿਆ ਵੀਰੇ, ਪਹਿਲੀ ਵਾਰੀ ਮੇਰੀ ਫਲੈਟ, ਪਹਿਲੀ ਵਾਰੀ ਫਿਲਮ 'ਚ ਸ਼ੂਟ ਉੱਥੇ ਮੈਨੂੰ ਜਦੋਂ ਮੈਂ ਪਹਿਲੀ ਵਾਰ ਜਹਾਜ਼ ਚੜ੍ਹੇ ਸੀ, ਜਦੋਂ ਮੈਂ ਏਅਰਪੋਰਟ 'ਤੇ ਪਹੁੰਚਿਆ ਅਤੇ ਮੈਂ ਕਿਹਾ ਜੀ ਮੈਂ ਉੱਥੇ ਦਾ ਆਪਣਾ ਆਧਾਰ ਕਾਰਡ ਦਿਖਾਇਆ, ਕਹਿੰਦੇ ਸਾਰੇ ਕਹਿੰਦੇ ਫਲੈਟ ਕੈਂਸਲ ਹੈ, ਕਹਿੰਦਾ ਵੀ ਕੱਲ੍ਹ ਨੂੰ ਉੜੂ, ਮੈਂ ਕਿਹਾ ਲੈ ਵੀ ਸੁੱਖਿਆ, ਮੈਂ ਕਿਹਾ ਫਿਲਮ ਦਾ ਕੰਮ ਤਾਂ ਪਹਿਲਾਂ ਹੀ ਮਿਸ ਹੋ ਗਿਆ ਭਾਈ। ਮੈਂ ਨਾ ਉਹਨੂੰ ਡਾਇਰੈਕਟਰ ਨੂੰ ਫੋਨ ਮਾਰਿਆ, ਮੈਂ ਸਰ ਮੈਂ ਕਿਹਾ ਮੈਂ ਘਰ ਚੱਲਿਆ, ਮੈਂ ਜੀ ਉਹ ਕਹਿੰਦੇ ਜਹਾਜ਼ ਕੱਲ੍ਹ ਨੂੰ ਉੜੂਗਾ, ਉਹ ਕਹਿੰਦੇ ਮੇਰੇ ਬਾਪ ਕਹਿੰਦਾ ਇੱਥੇ ਸਾਰਾ ਸੈੱਟ ਲਾਇਆ ਪਿਆ, ਕਹਿੰਦੇ ਕਰੋਨਾ ਦਾ ਖਰਚਾ ਕਰ ਰਿਹਾ ਤੂੰ ਘਰ ਨੂੰ ਚੱਲਿਆ, ਕਹਿੰਦਾ ਕਹਿੰਦਾ ਸਬਰ ਕਰ, ਕਹਿੰਦਾ ਕਹਿੰਦਾ ਤੂੰ ਗੱਡੀ ਕਰਾ, ਕਹਿੰਦਾ ਦਿੱਲੀ ਏਅਰਪੋਰਟ ਪਹੁੰਚ, ਕਹਿੰਦਾ ਤੂੰ ਘਬਰਾਉਣ ਸਾਰਾ ਵੀਰੇ ਸਾਰਾ ਖਰਚਾ ਮੈਨੂੰ ਘਰੋਂ ਮੈਂ ਤੁਰ ਪਿਆ, ਸਾਰਾ ਖਰਚਾ ਉਹਨਾਂ ਦਾ ਸੀਗਾ, ਜੋ ਤਾਂ ਕੁਛ ਖਾਣਾ ਮਤਲਬ ਜਾਣੀ ਕਿ ਮਤਲਬ ਫਿਰ ਮੈਂ ਉੱਥੋਂ ਗੱਡੀ ਵੀਰੇ ਉਹਨਾਂ ਨੇ ਕਰਾਈ ਮੇਰੇ ਵਾਸਤੇ ਉੱਥੇ, ਫਿਰ ਗੱਡੀ ਮੈਨੂੰ ਭੁੱਖ ਬਹੁਤ ਲੱਗ ਗਈ, ਮੇਰੇ ਕੋਲ ਮੇਰੇ ਬੈਗ 'ਚ ਕੇਲੇ ਹੋਏ ਸੀਗੇ ਮਤਲਬ, ਅਤੇ ਕੇਲੇ ਵੀ ਸਾਲੇ ਖਰਾਬ ਹੋ ਗਏ ਤੈਨੂੰ ਪਤਾ, ਕੇਲੇ ਵੀ ਨਾ ਗਰਮੀ ਹੈ ਨਾ ਵੀ। ਜਦੋਂ ਮੈਂ ਦਿੱਲੀ ਏਅਰਪੋਰਟ 'ਤੇ ਪਹੁੰਚਿਆ ਉੱਥੇ ਭਾਅ ਜੀ ਲੋਕ ਮੈਨੂੰ ਬੜਾ ਗੌਰ ਨਾਲ ਦੇਖਣ ਸਾਰੇ ਉਹ ਏਅਰਪੋਰਟ ਵਾਲੇ, ਜਾਣੀ ਕਿ ਮੈਂ ਕਿਹਾ ਸਾਲੇ ਮੈਨੂੰ ਕਿਵੇਂ, ਮੈਂ ਕੋਈ ਚੋਰ ਥੋੜ੍ਹੀ, ਮੈਂ ਮੈਨੂੰ ਕਿਵੇਂ ਦੇਖ ਰਹੇ ਨੇ ਨਾ ਲੋਕ ਇੱਦਾਂ। ਫਿਰ ਜਦੋਂ ਮੈਂ ਨਾ ਏਅਰਪੋਰਟ 'ਤੇ ਭਾਅ ਜੀ ਮੈਨੂੰ ਭਾਈ ਭੁੱਖ ਨਜਾਇਜ਼ ਲੱਗੀ, ਮੈਂ ਯਾਰ ਕੇਲੇ ਖਾਈਏ ਕੱਟ ਗੇਟ 'ਚੋਂ, ਮੈਂ ਕਿੱਥੇ ਖਾਵਾਂ ਏਅਰਪੋਰਟ 'ਚ ਸਫਾਈ ਬਹੁਤ ਜ਼ਰੂਰ ਪਵਾਂ, ਮੈਂ ਕਿਹਾ ਛਿਲਕ ਸੁੱਟਣੇ, ਮੈਂ ਕਿਹਾ ਕੇਲੇ ਮੈਂ ਪਹਿਲਾਂ ਹੀ ਦੱਬ ਗਏ ਮੇਰੇ ਮੈਂ ਸਾਰੇ। ਅਤੇ ਬਾਈ ਜਦੋਂ ਨਾ ਮੈਂ ਜਾਇਆ ਕਰਾਂ ਉਹ ਬੰਦੇ ਮੇਰੇ ਮਗਰ ਮਗਰ ਆਇਆ ਕਰੇ, ਉਹਨਾਂ ਨੇ ਖਿਚਾਉਣੀ ਸੀ ਫੋਟੋ, ਉਹ ਮੇਰੇ ਮਗਰ ਮਗਰ, ਮੈਂ ਸੋਚਾਂ ਮੈਂ ਕਿਹਾ ਸਾਲਾ ਮੇਰਾ ਪਿੱਛਾ ਕਹਿੰਦੇ ਕਰੀ ਜਾਂਦੇ ਨੇ ਏਅਰਪੋਰਟ 'ਚ, ਮੈਂ ਕਿਹਾ ਮੈਂ ਤਾਂ ਕੋਈ ਸਮਾਨ, ਮੈਂ ਕਿਹਾ ਛੋਟੀ ਜਿਹੀ ਬੈਗ ਆ, ਅਤੇ ਮੈਂ ਕਿਹਾ ਕੁਛ ਮੇਰੇ ਕੋਲ ਤਾਂ ਇੱਦਾਂ ਦਾ ਕੋਈ ਹੈ ਨਹੀਂ ਕੁਛ, ਮੈਂ ਕਿਹਾ ਨਾ ਕੋਈ ਬੰਬ ਬੁੰਬ ਵਗੈਰਾ ਕੋਈ ਇੱਦਾਂ ਦੀ ਗੱਲ ਭਾਈ। ਮੈਂ ਨਾ ਗੇੜੇ ਗੂੜੇ ਕੱਢ ਕੇ ਆ ਜਾਇਆ ਕਰ, ਉਹ ਮੇਰੇ ਮਗਰ ਮਗਰ ਹੀ ਆਇਆ ਕਰਨ, ਮੈਨੂੰ ਗੁੱਸਾ ਚੜ ਗਿਆ ਵੀਰੇ ਬਹੁਤ ਜ਼ਿਆਦਾ, ਇੱਕ ਮੈਨੂੰ ਭੁੱਖ ਲੱਗੀ ਸੀ ਉਹ ਮੇਰੇ ਮਗਰ ਮਗਰ, ਮੈਂ ਖਾਣੇ ਸੀ ਕੇਲੇ, ਮੈਂ ਕਿਹਾ ਕਿਤੇ ਜਾਣ ਸਾਈਡ 'ਤੇ ਖੜ ਕੇ ਖਾਵਾਂ ਆਪਣੇ ਮੈਂ ਕੇਲੇ ਗੂਲੇ ਜੇ, ਉਹ ਜਦੋਂ ਮੇਰੇ ਕੋਲ ਆ ਗਏ ਨਾ ਮੈਨੂੰ ਔਖਾ, ਮੈਂ ਕਿਹਾ ਹੈਲੋ ਕੀ ਗੱਲ, ਮੈਂ ਤੁਸੀਂ ਮੇਰੇ ਪਿੱਛੇ ਕਿਉਂ ਹੋ, ਕਹਿੰਦਾ ਵੀਰੇ ਫੋਟੋ ਖਿਚਾਉਣੀ, ਕਹਿੰਦਾ ਮੈਂ ਕਿਹਾ ਅੱਛਾ ਯਾਰ ਨਾ ਵੀਰੇ, ਮੈਨੂੰ ਕਾਵੇਂ ਹਾਸੀ ਕਿ ਮੈਨੂੰ ਗੁੱਸਾ ਆਵੇ। ਫਿਰ ਭਾਈ ਮੈਂ ਨਾ ਚਲੋ ਭਾਈ ਤੋਂ ਖੜ ਗਿਆ ਫੋਟੋ, ਉਹਨਾਂ ਦਾ ਸਟਾਫ ਫੋਟੋ ਖਿਚਾਉਣ ਲੱਗ ਗਿਆ, ਮੈਂ ਕਿਹਾ ਤੁਸੀਂ ਮੇਰੇ 'ਚ ਕੀ ਦੇਖਿਆ ਯਾਰ, ਮੈਂ ਕਿਹਾ ਮੇਰਾ ਤਾਂ ਕੋਈ ਨਾਮ ਆਉਣੀ ਨਾ, ਮੈਂ ਕੋਈ, ਕਹਿੰਦਾ ਬਾਈ ਜੀ ਤੁਹਾਡੀ ਬੋਡੀ ਬਹੁਤ ਘੈਂਟ ਲੱਗੀ, ਕਹਿੰਦਾ ਹੋਰ ਗੱਲਾਂ ਗੱਲਾਂ ਦੀ, ਮੈਂ ਕਿਹਾ ਏਅਰਪੋਰਟ ਦੇ ਇੰਨੇ ਤਗੜੇ ਆਉਂਦੇ ਨੇ ਜੋਨ ਸਿਨਾ ਵਰਗੇ ਆਉਂਦੇ ਨੇ, ਜਿਹੜੇ ਤਗੜੇ ਸਟਾਰ, ਮੈਂ ਕਿਹਾ ਮੈਂ ਤਾਂ ਕੁਛ ਵੀ ਨਹੀਂ ਹਾਂ। ਕਹਿੰਦਾ ਬਾਈ ਪਤਾ ਨਹੀਂ ਤੁਸੀਂ ਬਹੁਤ ਚੰਗੇ ਲੱਗੇ, ਕਹਿੰਦਾ ਬਾਈ ਸੱਚੀ ਗੱਲ ਆ। ਫਿਰ ਮੈਂ ਵੀਡੀਓ ਬਣਾ ਲਈ ਏਅਰਪੋਰਟ 'ਤੇ, ਅਤੇ ਉਹ ਲੋਕਾਂ ਨੇ ਪਸੰਦ ਬਹੁਤ ਕਰੀ ਵੀਡੀਓ। ਚਲੋ ਬਾਈ ਫਿਰ ਮੈਂ ਆਪਣੇ ਕੇਲੇ ਦੇਖੇ, ਕੇਲੇ ਵੀ ਸਾਰੇ ਮੇਰੇ ਫਿਸ ਗਏ ਸੀ, ਉਹਨਾਂ ਦਾ ਨਿਕਲ ਗਿਆ ਜਲੂਸ ਕੇਲਿਆਂ ਦੇ ਗੇਟ 'ਚ। ਫਿਰ ਮੈਂ ਚੱਲ ਦੋ ਚਾਰ ਖਾ ਲਏ,
ਫਿਰ ਮੈਂ ਖਾ ਕੇ ਬਗੀ ਲਿਫਾਫਾ ਸਿੱਟ ਕੇ ਮੈਂ ਜਹਾਜ਼ 'ਚ ਬਹਿ ਗਿਆ। ਮੈਨੂੰ ਮੇਰੀ ਭੁੱਖ ਤਾਂ ਨਹੀਂ ਮਿਟੀ। ਜਹਾਜ਼ 'ਚ ਜਦੋਂ ਬੈਠੇ ਸੀ ਕੀ ਚੱਲ ਰਿਹਾ ਸੀ? ਪਹਿਲੀ ਵਾਰ ਬੈਠੇ ਸੀ ਜਹਾਜ਼ 'ਚ ਬਹਿ ਕੇ ਮੈਨੂੰ ਐਂ ਮੈਂ ਪਹਿਲਾਂ ਮੈਂ ਕਿੱਥੇ ਅੱਗੇ ਪਿੱਛੇ ਨਾ ਉਲਟ ਜਾਵਾਂ। ਫਿਰ ਮੈਨੂੰ ਕਹਿੰਦਾ ਡਰਾਉਣਾ, ਕਹਿੰਦਾ ਕੋਈ ਚੱਕਰ ਨਹੀਂ ਵੀ ਜਹਾਜ਼ ਚੜੂਗਾ ਤੁਸੀਂ ਬਸ ਝਟਕਾ ਲੱਗੂਗਾ ਉੜੂਗਾ। ਮੈਂ ਠੀਕ ਹੈ ਜੀ। ਜਹਾਜ਼ 'ਚ ਬੈਠੇ ਸੀ ਫਿਰ ਉਹ ਗਲੀਆਂ ਸੀ ਜਿਹੜੀਆਂ ਵੀਰੇ ਮੇਰਾ ਭਰਾ ਬਣ ਕੇ ਜਹਾਜ਼ ਦੇ ਵਿੱਚ ਬਹਿ ਗਏ ਨਾ ਬ੍ਰਦਰ। ਇੱਕ ਵਾਰੀ ਦੇਖੋ ਐਂ ਨਾ ਸਰੀਰ ਮਤਲਬ ਇੱਕ ਵਾਰ ਦਿਲ ਜਿਹਾ ਐਂ ਹੋਇਆ ਯਾਰ ਸੁੱਖੇ ਦਿਲ ਆ ਵੀ ਬਾਬਾ ਜੀ ਦੀ ਕਿਰਪਾ ਨਾਲ ਕਿ ਇੱਥੇ ਗਲੀਆਂ 'ਚ ਬੋਰੀਆਂ ਚੱਕਦਾ ਸੀ ਮੈਂ ਕਿਹਾ ਵੀ ਲੋਕ ਮਿਹਣੇ ਮਾਰਦੇ ਸੀ ਵੀ ਆ ਕੁੰਡੀ ਲਾਉਂਦੇ ਨੇ ਚੋਰ ਠੱਗੀਆਂ ਕਰਦੇ ਨੇ ਉਹ ਜੇ ਬਹੁਤ ਕੁਛ। ਮੈਂ ਕਿਹਾ ਸੱਚੇ ਦਿਲੋਂ ਦਿਲਾਂ ਮਿਹਨਤ ਕਰੀਏ ਬਾਬਾ ਜੀ ਨੇ ਉਹ ਜਹਾਜ਼ 'ਚ ਬਿਠਾ ਦਾ ਮੈਂ ਕਿਹਾ ਅਤੇ ਅੱਜ ਸੋਨਾਕਸ਼ੀ ਕੋਲ ਤੂੰ ਜਾ ਰਿਹਾ ਮੈਂ ਕਿਹਾ ਦੇਖ ਲਾ ਵੀ ਕਿੰਨੇ ਦੁਨੀਆਂ ਤਰਸਦੀ ਮੈਂ ਕਿਹਾ ਸੋਨਾਕਸ਼ੀ ਨੂੰ। ਮੈਨੂੰ ਕਬੱਡੀ ਦੇ ਅਜੇ ਮਾਲਣੇ ਨਾ ਕਹਿੰਦੇ ਤੂੰ ਸੋਨਾਕਸ਼ੀ ਨਾਲ ਮੂਵੀ ਕਰਨ ਚੱਲਿਆ ਕਹਿੰਦਾ ਤਾਂ ਦੇਖੋ ਤਰਸਦੇ ਕਹਿੰਦਾ ਤੂੰ ਤਾਂ ਕਰਮ ਵਾਲਾ ਬੰਦਾ ਕਹਿੰਦਾ। ਮੈਂ ਕਿਹਾ ਵੀਰ ਗੁਰੂ ਮਹਾਰਾਜ ਦੀ ਕਿਰਪਾ ਮੈਂ ਕਿਹਾ ਉਹ ਜੋ ਮੇਰੇ ਕਰਮਾਂ 'ਚ ਲਿਖਿਆ ਉਹ ਮੈਂ ਕਿਹਾ ਮੈਨੂੰ ਮਿਲਣਾ ਹੀ ਮਿਲਣਾ ਮੈਂ ਕਿਹਾ। ਜਦੋਂ ਬਾਈ ਜਹਾਜ਼ 'ਚ ਉੜਿਆ ਚਲੋ ਬਾਈ 2 ਘੰਟੇ ਦਾ ਸਫ਼ਰ ਸੀਗਾ ਮਤਲਬ ਜਹਾਜ਼ 'ਚ ਉੜਿਆ ਜੋ ਜਹਾਜ਼ ਜਾ ਕੇ ਉੱਪਰ ਖੜੇ ਆਇਆ ਨਾ ਅਤੇ ਇੱਕ ਮੈਡਮ ਆਈ ਮੈਨੂੰ ਕਹਿੰਦੀ ਪਤਾ ਨਹੀਂ ਕੀ ਇੰਗਲਿਸ਼ 'ਚ ਬੋਲਿਓ ਮੈਨੂੰ ਖਾਣ ਨੂੰ ਪੁੱਛੇ ਅਤੇ ਮੈਂ ਸਮਝਣ ਲੱਗੇ ਦੇਖੀ ਮੈਂ ਕੀ ਮੈਂ ਕਿਹਾ ਮੈਂ ਕੀ ਕਰਾਂ ਮੈਂ ਕਿਹਾ ਮੈਂ ਤਾਂ ਵਿਚਾਲੇ ਇੱਕ ਮੇਰੇ ਨਾਲ ਬੈਠਾ ਸੀਗਾ ਜੀ ਹਾਂ ਮੈਂ ਉਹਨੂੰ ਕਹਿੰਦਾ ਮੈਂ ਸਰ ਮੈਂ ਕਿਹਾ ਮੈਨੂੰ ਇੰਗਲਿਸ਼ ਨਹੀਂ ਆਉਂਦੀ ਮੈਂ ਕਿਹਾ ਦੱਸੋ ਕੀ ਗੱਲਬਾਤ ਹੈ। ਕਹਿੰਦੇ ਉਹ ਆਪਕੋ ਬੋਲ ਰਹੇ ਵੀ ਆਪਣੇ ਖਾਣਾ ਕਿ ਤੁਹਾਡਾ ਟਿਕਟ ਤਾਂ ਲਿਖਿਆ ਤੁਸੀਂ ਜੋ ਮਰਜ਼ੀ ਖਾ ਸਕਦੇ ਹੋ ਤੁਹਾਡੀ ਟਿਕਟ 'ਤੇ ਵੀ ਤੁਸੀਂ ਬੋਲੋ ਕੀ ਖਾਣਾ। ਮੈਂ ਕਿਹਾ ਅੱਛਾ ਇਹ ਕੰਮ ਹੈਗਾ ਫਿਰ ਤਾਂ ਠੀਕ ਹੈ ਮੈਂ ਕਿਹਾ ਫਿਰ ਤੁਸੀਂ ਕਹਿ ਦਿਓ ਵੀ ਜੂਸ ਵਗੈਰਾ ਮੰਗਾ ਦਿਓ ਸੈਂਡਵਿਚ ਮੰਗਾ ਜੋ ਵੀ ਆਉਣ ਦੋ ਮੈਂ ਕਿਹਾ ਭੁੱਖ ਫੁੱਲ ਲੱਗੀ ਮੈਂ ਕਿਹਾ ਮੈਨੂੰ। ਫਿਰ ਬਾਈ ਆ ਗਿਆ ਸਮਾਨ ਖਾਧਾ ਵੀ ਜਦੋਂ ਖਾ ਕੇ ਮਤਲਬ ਸੈੱਟ ਹੋ ਜਦੋਂ ਏਅਰਪੋਰਟ ਆ ਗਿਆ ਦਿੱਲੀ ਵਾਲਾ ਆ ਬੋਂਬੇ ਵਾਲਾ ਏਅਰਪੋਰਟ ਉੱਥੇ ਗੱਡੀ ਖੜੀ ਬਾਹਰ ਮੈਂ ਗੱਡੀ ਜੋ ਨਿਕਲਿਆ ਸਿੱਧਾ ਹੋਟਲ 'ਚ 5-star ਹੋਟਲ 'ਚ ਹੋਟਲ 'ਚ ਮੈਂ ਜਾ ਕੇ ਦੇਖਾਂ ਉੱਪਰ ਛੱਤਾਂ ਆਏ ਮਤਲਬ ਮੈਨੂੰ ਉੱਤੇ ਮੈਂ ਕਿਹਾ ਮੈਂ ਇੱਥੇ ਇਕੱਲਾ ਕਿਵੇਂ ਰਹੂੰਗਾ ਹੋਟਲ 'ਚ ਏਡੇ ਬੜੇ 'ਚ। ਤੁਹਾਨੂੰ ਪਤਾ ਜਿਹੜਾ ਬੰਦਾ ਵੀਰੇ ਇੱਕ ਯਾਰ ਇੱਟ ਬਾਲੇ ਵਾਲੇ ਘਰ 'ਚੋਂ ਤੁਹਾਨੂੰ ਪਤਾ ਏਡੇ 5-star ਹੋਟਲ 'ਚ ਦੇਖੇ ਜਾ ਕੇ ਬੋਂਬੇ ਸ਼ਹਿਰ 'ਚ ਹੈ ਨਾ ਇੰਨੀ ਇੱਜ਼ਤ ਮਿਲਦੀ ਹੋਵੇ। ਅਤੇ ਮੈਨੂੰ ਕਹਿੰਦਾ ਸਰ ਦੇਖੋ ਤੁਸੀਂ ਸਾਡੇ ਲਈ ਕਹਿੰਦਾ ਸਾਡੇ ਲਈ ਤੁਸੀਂ ਸਲਮਾਨ ਖਾਨ ਤੋਂ ਘੱਟ ਨਹੀਂ ਹੈਗੇ ਸਾਡੇ ਲਈ ਕਹਿੰਦਾ ਸਾਨੂੰ ਤੁਸੀਂ ਉਹਨੂੰ ਸਪੈਸ਼ਲ ਤੁਹਾਨੂੰ ਚੁਣਿਆ ਸੀ ਬੁਲਾਇਆ ਕਿਸੇ ਗੱਲੋਂ ਬੁਲਾਇਆ ਕਹਿੰਦਾ ਅਤੇ ਜਿਹੜੀ ਬੱਸ ਦੇ ਵਿੱਚ ਸੋਨਾਕਸ਼ੀ ਸੀ ਬੱਸ ਦੇ ਉਦੋਂ ਦੀ ਬੱਸ ਉਹੋ ਜਿਹੀ ਬੱਸ 'ਚ ਮੈਨੂੰ ਰੱਖਿਆ ਜੀ। ਦੇ ਲਓ ਮੇਰੇ ਮੂੰਹ 'ਚ ਗੱਲ ਹੁੰਦੀ ਜੀ ਮੈਂ ਕੁਛ ਖਾਣਾ ਉਹ ਚੀਜ਼ ਮੇਰੇ ਕੋਲ ਪਹਿਲਾਂ ਪਹੁੰਚਦੀ ਦੇ ਲਓ ਜੀ ਮਤਲਬ ਇੰਨੀ ਕੁ ਉਹਨਾਂ ਨੇ ਮੈਨੂੰ ਐਂ ਰੱਖਿਆ ਮਤਲਬ ਵੀ ਕਿਆ ਬਾਤਾਂ ਨੇ ਯਾਰ। ਰੋਲ ਕੀ ਸੀ ਤੁਹਾਡਾ ਉੱਥੇ? ਰੋਲ ਆਈ ਸੀ ਮੇਰੇ ਬੱਸ ਵੀ ਜੇ ਮੈਂ ਬਾਦਸ਼ਾਹ ਨਾਲ ਮੌਲ 'ਚੋਂ ਆ ਰਿਹਾ ਸੋਨਾਕਸ਼ੀ ਖੜ੍ਹੀ ਹੈ ਅਤੇ ਮੈਂ ਬਾਦਸ਼ਾਹ ਨੂੰ ਇਸ਼ਾਰਾ ਮਾਰਦਾ ਸੋਨਾਕਸ਼ੀ ਸਾਹਮਣੇ ਖੜ੍ਹੀ ਵੀ ਤੁਹਾਨੂੰ ਮਤਲਬ ਇਸ਼ਾਰੇ ਮਾਰ ਰਹੀ ਆ। ਫਿਰ ਉਹ ਮਤਲਬ ਇੱਦਾਂ ਵੀ ਜਦੋਂ ਗੱਡੀ ਦੇ ਕੋਲ ਜਾਂਦੇ ਹਾਂ ਸੋਨਾਕਸ਼ੀ ਕੋਈ ਗੱਲਬਾਤ ਕਰਦੀ ਬਾਦਸ਼ਾਹ ਨਾਲ ਅਤੇ ਮੇਰਾ ਬਸ ਅਸੀਂ ਗੱਡੀ ਤੱਕ ਜਾਂਦੇ ਮੈਨੂੰ ਬਾਦਸ਼ਾਹ ਕਰੈਪ ਕਰਦਾ ਮੈਂ ਕਿਹਾ ਹਿੱਟ ਹੈ ਭਾਅ ਜੀ ਕਹਿੰਦਾ ਪਤਾ ਮੈਨੂੰ ਬਾਦਸ਼ਾਹ ਕਹਿੰਦਾ ਜਦੋਂ ਅਸੀਂ ਪੌੜੀ ਉਤਰਦੇ ਹਾਂ ਬਾਦਸ਼ਾਹ ਕਰੈਪ ਕਰਦਾ ਜੀ ਅਤੇ ਮੈਂ ਬਾਅਦ 'ਚੋਂ ਕਹਿਣਾ ਸੀ ਵੀ ਹਿੱਟ ਹੈ ਭਾਅ ਜੀ ਉਹ ਕਹਿੰਦਾ ਪਤਾ ਮੈਨੂੰ ਹਿੱਟ ਹੈ ਮਤਲਬ ਅਤੇ ਫਿਰ ਉਸ ਤੋਂ ਬਾਅਦ 'ਚੋਂ ਹੀ ਫਿਰ ਸੋਨਾਕਸ਼ੀ ਦੀ ਸੋਨਾਕਸ਼ੀ ਐਕਟਿਵਾ 'ਤੇ ਆਉਂਦੀ ਹੁੰਦੀ ਆ ਮੈਂ ਰੋਕਦਾ ਉਹਦੀ ਐਕਟਿਵਾ ਬਾਦਸ਼ਾਹ ਮੈਨੂੰ ਕਿਹਾ ਵੀ ਰੋਕੀ ਉਹਨੂੰ ਅਤੇ ਉਹ ਸਕੂਟੀ ਲੈ ਕੇ ਮੇਰੇ ਵਿੱਚ ਮਾਰਦੀਆਂ ਹਨ ਅਤੇ ਆਹ ਰੋਲ ਹੈ ਅਤੇ ਇੱਕ ਰੋਲ ਹੋਰ ਹੈ ਵੀਰੇ ਉਹ ਵੀ ਇਹੀ ਫਿਲਮ 'ਚ ਸੀ। ਹਾਂ ਹਾਂ ਤਿੰਨ ਰੋਲ ਨੇ ਵੀਰੇ ਇਸ ਫਿਲਮ ਦੇ ਵਿੱਚ। ਕੀ ਨਾਮ ਸੀ ਫਿਲਮ ਦਾ? ਨਾਮ ਖਾਨਦਾਨੀ ਸ਼ਫਾ ਕਰਨਾ। ਕਿੰਨੀ ਪੇਮੈਂਟ ਫਿਰ ਤੁਹਾਨੂੰ ਮਿਹਨਤਾਂ ਨਾਲ ਦਿੱਤੀ? ਨਹੀਂ ਮੇਰੇ ਮੈਨੂੰ ਬੜੇ ਪਿਆਰ ਨਾਲ ਮੈਨੂੰ ਬਾਰਾਂ ਦਿਨ ਦਿੱਤਾ ਉਹਨਾਂ ਮੈਨੂੰ ਦਿੱਤਾ ਜੀ ਚੈੱਕ 50,000 ਦਾ ਵੀਰੇ। ਕਿੰਨੇ ਦਿਨ ਰਹੇ? ਮੰਨ ਲਓ ਜਿਵੇਂ ਉਹਨਾਂ ਦਾ ਖਰਚਾ ਵੀ ਆ ਗਿਆ ਸੀ ਵੀਰੇ 50,000 ਦਾ ਜਹਾਜ਼ ਟਿਕਟ। 3 ਵਾਰ ਗਿਆ ਵੀਰੇ ਜਹਾਜ਼ 'ਚ। 3 ਵਾਰ ਗਿਆ? 3 ਵਾਰ ਜਹਾਜ਼ 'ਚ ਗਿਆ। ਘਰੋਂ ਘਰੋਂ ਜਿਹੜਾ ਮੇਰਾ ਖਰਚਾ ਪਾਣੀ ਦਾ ਸਾਰਾ ਜੋ ਵੀ ਗੱਡੀਆਂ ਸਾਰਾ ਉਹੀ ਕਰਦੇ ਸੀ ਮਤਲਬ। ਹਾਂਜੀ ਮੈਂ ਜਾਂ ਗੱਡੀ ਜਾਵਾਂ ਜਾਂ ਬੁਲਟ 'ਤੇ ਜਾਵਾਂ ਮੇਰੀ ਮਰਜ਼ੀ ਸੀ ਮਤਲਬ। ਸੋਨਾਕਸ਼ੀ ਨੇ ਪੁੱਛਿਆ ਵੀ ਬੋਡੀ ਮੈਨੂੰ ਸੋਨਾਕਸ਼ੀ ਕਹਿੰਦੀ ਕਹਿੰਦੀ ਆਪ ਹੱਸਦੇ ਬਹੁਤ ਹੋ ਕਹਿੰਦਾ ਸ਼ੂਟ ਦਾ ਕੁਛ ਕਹਿੰਦਾ ਉਹ ਐਕਟਿੰਗ ਕੰਮਾਂ ਦੀ ਹੱਸਦੇ ਜ਼ਿਆਦਾ ਕਹਿੰਦਾ ਆਪ। ਮੈਂ ਜੀ ਮੈਨੂੰ ਕਿਹੜਾ ਐਕਟਿੰਗ ਮੈਂ ਕਿਹਾ ਮੈਂ ਕਿਹੜਾ ਸਿੱਖਿਆ ਐਕਟਿੰਗ
ਮੈਂ ਉਹਨਾਂ ਦਾ ਟਾਈਮ ਬਹੁਤ ਖਰਾਬ ਕਰਦਾ ਸੀ ਨਾ, ਉਹ ਟਾਈਮ ਦੇ ਥੋੜ੍ਹਾ ਥੋੜ੍ਹਾ ਜਿਹਾ, ਉਹ ਤਾਂ ਉਹਨਾਂ ਦਾ ਪ੍ਰੋਫੈਸ਼ਨਲ ਸੀ, ਉਹ ਸਿੱਖੇ ਪਏ ਸੀ, ਤੁਸੀਂ ਅਨਟ੍ਰੇਨਡ ਸੀ ਇਹ ਚੀਜ਼ ਦਾ। ਸਾਡਾ ਮੇਕਅਪ ਖਰਾਬ ਹੁੰਦਾ ਗਰਮੀ ਜਦੋਂ ਜਦੋਂ, ਕਹਿੰਦਾ ਵੀ ਦੁਬਾਰਾ ਸਮਾਂ ਜ਼ਿਆਦਾ ਲੱਗਦਾ, ਦੁਬਾਰਾ ਸ਼ੋਰਟ ਕਰਨਾ ਪੈਂਦਾ, ਸ਼ੋਰਟ ਦੁਬਾਰਾ, ਸ਼ੋਰਟ ਦੁਬਾਰਾ, ਸ਼ੋਰਟ। ਜਿਹੜੀ ਇਹ ਬੋਡੀ ਹੈ ਵਿਆਹ ਤੋਂ ਬਾਅਦ ਬਣਾਈ ਹੈ ਸਾਰੀ, ਫਿਰ ਵਿਆਹ ਤੋਂ ਬਾਅਦ ਵੀਰੇ, ਲੋਕ ਵਿਆਹ ਤੋਂ ਬਾਅਦ ਹਟ ਜਾਂਦੇ ਨੇ, ਮੈਂ ਵਿਆਹ ਤੋਂ ਬਾਅਦ ਲੱਗੇ ਵੀਰੇ, ਇਹ ਵੱਡੀ ਗੱਲ ਹੈ। ਮਤਲਬ ਵੀਰੇ ਸੌਣ ਗਏ, ਕਈ ਲੋਕ ਵਿਆਹ ਤੋਂ ਬਾਅਦ ਹਟ ਜਾਂਦੇ ਨੇ, ਜਿਵੇਂ ਲੋਕਾਂ ਦੇ ਸੱਤੂ 'ਚ ਮੁੱਕ ਜਾਂਦੇ ਨੇ ਵਿਆਹ ਤੋਂ ਬਾਅਦ। ਮੈਨੂੰ ਵਿਆਹ ਤੋਂ ਬਾਅਦ ਐਨਰਜੀ ਆਈ, ਮੈਨੂੰ ਸਾਰੀ ਪਾਵਰ ਜੋ ਕਹਿਦੀ, ਇੱਕ ਜਾਨ ਜਿਹਨੂੰ ਕਹਿਦੀ ਪਰਮਾਤਮਾ ਨੇ ਬਖਸ਼ੀ ਹੈ ਬਾਬਾ ਜੀ, ਸੁੱਖੇ ਦੀ ਖੁਰਾਕ ਕੀ ਹੈ, ਖਾਂਦਾ ਕੀ ਹੈ ਖੁਰਾਕ ਵੀਰੇ ਯਾਰ, ਭਰਾ ਬਣ ਕੇ ਦੇਖੋ ਝੂਠ ਨਹੀਂ ਮਾਰਦਾ ਮੈਂ, ਲੋਕਾਂ ਵਾਂਗ ਬਾਹਲੇ ਚੋਚਲੇ ਨਹੀਂ ਕਰਦਾ ਵੀ ਆਹ ਮੈਨੂੰ ਆਹ ਬਣਦਾ, ਮੈਂ ਜੋ ਮਿਲਦਾ ਮੈਂ ਚੱਕ ਦੇਣਾ ਫਟੇ, ਆਪਾਂ ਨਹੀਂ ਪਰਵਾਹ ਕਰਦੇ, ਬਾਬਾ ਜੀ ਕਿਰਪਾ ਨਾਲ ਰੋਟੀਆਂ ਦੱਬ ਖਾਈ ਦੇਣਾ, ਚੌਲ ਵਗੈਰਾ, ਦਹੀਂ ਦੁਹੀਂ, ਲੱਸੀ ਹੋ ਗਿਆ, ਬਦਾਮ ਜੂਸ, ਛੇਕ ਛੂਕ, ਐਨ ਦੋ ਟਾਈਮ ਦਲੀਆ, ਹਾਂਜੀ ਹਾਂਜੀ ਵੀਰੇ, ਮਤਲਬ ਵਧੀਆ ਪ੍ਰੋਟੀਨ, ਦੋ ਟਾਈਮ ਪ੍ਰੋਟੀਨ ਵੀਰੇ ਪੀਂਦਾ ਮੈਂ, ਵਧੀਆ ਪ੍ਰੋਟੀਨ, ਪ੍ਰੋਟੀਨ ਦੇਖੋ ਵੀਰੇ ਕੀ ਕਹਿੰਦੇ, ਡੱਬਾ ਡੁੱਬਾ ਕਈ ਕਹਿੰਦੇ ਨੇ ਵੀ ਇਹ ਜਿਹੜੇ ਡੋਲੇ ਨੇ, ਕਈ ਵੀਰੇ ਚੱਲਦੀ ਆ ਗੱਲ ਵੀ ਇਹ ਸਾਰੇ ਪਾਊਡਰ ਖਾ ਕੇ ਬਣੇ ਹੋਏ ਨੇ ਜਾਂ ਚੀਜ਼ਾਂ ਖਾ ਕੇ ਜਿਹੜੇ ਡੱਬੇ ਵਾਲੇ ਉਹ ਖਾ ਕੇ। ਦੇਖੋ ਪਾਊਡਰ ਵੀਰੇ, ਦੇਖੋ ਮੇਰਾ ਭਰਾ ਬਣ ਕੇ, ਪਾਊਡਰ ਉਹਦੀ ਹਾਜ਼ਮ ਹੁੰਦਾ ਜਿਹੜਾ ਬੰਦਾ ਦੋ ਦੋ ਘੰਟੇ ਖੂਨ ਪਸੀਨਾ ਕਰਦਾ, ਪਾਊਡਰ ਤੁਸੀਂ ਤੁਹਾਡੇ ਹਾਜ਼ਮ ਨਹੀਂ ਹੋਊਗਾ ਵੀਰੇ, ਤੁਸੀਂ ਦੋ ਚਮਚੇ ਖਾ ਕੇ ਦੇਖ ਲਓ, ਤੁਹਾਨੂੰ ਤੁਹਾਨੂੰ ਲੋਕ ਮੋਸ਼ਨ ਲੱਗ ਜਾਣੇ, ਮਤਲਬ ਗਰੰਟੀ ਨਾਲ ਕਹਿਣਾ ਮੈਂ ਨਹੀਂ ਹਜਮਣਾ। ਉਹ ਨੁਕਸਾਨ ਵੀ ਕਰਦਾ ਕਈ ਲੋਕ ਕਹਿੰਦੇ ਨੇ ਕਿ ਜਿਹੜੇ ਨੌਜਵਾਨ ਜਿੰਮ ਮਾਰਦੇ ਨੇ ਉਹਨਾਂ ਨੂੰ ਜਦੋਂ ਹਾਰਟ ਅਟੈਕ ਕਈ ਵਾਰ ਹੁੰਦੇ ਨੇ, ਕਾਫੀ ਘਟਨਾਵਾਂ ਅਜਿਹੀਆਂ ਹੁੰਦੀਆਂ ਨੇ ਵੀ ਉਹ ਇਹ ਚੀਜ਼ਾਂ ਦੀ ਦੇਣ ਹੈ ਜਿਹੜੇ ਪਾਊਡਰ ਖਾ ਕੇ ਵਰਕਆਊਟ। ਇਹ ਨਾ ਵੀਰੇ ਜਿਵੇਂ ਅੱਜ ਆਪਣੇ ਪੰਜਾਬ 'ਚ ਦੇਸੀ ਜਿਹੇ ਬਣਨ ਲੱਗ ਗਏ ਹੈ ਨਾ, ਜਿਵੇਂ 500 ਡੱਬਾ ਤਿਆਰ ਕਰਕੇ ਵਿੱਚ ਗੋਲੀਆਂ ਗਾਲੀ ਪਾ ਕੇ ਮਿਕਸ, ਉਹ ਲੋਕਾਂ ਨੂੰ ਜਵਾਕਾਂ ਉਹ ਨੁਕਸਾਨ ਕਰਦੇ ਨੇ, ਵਿੱਚ ਮਿਕਸ ਕਰਕੇ ਪਾਈ ਜਾਂਦੇ ਨੇ, ਉਹਨਾਂ ਦਾ ਸਾਲਟ ਆਉਂਦੇ ਨੇ। ਹੁਣ ਜੇ ਡੱਬਾ 500 ਤਿਆਰ ਕਰਨਾ, ਬਾਜ਼ਾਰ 'ਚ 1,000 ਰੁਪਏ 800 ਵਿਕਣਾ ਵੀ ਹਾਂ ਜੀ ਆਹ ਚੱਕੋ ਜੀ ਇੰਨੇ ਸਸਤਾ ਕਰਦਾ, ਉਹਦੇ 'ਚ ਵੀਰੇ ਇੱਦਾਂ ਗਲਤ ਚੀਜ਼ਾਂ ਪਾਈ ਹੁੰਦੀਆਂ, ਕੁਆਲਿਟੀ ਦਾ ਯਾਨੀ ਕਿ ਫਰਕ ਹੁੰਦਾ, ਜਿੰਨਾ ਸਸਤਾ ਕੁਆਲਿਟੀ 'ਚ ਫਰਕ ਹੈ। ਦੇਖੋ ਵੀਰੇ ਜੇ ਵਧੀਆ ਚੀਜ਼ ਖਾਵਾਂਗੇ ਮੈਂ ਦੇਖਣਾ, ਥੋੜ੍ਹਾ ਖਾ ਲਓ, ਵਧੀਆ ਖਾ ਲਓ ਬਸ, ਜੇ ਚੀਜ਼ ਜਿਹੜੀ ਖਾਣ ਵਾਲੀ ਆ, ਖਾਣ ਦੇ ਵਿੱਚ ਨਾ ਤੁਸੀਂ ਮਤਲਬ ਗੜਬੜ ਕਰੋ, ਕੱਪੜਾ ਬੇਸ਼ੱਕ ਤੁਸੀਂ ਮਾੜਾ ਪਾ ਲਓ, ਕੱਪੜਾ ਸ਼ਰਟ ਬੇਸ਼ੱਕ ਤੁਸੀਂ 100 ਵਾਲੀ ਪਾ ਲਓ ਜੇ 1,000 ਦੇਗਾ, ਪਰ ਜਿਹੜੀ ਚੀਜ਼ ਖਾਣੀ ਆ ਉਹ ਨਾ ਮਾੜੀ ਖਾਓ, ਉਹ ਵਧੀਆ ਖਾਓ ਵੀਰੇ। ਹੁਣ ਦੇਖੋ ਵੀਰੇ ਮੈਨੂੰ ਪ੍ਰੋਟੀਨ ਵਗੈਰਾ ਪੀਂਦੇ ਨੂੰ ਮੇਰੇ ਹਿਸਾਬ ਨਾਲ ਤੁਹਾਡੇ ਮੂਹਰੇ ਕਿ ਝੂਠ ਆ 10-24 ਚੱਲਦਾ, ਮੈਂ ਕਹਿੰਦਾ ਜੀ 10 ਮੇਰੇ ਹਿਸਾਬ ਨਾਲ ਮੈਨੂੰ 14 ਸਾਲ ਹੋ ਗਏ ਵੀਰੇ ਅੱਜ ਤੱਕ, ਬਾਬਾ ਜੀ ਕਿਰਪਾ ਨਾਲ ਕਦੇ ਪਰਮਾਤਮਾ ਦੀ ਮਿਹਰ ਨਾਲ ਦੇ ਲਓ, ਚਲੋ ਬੁਖਾਰ ਤੱਕ ਤਾਂ ਵੈਸੇ ਆਮ ਹੋ ਹੀ ਜਾਂਦਾ ਵੀਰੇ ਕਿਸੇ ਨੂੰ, ਠੰਡਾ ਤੱਤਾ ਪੀਣਾ। ਹੋਰ ਵੀ ਕਿਸੇ ਗਾਣੇ ਦੇ ਵਿੱਚ ਰੋਲ ਨਿਭਾਇਆ ਗਾਣੇ ਵਿੱਚ? ਹਾਂ ਵੀਰੇ ਗੋਪੀ ਲੋਕੀ ਨਾਲ ਗਾਣੇ ਆਏ ਨੇ, ਇੱਕ ਮੁੰਡੇ ਨੇ ਹੋਰ ਵੀ ਗਾਣਾ ਕਰਿਆ, ਬਹੁਤ ਸੋਹਣਾ ਗਾਣਾ ਜੀ, ਮੇਰੀ ਸਾਈਕਲ ਸਾਰਾ ਦਿਖਾਇਆ ਗਿਆ, ਸਾਰਾ ਮੇਰਾ ਕਵਾੜ ਦਾ ਕੰਮ ਦਿਖਾਇਆ ਗਿਆ ਜੀ, ਬਹੁਤ ਵਧੀਆ ਗਾਣੇ, ਮਤਲਬ ਜਿੰਨੇ ਵੀ 4-5 ਗਾਣੇ ਸੋਹਣੇ ਗਾਣੇ ਕਰ ਰਹੇ ਵੀ ਲੋਕਾਂ ਨੂੰ ਸਿੱਖਣ ਨੂੰ ਮਿਲੇ, ਯਾਨੀ ਕਿ ਮੇਰੀ ਜਿਹੜਾ ਮੇਰੇ ਬਾਰੇ ਜਾਣਦਾ ਉਹ ਬੰਦਾ ਕਦੇ ਵੀ ਹਾਰ ਨਹੀਂ ਮੰਨਦਾ। ਮੈਨੂੰ ਬਾਹਰੋਂ ਫੋਨ ਆਉਂਦੇ ਨੇ ਕਹਿੰਦਾ ਸੁੱਖੇ ਭਾਈ ਜਦੋਂ ਸਾਡਾ ਦਿਲ ਟੁੱਟਦਾ ਸੀ ਤੈਨੂੰ ਦੇਖਦੇ ਹਾਂ, ਕਹਿੰਦਾ ਬੰਦਾ ਕਿਵੇਂ ਜਿੱਤਿਆ ਮੈਦਾਨ, ਬੰਦਾ ਕਹਿੰਦਾ ਅਸੀਂ ਤੈਨੂੰ ਦੇਖ ਕੇ ਨਾ ਤੈਨੂੰ ਦੇਖ ਕੇ ਸਾਨੂੰ ਐਨਰਜੀ ਮਿਲਦੀ ਹੈ ਵੀ ਉਹ ਬੰਦਾ ਕਦੇ ਹਾਰਿਆ ਨਹੀਂ ਯਾਰ, ਬੰਦਾ ਵੀ ਮਤਲਬ ਮੈਂ ਹਾਰ ਜੀ ਨਹੀਂ ਮੰਨੀ ਵੀਰੇ ਕਦੇ ਵੀ। ਜਿਵੇਂ ਜਿਹੜੇ ਇਹ ਚੀਜ਼ ਲਿਖਾਈ ਹੋਈ ਆ ਹਰ ਮੈਦਾਨ ਫਤਿਹ, ਕੀ ਚੀਜ਼ ਸੀ ਇਹ ਵੀਰੇ? ਯਾਰ ਕਿਸੇ ਭਰਾ ਨੇ ਲਿਖਾਈ ਸੀ, ਉਹ ਕਰਮ ਵਾਲੇ ਨੇ, ਚਲੋ ਭਰਾ ਦਾ ਉਹ ਕਹਿੰਦਾ ਮੇਰਾ ਨਾਮ ਦੱਸੀ ਨਾ, ਚਲੋ ਮੈਂ ਉਹਨੂੰ ਭਰਾ ਨੂੰ ਲਵ ਯੂ ਕਰਦਾ ਜਦ ਦੀ ਵੀਰੇ ਬਾਂਹ 'ਤੇ ਲਿਖਾਇਆ ਭਰਾ ਬਣ ਕਦੇ ਵੀ ਵੀਰੇ ਮੈਦਾਨ ਫਤਿਹ ਵੀ ਕਦੇ ਵੀ ਵੀ ਫਤਿਹ ਹੀ ਹੋਇਆ ਕੰਮ, ਸੱਚੀ ਕਹਿੰਦਾ ਵੀਰੇ ਮੈਦਾਨ ਫਤਿਹ ਹੀ ਹੋਇਆ ਵੀਰੇ। ਪਤਾ ਨਹੀਂ ਗੁਰੂ ਮਹਾਰਾਜ ਉਹ ਵਿਚਾਰਾ ਭਾਗਾਂ ਵਾਲਾ ਬੰਦਾ ਸੀ, ਕਰਮ ਵਾਲਾ ਸੀ ਭਰਾ, ਉਹ ਮੇਰੇ ਬਾਂਹ 'ਤੇ ਲਿਖਾ ਗਿਆ ਹਰ ਮੈਦਾਨ ਫਤਿਹ, ਫਿਰ ਉਸ ਤੋਂ ਬਾਅਦ 'ਚ ਵੀਰੇ ਹਜੀ ਬਾਬਾ ਜੀ ਦੀ ਕਿਰਪਾ ਜੀ ਮੈਦਾਨ ਫਤਿਹ ਹੀ ਹੁੰਦਾ ਗਿਆ ਵੀਰੇ। ਨੌਜਵਾਨ ਕਿਵੇਂ ਜੁੜ ਸਕਦੇ ਨੇ, ਵਰਕਆਊਟ ਕਿਵੇਂ ਕਰਕੇ ਆਪਣਾ ਸਰੀਰ ਬਣਾ ਸਕਦੇ ਨੇ, ਖੇਡਾਂ ਨਾਲ ਕਿਵੇਂ ਜੁੜ ਸਕਦੇ ਨੇ, ਕੀ ਸੁਨੇਹਾ ਨੌਜਵਾਨਾਂ ਨੂੰ? ਬਸ ਜਿੰਨੇ ਵੀ ਮੇਰੇ ਭਰਾ ਆਪਾਂ ਨੂੰ ਦੇਖਦੇ ਹੋ, ਪਿਆਰ ਕਰਦੇ ਹੋ, ਮੈਂ ਤਾਂ ਇਹ ਗੱਲ ਹੈਗਾ ਵੀਰੇ, ਵੀਰਾ ਬਣ ਗਿਆ ਨਾ ਵੀ ਕਿਸੇ ਦੇ ਮਗਰ ਲਾ ਕੇ ਚੀਜ਼ਾਂ ਗਲਤ ਖਾਓ ਨਾ, ਅਤੇ ਵਧੀਆ ਜੇ ਕੋਈ ਜਿੰਮ ਨਹੀਂ ਜਾ ਸਕਦਾ ਉਹਨੂੰ ਗਰਾਊਂਡ 'ਚ ਵਧੀਆ ਮਿਹਨਤ ਕਰੋ,
ਗਰਾਊਂਡ 'ਚ ਸਰੀਰ ਬਣ ਸਕਦਾ, ਕੋਈ ਵੱਡੀ ਗੱਲ ਨਹੀਂ। ਜਿੰਮ 'ਚ ਬਣਨਾ ਇਹ ਤੋਂ ਆਪਣੇ ਆਪਣੇ ਵਹਿਮ ਨੇ, ਸਵੇਰੇ ਉੱਠੋ 5 ਵਜੇ ਤੜਕੇ ਰੱਬ ਦਾ ਲੈ ਕੇ 9 ਪਰਮਾਤਮਾ ਦਾ, ਆਪਣਾ ਜਿੰਮ 'ਚ ਆਪਣਾ ਮਿਹਨਤ ਮਾਰੋ ਗਰਾਊਂਡ 'ਚ ਵਧੀਆ, ਐਨ ਆ ਕੇ ਬਦਾਮ ਬਦੂਮ ਲੈ ਕੇ ਦੁੱਧ 'ਚ ਕੇਲੇ ਕੂਲੇ ਪਾ ਕੇ ਸਵੇਰੇ ਪੀਓ, ਚਾਹਾਂ ਚੂਹਾਂ ਬੰਦ ਕਰ ਦਿਉ, ਵਧੀਆ ਚੀਜ਼ਾਂ ਖਾਓ ਵੀ ਤੁਹਾਨੂੰ ਐਨ ਵੀ ਲੋਕ ਦੇਖਣ ਖੜ ਗਏ ਯਾਰ, ਹੈ ਨਾ। ਵੀ ਉਹ ਨਾ ਕੰਮ ਵੀ ਹਾਂ ਰਾਤ ਨੂੰ 2 ਵਜੇ 3 ਵਜੇ 5 ਉੱਠਣਾ, 11 ਵਜੇ ਦੇਖੋ ਫਿਰ ਨਹੀਂ ਕੁਛ ਬਣਨਾ ਜ਼ਿੰਦਗੀ ਦਾ, ਫਿਰ ਉੱਥੇ ਹੀ ਰਹਿਣਾ, ਫਿਰ ਤਾਂ ਬੈੱਡ 'ਤੇ ਹੀ ਪਏ ਰਹਿ ਜਾਓਗੇ। ਜੇ ਕੋਈ ਜਨੂਨ ਹੈਗਾ ਵੀਰੇ ਮਾਂ ਬਾਪ ਦਾ ਨਾਮ ਬਣਾਈਏ, ਕੁਛ ਬਣੀਏ, ਕੁਛ ਸਾਡੇ ਕੋਲੋਂ ਕੁਛ ਹੈ ਨਾ ਪਰਮਾਤਮਾ ਵੀ ਸਾਨੂੰ ਸਾਡੀਆਂ ਲੋਕ ਗੱਲਾਂ ਕਰਨ, ਚਰਚਾ ਕੁਛ ਹੋਵੇ, ਇਹ ਕਹਿੰਦਾ ਵੀ ਵਧੀਆ ਮਿਹਨਤ ਕਰੋ, ਤੜਕੇ ਉੱਠੋ 5 ਵਜੇ ਨਹਾ ਧੋਗੇ ਵਧੀਆ, ਐਨ ਮਿਹਨਤ ਕਰੋ, ਖਾਓ ਪੀਓ ਵਧੀਆ, ਆਪਣਾ ਕੰਮ ਕਾਰ ਕਰੋ, ਅਤੇ ਕਦੇ ਮੇਰਾ ਭਰਾ ਆਪਣੇ ਕੰਮ ਦੇ ਸੰਗ ਨਾ ਕਰੋ, ਕੰਮ ਦੇ ਵਿੱਚ ਸੰਗ ਨਾ ਕਰੋ ਵੀ ਯਾਰ ਸਾਨੂੰ ਸੰਗ ਲੱਗਦੀ ਦਿਹਾੜੀ। ਦੇਖੋ ਵੀਰੇ ਜੇ ਜਿਹੜੇ ਭਰਾ ਘਰੋਂ ਗਰੀਬ ਨੇ ਵੀ ਮੈਂ ਵੀ ਡਾਇਟ ਦਾ ਨਹੀਂ ਹੁੰਦਾ ਵੀਰੇ, ਉਹ ਤੁਹਾਡੇ ਵਹਿਮ ਨੇ। ਦੇਖੋ ਵੀਰੇ ਮੈਂ ਵੀ ਮੇਰਾ ਭਰਾ ਬਣ ਕੇ ਸਾਈਕਲ ਦੇ ਜਵਾਕ ਸੀਗੇ, ਘਰ ਦਾ ਖਰਚਾ ਵੀਰੇ ਆਪਣਾ ਜਿੰਮ ਦਾ ਸਾਰਾ ਸਾਈਕਲ 'ਤੇ ਜਾਣਾ, ਉਹ ਵੀ ਮੈਂ ਵੀ ਦੇਖੋ ਵੀਰੇ 100-150 ਕੱਢਦਾ ਸੀਗਾ ਵੀਰੇ, ਮੈਂ ਝੂਠ ਨਹੀਂ ਮਾਰਦਾ ਵੀਰੇ, ਮੈਂ ਮੇਰਾ ਭਰਾ ਮੈਂ 10 ਰੁਪਏ ਦੇ ਵੀਰੇ ਮੈਂ ਆਂਡੇ ਖਾਂਦਾ ਸੀ, 4 10 ਰੁਪਏ ਦੇ ਮੈਂ ਲੈਂਦਾ ਸੀ ਵੀਰੇ ਕੇਲੇ, 20 ਰੁਪਏ ਮੈਂ ਦਿਲੋਂ ਕਹਿੰਦਾ ਉਹ ਪਰਮਾਤਮਾ ਨੂੰ ਜਾਣ ਦੇਣੀ, ਮੈਂ ਝੂਠ ਮਾਰਦਾ ਵੀਰੇ ਯਾਰ, 20 ਰੁਪਏ ਖੁਰਾਕ ਸੀ ਬਸ ਪੂਰੇ ਦਿਨ ਦੀ, ਮਤਲਬ ਜਿਹੜੀ ਮੈਂ ਰਾਤ ਨੂੰ ਜਿਹੜੀ ਮੈਂ ਲੈ ਕੇ ਆਉਣੀ ਸ਼ਾਮ ਨੂੰ ਰੇਹੜੀ ਤੋਂ, 10 ਦੇ ਵੀਰੇ 4 ਆਂਡੇ ਖਾ ਲੈਣੇ ਅਤੇ 10 ਰੁਪਏ ਦੇ ਕੇਲੇ ਲੈਣੇ, 10-12 ਕੇਲੇ ਮਿਲ ਜਾਂਦੇ ਟੁੱਟੇ ਕੇਲੇ, ਫਿਰ ਘਰ ਆ ਕੇ 6 ਦੇਖੋ ਉਹ ਖੁਰਾਕ ਨਹੀਂ ਵੀਰੇ, ਉਹ ਤਾਂ ਖੁਰਾਕ ਤਾਂ ਚਲੋ ਸਾਰੀ ਮਿਲਾ ਕੇ ਉਹਦਾ ਜ਼ਿਆਦਾ ਬਣਦੀ ਆ, ਪਰ ਜਿਹੜੀ ਸ਼ਾਮ ਦੀ ਲੋਕ ਕਹਿੰਦੇ ਵੀ ਹਾਂ ਅੱਜ, ਚਲੋ ਅੱਜ ਬਾਬਾ ਦੀ ਕਿਰਪਾ ਨਾਲ ਵੀ ਜਿਹਨਾਂ ਤੋਂ ਮੈਂ ਲੈਂਦਾ ਸੀ ਕੇਲੇ 10-20 ਰੁਪਏ ਦੇ, ਹਾਂਜੀ ਉਹ ਬੰਦੇ ਹੁਣ ਫੋਟੋਆਂ ਖਿਚਾਉਂਦੇ ਨੇ ਉੱਤਰਦਾ ਗੱਡੀ 'ਚੋਂ, ਮੈਂ ਉਹ ਦੇਖਦੇ ਨੇ ਵੀ ਯਾਰ ਵੀ ਸਿਰਾ ਕਰਤਾ ਬੰਦੇ ਨੇ ਬਾਈ। ਉਹ ਵੀ ਸਮਾਂ ਸੀ ਜਦੋਂ ਬੌਂਸਰ ਦਾ ਕੰਮ ਕਰਦੇ ਸੀ, ਪਰ ਹੁਣ ਕਈ ਵਾਰ ਜਦੋਂ ਭੀੜ ਹੋ ਜਾਂਦੀ ਹੈ ਟੂਰਨਾਮੈਂਟਾਂ 'ਤੇ ਵਰਲਡ ਕੱਪਾਂ 'ਤੇ ਤਾਂ ਫਿਰ ਉੱਥੇ ਫਿਰ ਬੌਂਸਰ ਤੁਹਾਨੂੰ ਲੈ ਕੇ ਜਾਂਦੇ ਨੇ ਬਾਈ। ਯਾਰ ਸੌਂ ਲੱਗਿਆ ਸਾਡੇ ਖਾਨੇ ਪ੍ਰੋਗਰਾਮ ਸੀਗਾ ਦੁਸ਼ਹਿਰੇ 'ਤੇ, ਮੈਂ ਕਹਿੰਦਾ ਬਾਈ ਯਾਰ ਦੁਨੀਆ ਨਾ, ਮੈਂ ਕਹਿੰਦਾ ਲੋਕਾਂ ਦਾ ਧੰਨਵਾਦ ਕਰਦਾ ਵੀ ਐਨ ਬਾਈ ਤੁਸੀਂ ਵੀਡੀਓ ਦੇਖ ਲਿਓ, ਇੰਨਾ ਪ੍ਰਾਊਡ ਫੀਲ ਹੋ ਰਿਹਾ ਵੀ ਯਾਰ ਇੰਨਾ ਲੋਕ ਪਿਆਰ ਕਰਦੇ ਨੇ ਸਾਡੇ ਸ਼ਹਿਰ ਖਾਨੇ ਦੇ ਗੋਲੀ ਦੇ ਲਾ, ਵੀ ਲੋਕਾਂ ਨੂੰ ਕਿੰਨਾ ਮਾਣ ਪਿਆਰ ਵੀ ਸੁੱਖਾ ਬੌਂਸਰ, ਹਰ ਭੈਣ ਵੀ ਕਹਿੰਦੀ ਉਹ ਜਾਂਦਾ ਸੁੱਖਾ ਬੌਂਸਰ, ਆਪਣੇ ਜਵਾਕਾਂ ਨੂੰ ਕਹਿੰਦੇ ਨੇ ਉਹ ਜਾਂਦਾ ਸੁੱਖਾ ਬੌਂਸਰ, ਉਦੋਂ ਨਾ ਜਦੋਂ ਜਵਾਕ ਨੂੰ ਕੋਈ ਮਾਂ ਆਪਣੇ ਜਵਾਕ ਨੂੰ ਦੱਸੇ ਸੁੱਖਾ ਬੌਂਸਰ ਜਾ ਰਿਹਾ, ਉਦੋਂ ਇੰਨਾ ਕੁ ਪ੍ਰਾਊਡ ਫੀਲ ਹੁੰਦਾ ਵੀ ਪਰਮਾਤਮਾ ਤੇਰਾ ਧੰਨਵਾਦ ਕਰਦੇ ਹਾਂ ਵੀ ਜਿਹੜੇ ਮਾਂ ਬਾਪ ਸਾਡੇ ਬਾਰੇ ਦੱਸਦੇ ਨੇ ਵੀ ਉਹ ਸੁੱਖਾ ਬੌਂਸਰ, ਸਾਡੇ 'ਚ ਕੋਈ ਗੱਲ ਤਾਂ ਹੀ ਦੱਸਦੇ ਨੇ, ਨਹੀਂ ਤਾਂ ਵੀਰੇ ਉਹ ਹੋਰ ਨੂੰ ਕਿਸੇ ਨੂੰ ਕਹਿੰਦੇ ਵੀ ਸੁੱਖਾ ਬੌਂਸਰ ਜਾਂਦਾ ਜਾਂ ਕੋਈ ਹੋਰ ਜਾਂਦਾ, ਹੈ ਨਾ। ਇਹ ਗੱਲ ਵੀਰੇ ਬਹੁਤ ਭੈਣ ਭਰਾ ਪਿਆਰ ਕਰਦੇ ਹਾਂ, ਧੰਨਵਾਦ ਕਰਦਾ ਵੀ ਸਾਰੇ ਮੇਰਾ ਵੀਰ ਮਿਹਨਤ ਕਰੋ। ਦੇਖੋ ਵੀਰੇ ਜ਼ਿੰਦਗੀ ਮੇਰਾ ਭਰਾ ਬਣ ਕੇ ਇੱਕ ਵਾਰ ਮਿਲਦੀ, ਕਿਹੜਾ ਵਾਰ ਵਾਰ ਮਿਲਦੀ, ਹੈ ਨਾ। ਅਤੇ ਗਲਤ ਕੰਮ ਨਾ ਕਰੋ ਭਰਾ, ਕੋਈ ਵੀ ਗਲਤ ਕੰਮਾਂ 'ਚ ਕੁਛ ਨਹੀਂ ਪਿਆ ਮੇਰਾ ਭਰਾ ਬਣ ਕੇ। ਦੇਖੋ ਵਧੀਆ ਸਟਰੈਗਲ ਕਰੋ, ਮਿਹਨਤ ਕਰੋ, ਕੰਮ 'ਚ ਕਦੇ ਸੰਗ ਨਾ ਮੰਨੋ, ਹੈ ਨਾ। ਅਤੇ ਬਾਕੀ ਜ਼ਰੂਰ ਪਰਮਾਤਮਾ ਇੱਕ ਦਿਨ ਬਾਂਹ ਫੜਦਾ, ਦੇਖੋ ਇਹ ਗੱਲ ਸੱਚੀ ਆ ਵੀਰੇ, ਰੱਬ ਬਾਂਹ ਫੜਦਾ, ਬੇਸ਼ੱਕ ਲੇਟ ਫੜੇ ਪਰ ਫੜਦਾ ਜ਼ਰੂਰ ਆ, ਬਸ ਤੁਸੀਂ ਮਿਹਨਤ ਕਰਦੇ ਰਹੋ ਮੇਰਾ ਭਰਾ। ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਵੀਰੇ, ਧੰਨਵਾਦ ਜੀ। ਪੰਜਾਬ ਦੇ ਉਹ ਗੱਭਰੂ ਸੀ ਜਿਨ੍ਹਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾ ਰਹੇ ਸੀ, ਤਾਂ ਇਹਨਾਂ ਨੇ ਉਹ ਦੌਰ ਵੀ ਦੇਖਿਆ ਜਦੋਂ ਦਿਹਾੜੀਆਂ ਕੀਤੀਆਂ, ਪੈਲਸਾਂ ਦੇ ਵਿੱਚ ਜਾ ਕੇ ਕੰਮ ਕੀਤਾ, ਪਿੰਡਾਂ ਦੇ ਵਿੱਚ ਕਬਾੜ ਇਕੱਠਾ ਕਰਨ ਦੇ ਲਈ ਫੇਰੀ ਲਾਈ, ਪਰ ਕਦੇ ਜ਼ਿੰਦਗੀ ਤੋਂ ਹਾਰ ਨਹੀਂ ਮੰਨੀ, ਜ਼ਿੰਦਗੀ ਗੱਲ ਵੱਧਦੇ ਚਲੇ ਗਏ। ਕਈ ਵਾਰ ਤਾਂ ਅਜਿਹਾ ਸਮਾਂ ਸੀ ਜਦੋਂ ਕਬਾੜ ਲੈਣ ਦੇ ਲਈ ਗਲੀਆਂ 'ਚ ਜਾਂਦੇ ਸੀ, ਪਰ ਅੱਜ ਉਹੀ ਲੋਕ ਫੋਟੋਆਂ ਖਿਚਾਉਂਦੇ ਨੇ ਇਹਨਾਂ ਨੂੰ ਰੋਕ ਕੇ, ਗੱਡੀ ਵੀ ਇਹਨਾਂ ਨੂੰ ਕਈ ਸੱਜਣਾਂ ਨੇ ਦਿੱਤੀ ਆ ਜਿਹੜੇ ਇਹਨਾਂ ਨੂੰ ਪਿਆਰ ਕਰਦੇ ਨੇ, ਬੁਲਟ ਮੋਟਰਸਾਈਕਲ ਦਿੱਤਾ, ਮੋਟਰਸਾਈਕਲ ਦਿੱਤਾ, ਤਾਂ ਤਮਾਮ ਚੀਜ਼ਾਂ ਨੇ ਜਿਹੜੀਆਂ ਲੋਕ ਇਹਨਾਂ ਨੂੰ ਪਿਆਰ ਕਰਦੇ ਨੇ, ਇਹਨਾਂ ਦੇ ਪ੍ਰੇਮੀ ਨੇ ਜਿਹੜੇ, ਜਦੋਂ ਕਬੱਡੀ ਦੇ ਟੂਰਨਾਮੈਂਟ ਹੁੰਦੇ ਨੇ ਤਾਂ ਇਹਨਾਂ ਨੂੰ ਉੱਥੇ ਬੁਲਾਇਆ ਜਾਂਦਾ, ਤਾਂ ਸਨਮਾਨ ਇਹਨਾਂ ਨੂੰ ਦਿੱਤਾ ਜਾਂਦਾ, ਇੱਕ ਰੋਲ ਮਾਡਲ ਦੀ ਤਰ੍ਹਾਂ ਅੱਜ ਸਮਾਜ ਦੇ ਵਿੱਚ ਅੱਜ ਦੇ ਨੌਜਵਾਨਾਂ ਨੂੰ ਸੇਧ ਦੇ ਰਹੇ ਨੇ। ਅਤੇ ਕੀ ਤੁਸੀਂ ਜਿਹੜੀਆਂ ਮਾੜੀਆਂ ਚੀਜ਼ਾਂ 'ਤੇ ਲੱਗ ਗਏ ਜਾਂ ਫਿਰ ਗਲਤ ਰਾਹਾਂ 'ਤੇ ਤੁਰ ਪਏ, ਉਹ ਚੰਗੇ ਰਾਹ 'ਤੇ ਆ ਜਾਓ ਅਤੇ ਆਪਣੇ ਸਰੀਰ ਨੂੰ ਬਣਾਓ, ਆਪਣੇ ਮਾਪਿਆਂ ਦਾ ਖਿਆਲ ਰੱਖੋ ਅਤੇ ਆਪਣੀ ਸਿਹਤ ਦਾ ਧਿਆਨ ਰੱਖੋ। ਸਾਥੀ ਸੁਖਜਿੰਦਰ ਸਿੰਘ ਦੇ ਨਾਲ
ਕੁਲਦੀਪ ਸਿੰਘ ਪੂੜੇ, ਰੋਜ਼ਾਨਾ ਸਪੋਕਸਮੈਨ ਟੀਵੀ, ਬੱਸੀ ਪਠਾਣਾ।